ਤਾੜੀਆਂ ਵਜਾ ਦਿਓ ਪੰਜਾਬੀ ਓ ਕਪਿਲ ਗੁਪਤਾ ਸਾਹਿਬ, ਲਾਰੀ ਗੁਪਤਾ ਸਾਹਿਬ, ਵਾਕਈ ਭਾਜੀ ਗੌਰਵ ਭਾਜੀ, ਬਹੁਤ ਸਾਰੀਆਂ ਮੁਬਾਰਕਾਂ ਨੂੰ ਤੁਹਾਨੂੰ। ਰੂਪ ਰੂਪ ਸਾਡਾ ਵੀਰ ਪਹੁੰਚਿਆ, ਰੂਪ ਉਹਦੇ ਵਾਸਤੇ ਰਹੋ ਭਾਈ ਕਾਸ਼ੀ। ਹਾਂ ਸ਼ਿੰਦੇ ਸ਼ਾਹ ਕਮਲਾ, ਇਸ
ਅੱਜ ਮੱਝੀ ਦੁਹਾਈਏ ਛੋੜਿਆਂ ਨੂੰ ਅੱਗ ਲਾਈਏ ਆ ਸੱਜਣਾ ਰਲ ਇਕੱਠਿਆਂ ਬਈਏ ਤੇ ਵਿਛੋੜਿਆਂ ਨੂੰ ਅੱਗ ਲਾਈਏ ਮਨੂਰ ਮੀਆਂ ਕੰਮ ਦਿਲਾਂ ਵਿੱਚ ਵਸਨੇ ਆਓ ਕਿਤੇ ਵਿਛੜਿਆਂ ਨਾ ਮਰ ਜਾਈਏ ਮੇਰੀ ਹੋਣੀ ਹੈ ਤੇ ਜਿੱਥੇ ਹਰ ਧਰਮ ਦੀ ਗੱਲ ਹੋਵੇ ਉਹ ਡੇਰਾ ਨਹੀਂ ਹੁੰਦਾ
ਉਹ ਦਰਬਾਰ ਹੋਇਆ ਕਰਦੇ ਆ, ਉਹ ਦਰਬਾਰ ਹੁੰਦੇ ਆ ਬਾਬੇ। ਔਰ ਮੈਂ ਬਾਪੂ ਗੁਲਾਮ ਸਾਈਂ ਸੁਰਿੰਦਰ ਸ਼ਾਹ ਨੂੰ ਅੱਜ ਇੱਕ ਨਵੇਂ ਨਾਮ ਨਾਲ ਨਵਾਜਣਾ ਚਾਹੁੰਦਾ। ਸਰਬ ਸਾਂਝਾ, ਸਰਬ ਸਾਂਝਾ ਕਹੂੰਗਾ ਮੈਂ ਅੱਜ, ਸਰਬ ਸਾਂਝਾ ਗੁਲਾਮ, ਸਰਬ ਸਾਂਝਾ ਬਾਪੂ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ ਬਾਕਰਪੁਰ ਵਾਲੇ, ਜਿੱਥੇ ਸਾਰਿਆਂ ਦੀ ਗੱਲ ਹੋਵੇ ਨਾ ਬਾਬਿਓ, ਦਰਬਾਰ ਉਹ ਹੁੰਦੇ ਆ। ਓਏ ਓਏ ਕਾਹਦੇ ਦਰਬਾਰ, ਜਿੱਥੇ ਆਪਣੇ ਪੱਖ ਦੀ ਗੱਲ ਹੋਵੇ ਤੇ ਦੂਜੇ ਨੂੰ ਪੁੱਛੀਏ ਨਾ। ਗੱਲ ਗੱਲ ਕਿਹੜੀ ਹੈ, ਮੇਰਾ ਕੰਮ ਗਾਉਣਾ ਨਹੀਂ ਹੈਗਾ, ਕੌਣ ਗਾ ਸਕਦਾ ਬਾਬਿਓ, ਉਹ ਆਪ ਵਿਰਾਜਮਾਨ ਹੈ, ਦੇਖਣ ਵਾਲੀ ਅੱਖ ਚਾਹੀਦੀ ਹੈ, ਉਹ ਨਾਲ ਆਉਂਦਾ ਹੈ, ਉਹ ਗਾ ਰਿਹਾ। ਕਿਉਂਕਿ ਜਦੋਂ ਰੂਹ ਇਸ ਸਰੀਰ ਦਾ ਪਿਓ ਉਹ ਹੋ ਸਕਦਾ ਜਿਹਦਾ ਨਾਮ ਆਧਾਰ ਕਾਰਡ 'ਚ ਲਿਖਿਆ ਸਨੋਫ, ਮੇਰੇ ਫਾਦਰ ਦਾ ਨਾਮ ਆਧਾਰ ਕਾਰਡ 'ਚ ਲਿਖਿਆ ਹੋ ਸਕਦਾ, ਮੇਰਾ ਪਿਓ ਉਹ ਹੋ ਸਕਦਾ ਇਸ ਸਰੀਰ ਦਾ, ਪਰ ਮੇਰੇ ਰੂਹ ਦਾ ਪਿਓ ਕੌਣ ਹੈ? ਬਾਪੂ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਬ ਸਾਂਝਾ, ਬਾਪੂ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ। ਤੇ ਜੇ ਇਹ ਸਰੀਰ ਦਾ ਪਿਓ ਉੱਥੇ ਬੈਠਾ ਤਾਂ ਰੂਹ ਦਾ ਪਿਓ ਨਾਲ ਹੈ, ਉਹ ਗਾਉਂਦਾ ਹੈ, ਗਵਾ ਰਿਹਾ। ਨਹੀਂ ਤੇ ਸਿਆਣੇ ਕਹਿੰਦੇ ਆ, ਸਿਆਣੇ ਕਹਿੰਦੇ ਆ ਬਾਬਿਓ, ਰੱਬ ਦਾ ਨਾਮ ਜੋ ਲੋਕ ਲੈਂਦੇ ਆ ਉਹ ਕਦੇ ਆਪਣੇ ਤੇ ਸ਼ਿਕਵਾ ਨਾ ਕਰਨ ਕਿ ਮੈਨੂੰ ਇੰਨਾ ਚਿਰ ਹੋ ਗਿਆ ਨਾਮ ਜਪਦੇ ਨੂੰ, ਮੈਨੂੰ ਮਿਲਿਆ ਕੁਛ ਨਹੀਂ, ਪਤਾ ਨਹੀਂ ਮੇਰਾ ਨਾਮ ਲਿਆ ਹੋਇਆ ਉਸ ਵਾਹਿਗੁਰੂ ਨੂੰ, ਉਸ ਅੱਲਾ ਪਾਕ ਨੂੰ, ਉਸ ਨਿਰਾਕਾਰ ਨੂੰ, ਉਸ ਪਰਮੇਸ਼ਵਰ ਨੂੰ, ਪਤਾ ਨਹੀਂ ਕਬੂਲ ਹੋ ਰਿਹਾ ਕਿ ਨਹੀਂ ਹੋ ਰਿਹਾ। ਸਿਆਣੇ ਕਹਿੰਦੇ ਆ, ਓਏ ਬਾਬਿਓ, ਜੇ ਤੁਹਾਡਾ ਪਹਿਲਾ ਨਾਮ ਲਿਆ ਉਹਨੂੰ ਕਬੂਲ ਹੈ, ਉਹਦਾ ਦੁਬਾਰਾ ਨਾਮ ਆਪਣੀ ਜ਼ੁਬਾਨ ਤੇ ਤੁਸੀਂ ਤਾਂ ਲੈ ਸਕਦੇ ਹੋ ਜੇ ਪਹਿਲਾਂ ਉਹਨੂੰ ਕਬੂਲ ਹੈ, ਨਹੀਂ ਤੇ ਉਹਦੀ ਰਜ਼ਾ ਤੋਂ ਬਿਨਾਂ ਉਹਦਾ ਕੋਈ ਨਾਮ ਹੀ ਨਹੀਂ ਲੈ ਸਕਦਾ। ਇਹ ਹਕੀਕਤ ਹੈ। ਕਿਸੇ ਫਕੀਰ ਦੀ ਕਦੇ ਇਮਤਿਹਾਨ ਨਹੀਂ ਲੈਣਾ ਚਾਹੀਦਾ। ਕਿਸੇ ਫਕੀਰ ਨੂੰ ਕਿਸੇ ਨੇ ਕਹਿ ਦਿੱਤਾ, ਕਹਿੰਦੇ ਮਾਲਕੋ ਤੁਸੀਂ ਫਕੀਰ ਹੋ? ਕਹਿੰਦੇ ਫਕੀਰ ਨਹੀਂ, ਨੌਕਰ ਹਾਂ। ਅੱਛਾ, ਇੱਕ ਦਾਣਾ ਚੱਕਿਆ ਮੱਕੀ ਦਾ ਦਾਣਾ ਚੱਕਿਆ, ਕਹਿਣ ਲੱਗੇ ਜੇ ਫਕੀਰ ਹੋ ਤਾਂ ਦੱਸੋ ਇਹਦੇ ਉੱਪਰ ਨਾਮ ਕਿਹਦਾ ਲਿਖਿਆ, ਦੱਸੋਗੇ ਜਰਾ? ਉਹ ਕਹਿਣ ਲੱਗਾ ਫਕੀਰ ਦੇ ਕੇ, ਕਹਿੰਦਾ ਤੇਰੇ ਪਿੰਜਰੇ ਦੇ ਵਿੱਚ ਇੱਕ ਮੁਰਗਾ ਹੈ, ਪਹਿਲੇ ਉਹਨੂੰ ਖੋਲ। ਉਹ ਕਹਿੰਦਾ ਮੁਰਗਾ ਇੱਕ ਨਹੀਂ, ਮੁਰਗੇ ਤੇ 50 ਨੇ। ਕਹਿੰਦੇ ਖੋਲ। ਸਾਰਿਆਂ ਨੂੰ ਖੋਲਿਆ, ਉਹ ਮੱਕੀ ਦਾ ਦਾਣਾ ਥੱਲੇ ਰੱਖ ਦਿੱਤਾ ਤੇ ਉਹ ਫਕੀਰ ਕਹਿਣ ਲੱਗਾ, ਕਹਿੰਦਾ ਜਿਹੜਾ ਉਹ ਲਾਲ ਰੰਗ ਦਾ ਦਿਖਦਾ ਨਾ, ਇਹ ਦਾਣਾ ਉਹਦਾ ਹੈ, ਇਹ ਦਾਣਾ ਉਹਦੀ ਕਿਸਮਤ 'ਚ ਲਿਖਿਆ। ਕਹਿੰਦੇ ਫਕੀਰਾ ਦੇਖ ਲੈ। ਕਹਿੰਦਾ ਹਾਂ, ਇਹ ਦਾਣਾ ਉਹ ਜਿਹੜਾ ਲਾਲ ਮੁਰਗਾ ਨਾ ਉਹਦੀ ਕਿਸਮਤ 'ਚ ਲਿਖਿਆ। ਉਸ ਇਨਸਾਨ ਨੇ ਕੀ ਕੀਤਾ, ਉਹ ਦਾਣਾ ਚੱਕਿਆ ਆਪਣੇ ਮੂੰਹ 'ਚ ਪਾ ਲਿਆ। ਕਹਿੰਦੇ ਜੀ ਹੁਣ ਬੋਲੋ, ਤੁਸੀਂ ਤੇ ਕਹਿੰਦੇ ਦਾਣਾ ਉਸ ਮੁਰਗੇ ਦਾ ਹੈ। ਉਹਨੇ ਦਾਣਾ ਅੰਦਰ ਲੰਘਾ ਲਿਆ ਤੇ ਫਕੀਰ ਹੱਸਣ ਲੱਗ ਗਿਆ। ਓਏ ਕਹਿੰਦੇ ਭਲਿਆ, ਜੇ ਇਹਨੂੰ ਅੰਦਰ ਪਾ ਲਿਆ ਤੇ ਇਹਦਾ ਮਤਲਬ ਇਹ ਨਹੀਂ ਕਿ ਇਹ ਉਹ ਦਾਣਾ ਉਹਦੀ ਕਿਸਮਤ 'ਚ ਨਹੀਂ, ਇਹ ਦਾਣਾ ਉਹਦਾ ਹੀ ਹੈ। ਕਹਿੰਦੇ ਨਹੀਂ, ਇਹ ਦਾਣਾ ਤੇ ਅੰਦਰ ਚਲਾ ਗਿਆ। ਇੱਕ ਦਮ ਉਹਨੇ ਇਹ ਗੱਲ ਕਹੀ, ਉਹਦੇ ਅੰਦਰ ਇੱਕ ਐਸਾ ਗੁਬਾਰ ਬਣਿਆ,
ਉਹਨੂੰ ਇੱਕਦਮ ਐਸੀ ਉਲਟੀ ਆਈ ਦਾਣਾ ਉਹ ਜਾਗੇ ਪਿਆ ਮੁਰਗੇ ਨੇ ਚੁੰਝ ਮਾਰ ਕੇ ਦਾਣਾ ਖਾ ਲਿਆ। ਇਹ ਫਕੀਰ ਐ ਨਹੀਂ ਹੁੰਦੇ ਜੋ ਗੱਲ ਕਹਿ ਦਿੱਤੀ ਲੋਹੇ ਤੇ ਲਕੀਰ ਹੈ। ਫਕੀਰਾਂ ਨੂੰ ਸਮਝਣਾ ਬਹੁਤ ਔਖਾ ਹੈ। ਗੱਲ ਕਰੂੰਗਾ ਸ਼੍ਰੀ ਕ੍ਰਿਸ਼ਨ ਮਹਾਰਾਜ ਦੀ, ਕਿਹੜੇ ਕਿਹੜੇ ਮੰਨਦੇ ਆ ਹੱਥ ਖੜੇ ਕਰੋ। ਜਿਹੜੇ ਲੱਡੂ ਗੋਪਾਲ ਨੂੰ ਮੰਨਦੇ ਆ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ, ਸੁਣਿਓ ਉਹ ਕੌਣ ਹੈ। ਸਾਡੇ ਲੋਕਾਂ ਨੂੰ ਸਮਝ ਨਹੀਂ, ਬਹੁਤ ਸਾਰੇ ਲੋਕਾਂ ਨੂੰ, ਤੇ ਜਿਹਨਾਂ ਨੂੰ ਪਤਾ ਜਿਹਦੇ ਤਿੰਨੇ ਲੋਕ ਜਿਹਦੇ ਅਧੀਨ ਆਉਂਦੇ ਉਹ ਹੈ, ਉਹ ਆਪ, ਉਹ ਨਿਰਾਕਾਰ ਮੁਰਸ਼ਦ ਹੈ। ਇਹ ਤਿੰਨੇ ਲੋਕ ਜਿਹਦੇ ਅਧੀਨ ਉਹ ਹੈ ਸ਼੍ਰੀ ਕ੍ਰਿਸ਼ਨ ਮਹਾਰਾਜ। ਬਾਬੇ ਹਿੰਦੂ ਧਰਮ ਦੇ ਵਿੱਚ ਅਸੀਂ ਇੱਕ ਚੀਜ਼ ਦੇਖਦੇ ਹਾਂ, ਅਸੀਂ ਸ਼ਿਵ ਸ਼ੰਕਰ ਮਹਾਰਾਜ ਨੂੰ ਕਹਿੰਦੇ ਕਿ ਬਹੁਤ ਵੱਡੀ ਪਦਵੀ ਹੈ, ਸਤਿਕਾਰ, ਉਹ ਅਕਾਲ ਹੈ, ਜਿਹਦੀ ਮੌਤ ਅਤੇ ਜਨਮ ਜਿਹਦੇ ਅਧੀਨ ਨੇ ਉਹ ਸ਼ਿਵ ਸ਼ੰਕਰ ਮਹਾਰਾਜ। ਤੇ ਤੁਹਾਨੂੰ ਪਤਾ ਹੈ ਕਿ ਜਦੋਂ ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਜਨਮ ਹੋਇਆ ਤੇ ਆਪ ਧਰਤੀ ਤੇ ਵਿਰਾਜਿਆ ਕੇ ਉਹ ਅਕਾਲ, ਉਹ ਸ਼ਿਵ ਸ਼ੰਕਰ ਮਹਾਰਾਜ ਸਿਰਫ ਦੇਖਣ ਲਈ। ਔਰ ਮਾਤਾ ਯਸ਼ੋਦਾ ਨੂੰ ਕਹਿੰਦੇ ਹੈ ਕਿ ਇੱਕ ਵਾਰੀ ਇੱਕ ਫਕੀਰ ਦਾ ਰੂਪ ਧਾਰ ਕੇ, ਇੱਕ ਮੰਗਤੇ ਦਾ ਰੂਪ ਧਾਰ ਕੇ ਆਏ ਹੈ ਦੇਖਣ ਲਈ ਵੀ ਇੱਕ ਵਾਰੀ ਦਰਸ਼ਨ ਹੋ ਜਾਣ ਫਿਰ ਜ਼ਿੰਦਗੀ ਕੁਝ ਹੋਰ ਹੋਊਗੀ। ਤੇ ਮਾਤਾ ਯਸ਼ੋਦਾ ਕਹਿੰਦੀ ਨਹੀਂ ਦਿਖਾ ਨਹੀਂ ਸਕਦੀ, ਨਵਾਇਆ ਠੰਡ ਲੱਗ ਜਾਣੀ ਹੈ, ਉਹਨੂੰ ਹਵਾ ਲੱਗ ਜਾਣੀ ਹੈ। ਕਹਿੰਦੇ ਮਾਤਾ ਓਏ ਜਿਹਦੇ ਅਧੀਨ ਹਵਾ ਜਿਹਨੂੰ ਪੁੱਛ ਕੇ ਚੱਲਦੀ ਹੈ, ਜਿਹਨੂੰ ਪੁੱਛ ਕੇ ਬੰਦ ਹੁੰਦੀ ਹੈ, ਤੂੰ ਉਸ ਹਵਾ ਤੋਂ ਉਹਨੂੰ ਡਰਾ ਰਹੀ ਹੈ। ਨਹੀਂ ਪਰ ਦਰਸ਼ਨ ਕਰੇ ਤੋਂ ਬਿਨਾਂ ਮੈਂ ਵੀ ਨਹੀਂ ਜਾਂਦਾ। ਹੁਣ ਬਹੁਤ ਸਾਰੇ ਸਵਾਲ ਪੈਦਾ ਹੁੰਦੇ ਆ ਕਿ ਕ੍ਰਿਸ਼ਨ ਮਹਾਰਾਜ ਜੀ ਨੂੰ, ਸ਼੍ਰੀ ਕ੍ਰਿਸ਼ਨ ਮਹਾਰਾਜ ਜੀ ਨੂੰ ਸ਼ਿਵ ਸ਼ੰਕਰ ਮਹਾਰਾਜ ਨੇ ਆਪਣਾ ਯਾਰ ਕਿਹਾ, ਆਪਣਾ ਮੁਰਸ਼ਦ ਕਿਹਾ, ਆਪਣਾ ਗੁਰੂ ਕਿਹਾ। ਉਹ ਕਹਿੰਦੇ ਆ ਕਿ ਵੱਡਾ ਉਹ ਹੈ ਪਰ ਜਿਸ ਜਿਸ ਰੂਪ ਦੇ ਵਿੱਚ ਜਿੱਥੇ ਜਿੱਥੇ ਜਨਮ ਲਿਆ ਉਹ ਵੱਡਾ ਹੁੰਦਾ ਗਿਆ, ਵੱਡਾ ਹੁੰਦਾ ਗਿਆ। ਔਰ ਰਾਤ ਦਾਦਾ ਜੀ ਨੇ ਜਿਹੜੀ ਗੱਲ ਕਹੀ ਮੈਂ ਇਸ ਲਾਈਵ ਬਾਰੇ ਕਹਿਣਾ ਚਾਹੁੰਦਾ ਇੱਕ ਵਾਰੀ ਫਿਰ ਕਹਿਣਾ, ਜਿਹੜੇ ਮੇਰੇ ਦਾਦਾ ਜੀ ਨਾਲ ਰਹਿੰਦੇ ਆ, ਜਿਹੜੇ ਹੋਰ ਦਰਬਾਰਾਂ ਦੇ ਜਿਹੜੇ ਮੁਰਸ਼ਦ ਨੇ, ਉਹਨਾਂ ਸੇਵਕਾਂ ਨੂੰ ਵੀ ਕਹਿਣਾ ਚਾਹੁੰਦਾ ਕਿ ਜ਼ਿੰਦਗੀ 'ਚ ਇੱਕ ਵਹਿਮ ਨਾ ਪਾ ਲਿਓ, ਜ਼ਿੰਦਗੀ 'ਚ ਇਹ ਵਹਿਮ ਨਾ ਪਾ ਲਿਓ ਕਿ ਜਿਸ ਪੀਰ ਦੇ ਨਾਲ, ਜਿਸ ਫਕੀਰ ਦੇ ਨਾਲ ਅਸੀਂ ਰਹਿੰਦੇ ਹਾਂ ਸਾਡਾ ਹੋ ਗਿਆ। ਨਹੀਂ, ਇਹਦਾ ਨਹੀਂ ਹੁੰਦਾ। ਸ਼੍ਰੀ ਕ੍ਰਿਸ਼ਨ ਮਹਾਰਾਜ ਦਾ ਸਾਰਥੀ ਕੌਣ ਸੀ? ਕੌਣ ਸੀ? ਅਰਜੁਨ ਨੇ ਰੱਥ ਚਲਾਇਆ, ਅਰਜੁਨ ਨੇ। ਪਰ ਬਾਬੇ ਇੱਕ ਦਿਨ ਉਹ ਤਿੰਨਾਂ ਲੋਕਾਂ ਦਾ ਮਾਲਕ, ਇਹ ਗੱਲ ਕਿਉਂ ਸੁਣਾ ਰਿਹਾ ਤੁਹਾਨੂੰ ਸਮਝ ਆਊਗੀ। ਇਹ ਅਸੀਂ ਜਿਹੜਾ ਸਮਾਗਮ ਕਰਾ ਰਹੇ ਇੱਥੇ ਕੋਈ ਕਿਸੇ ਪੀਰ ਦੀ ਜਗ੍ਹਾ ਨਹੀਂ ਹੈ, ਕਿਸੇ ਦੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਨਹੀਂ ਹੈ, ਕਿਸੇ ਦੀ ਜਨਮ ਦਿਨ ਪਾਰਟੀ ਨਹੀਂ ਹੈ। ਸਿਰਫ ਰੱਖਿਆ ਕਿ ਦੁਆਬੇ ਦੀ ਸੰਗਤ ਬਾਪੂ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ ਦੇ ਦਰਸ਼ਨ ਕਰ ਸਕੇ। ਉਹਦੇ ਲਈ ਪ੍ਰੋਗਰਾਮ ਰੱਖਿਆ, ਕੋਈ ਗੱਲ ਨਹੀਂ, ਚੱਲੇ ਹੋਏ ਆ, ਆਉਣਗੇ।
ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ। ਹੌਲੀ ਹੌਲੀ ਆ ਰਹੇ ਹਾਂ, ਆਪਾਂ ਸਾਰਿਆਂ ਨੇ ਦਰਸ਼ਨ ਕਰਕੇ ਜਾਣੇ, ਸਾਰਿਆਂ ਨੇ। ਔਰ ਕੀ ਹੋਇਆ, ਅਰਜੁਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਪੁੱਛਣ ਲੱਗਾ, ਕਹਿੰਦੇ ਸਵਾਮੀ ਅਸੀਂ ਪੂਜਾ ਕਰਦੇ ਹਾਂ ਤੇਰੀ, ਕੋਈ ਤੁਹਾਡੇ ਤੋਂ ਵੀ ਵੱਡਾ ਹੈਗਾ ਜਿਹਦੀ ਤੁਸੀਂ ਪੂਜਾ ਕਰਦੇ ਹੋ? ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ ਹਾਂ ਹੈਗਾ। ਕੌਣ? ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿਣ ਲੱਗੇ, ਕਹਿੰਦੇ ਮੈਂ ਪੂਜਾ ਕਰਦਾ ਜਿਹੜੀ ਮੇਰੀ ਇਬਾਦਤ ਕਰਦੇ ਆ, ਜਿਹੜਾ ਮੇਰਾ ਨਾਮ ਲੈਂਦੇ, ਮੈਂ ਮੇਰੇ ਸੇਵਕ ਮੇਰਾ ਨਾਮ ਲੈਂਦੇ, ਮੈਂ ਆਪਣੇ ਸੇਵਕਾਂ ਦਾ ਨਾਮ ਲੈਂਦਾ, ਮੈਂ ਹਮੇਸ਼ਾ ਆਪਣੇ ਸੇਵਕਾਂ ਨੂੰ ਜਪਦਾ। ਅੱਛਾ ਮਹਾਰਾਜ, ਸੇਵਕਾਂ ਦੇ ਵਿੱਚ ਉੱਤਮ ਉੱਚ ਕੋਟੀ ਦੇ ਨਾਮ ਮੇਰਾ ਆਉਂਦਾ ਹੈ, ਅਰਜੁਨ ਕਹਿ ਰਿਹਾ ਜਿਹੜਾ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਨਾਲ ਰਹਿੰਦਾ, ਕਹਿੰਦੇ ਉੱਚ ਕੋਟੀ 'ਚ ਨਾਮ ਤਾਂ ਫਿਰ ਮੇਰਾ ਆਉਂਦਾ, ਸਭ ਤੋਂ ਪਿਆਰਾ ਤਾਂ ਤੁਹਾਨੂੰ ਫਿਰ ਮੈਂ ਹੀ ਹੋਊਂਗਾ। ਸ਼੍ਰੀ ਕ੍ਰਿਸ਼ਨ ਮਹਾਰਾਜ ਕਹਿੰਦੇ ਤੇਰਾ ਵਹਿਮ ਹੈ। ਅੱਛਾ ਫਿਰ ਸਤਿਗੁਰੂ ਕੌਣ ਹੈ? ਉਹ ਕੌਣ ਹੈ ਜਿਹੜਾ ਸਾਡੇ ਤੋਂ ਵੱਧ ਕੇ ਤੁਹਾਨੂੰ ਮੁਹੱਬਤ ਕਰ ਸਕੇ? ਉਹ ਕਹਿੰਦੇ ਮੇਰਾ ਸੇਵਕ ਇੱਕ ਦੂਰ ਦਰਾਸ ਬੈਠਿਆ ਜਿਹੜਾ ਮੈਨੂੰ ਅਜੇ ਤੱਕ ਧਿਆਈ ਜਾਂਦਾ, ਉਹ ਮੈਨੂੰ ਧਿਆਰਿਆ ਤੇ ਮੈਂ ਉਹਨੂੰ ਧਿਆਰਿਆ। ਅਰਜੁਨ ਕਹਿੰਦਾ ਨਹੀਂ ਜੀ, ਇਹ ਹੋ ਨਹੀਂ ਸਕਦਾ। ਔਰ ਕਹਿਣ ਲੱਗੇ ਸ਼੍ਰੀ ਕ੍ਰਿਸ਼ਨ ਮਹਾਰਾਜ, ਕਹਿੰਦੇ ਮੈਂ ਉਹਨੂੰ ਇੰਨਾ ਕੁ ਯਾਦ ਕਰਦਾ, ਇਹ ਮੈਂ ਗੱਲ ਤਾਂ ਸੁਣਾ ਰਿਹਾ, ਤੁਸੀਂ ਆਪਣੇ ਵਹਿਮ 'ਚ ਇਹ ਨਾ ਰੱਖਿਓ ਮਨ 'ਚ ਵੀ ਅਸੀਂ ਸ਼ਾਇਦ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ ਨੂੰ ਮਿਲੇ ਨਹੀਂ, ਉਹ ਸਾਨੂੰ ਯਾਦ ਨਹੀਂ ਕਰਦਾ ਹੋਊਗਾ, ਉਹ ਤੁਹਾਨੂੰ ਇਕੱਲੇ ਇਕੱਲੇ ਨੂੰ ਯਾਦ ਕਰਦਾ ਹੋਊਗਾ ਜਿਹੜੇ ਉਹਦੇ ਨਾਲ ਰਹਿੰਦੇ ਆ। ਉਹ ਇਸ ਵਹਿਮ 'ਚੋਂ ਨਿਕਲ ਜਾਣ ਕਿ ਦੁਆਬੇ ਦੀ ਸੰਗਤ ਨੂੰ ਦਾਤਾ ਨਹੀਂ ਯਾਦ ਕਰਦਾ ਹੋਊਗਾ, ਤੁਹਾਨੂੰ ਇਕੱਲੇ ਇਕੱਲੇ ਨੂੰ ਯਾਦ ਕਰਦਾ ਹੋਊਗਾ ਬਾਕਰਪੁਰ 'ਚ ਬੈਠਾ ਹੋ, ਜੇ ਤੁਸੀਂ ਉਹਨੂੰ ਮੁਹੱਬਤ ਕਰਦੇ ਹੋ, ਜੇ ਤੁਸੀਂ ਉਹਨੂੰ ਪਿਆਰ ਕਰਦੇ ਹੋ, ਜੇ ਉਹਦੇ 'ਤੇ ਯਕੀਨ ਕਰਦੇ ਹੋ। ਮੈਨੂੰ ਅੱਜ ਇੱਕ ਸਰਦਾਰ ਭਰਾ ਦਾ ਮੈਸੇਜ ਆਇਆ, ਬਾਈ ਸਤਿ ਸ਼੍ਰੀ ਅਕਾਲ, ਇੰਸਟਾਗ੍ਰਾਮ 'ਤੇ ਸਤਿ ਸ਼੍ਰੀ ਅਕਾਲ ਜੀ। ਬਾਈ ਮੈਂ ਦਰਬਾਰ ਨਾਲ ਜੁੜਿਆ, ਮੈਨੂੰ ਦਰਬਾਰ ਬਾਰੇ ਕਈ ਲੋਕ ਇੱਦਾਂ ਕਹਿੰਦੇ ਆ, ਇਹ ਗੱਲ ਸੱਚ ਹੈ? ਜੇ ਸੱਚ ਹੈ ਤਾਂ ਅੱਜ ਤੋਂ ਬਾਅਦ ਮੈਂ ਦਰਬਾਰ ਨਹੀਂ ਆਉਂਦਾ। ਮੈਂ ਉਹਨੂੰ ਕਿਹਾ, ਮੈਂ ਕਿਹਾ ਅੱਜ ਤੋਂ ਬਾਅਦ ਤੂੰ ਦਰਬਾਰ ਆ ਵੀ ਗਿਆ ਤਾਂ ਤੇਰਾ ਲੱਗਣਾ ਨਹੀਂ, ਕਿਉਂ? ਜਦੋਂ ਕਿਸੇ ਗੱਲ ਦਾ ਪਤਾ ਨਾ ਹੋਵੇ, ਉਹਨੂੰ ਬਿਨਾਂ ਸੁਣੇ ਤੋਂ ਉਹਦੇ ਉੱਪਰ ਅਸੀਂ ਇਹ ਸੋਚ ਲਈਏ ਵੀ ਇਹ ਗਲਤ ਹੈ, ਮੈਂ ਆਉਣਾ ਨਹੀਂ, ਫਿਰ ਤੇਰਾ ਆਉਣਾ ਬਣਦਾ ਨਹੀਂ, ਤੂੰ ਆ ਨਾ ਆ ਇੱਕ ਬਰਾਬਰ ਹੈ। ਓਏ ਮੇਰੇ ਮੁਰਸ਼ਦ ਨੂੰ ਜਿਹਨੂੰ ਮੈਂ ਯਾਰ ਮੰਨ ਲਿਆ, ਜਿਹਨੂੰ ਮੈਂ ਆਪਣਾ ਖਸਮ ਮੰਨ ਲਿਆ, ਜਿਹਨੂੰ ਮੈਂ ਆਪਣਾ ਪੀਰ ਮੰਨ ਲਿਆ, ਉਹਦੇ ਲਈ ਉਹਦੇ ਵਾਸਤੇ ਦੁਨੀਆ ਲੱਖ ਕਹੀ ਜਾਵੇ, ਉਹ ਇਦਾਂ ਕਿ ਮੇਰਾ ਅਕੀਦਾ ਚਾਹੀਦਾ ਹੈ, ਮੇਰੇ ਲਈ ਉਹ ਕੀ ਹੈ, ਮੇਰੇ ਲਈ ਉਹ ਕੀ ਹੈ। ਮੁਰਸ਼ਦ ਨੂੰ ਇਹ ਅੱਖਾਂ ਵੀ ਦੇਖ ਲੈਣ ਕਿ ਮੁਰਸ਼ਦ ਇੱਥੇ ਸਹੀ ਨਹੀਂ, ਇਹ ਕੰਨ ਵੀ ਸੁਣ ਲੈਣ, ਤਾਂ ਵੀ ਅੱਖਾਂ ਦੇਖੀਆਂ ਤੇ ਕੰਨਾਂ ਸੁਣੀਆਂ ਤੇ ਯਕੀਨ ਨਾ ਕਰੀਏ ਬਾਬੇ, ਤਾਂ ਵੀ ਕਹੀਏ ਸਾਡਾ ਮੁਰਸ਼ਦ ਸੱਚਾ, ਸਾਡਾ ਮੁਰਸ਼ਦ ਸੱਚਾ। ਪਰ ਅਸੀਂ ਉਹ ਆ, ਅਸੀਂ ਆਪਣੇ ਪਰਿਵਾਰ ਨੂੰ ਛੱਡ ਸਕਦੇ ਹਾਂ, ਅਸੀਂ ਉਹ ਆ, ਅਸੀਂ ਨਾਲ ਆਪਣੇ ਬੱਚਿਆਂ ਨੂੰ ਛੱਡ ਸਕਦੇ ਹਾਂ, ਜਿਹਦੇ ਨਾਲ ਜ਼ਿੰਦਗੀ ਦਾ ਸੌਦਾ ਕਰ ਲਿਆ ਅਸੀਂ ਉਹਨੂੰ ਨਹੀਂ ਛੱਡ ਸਕਦੇ, ਇਹ ਸਾਡਾ ਕੀਤਾ ਹੈ, ਯਕੀਨ ਹੈ। ਤੇ ਤੁਸੀਂ ਬੈਠੇ ਹੋ, ਤੁਹਾਨੂੰ ਯਾਦ ਕਰ ਰਿਹਾ ਹੋਊਗਾ ਪਲ ਪਲ, ਜੇ ਆ ਰਿਹਾ ਤਾਂ ਯਾਦ ਕਰਦਾ ਆ ਰਿਹਾ ਹੋਊਗਾ। ਬਾਬਿਓ ਅਰਜੁਨ ਨੇ ਕਿਹਾ ਕਿ ਸ਼੍ਰੀ ਕ੍ਰਿਸ਼ਨ ਮਹਾਰਾਜ ਨੂੰ ਦੱਸੋ ਜੀ, ਉਹ ਕੌਣ ਹੈ ਜਿਹੜਾ ਸਭ ਤੋਂ ਜ਼ਿਆਦਾ ਤੁਹਾਨੂੰ ਪਿਆਰ ਕਰਦਾ ਹੈ? ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਰੱਥ 'ਤੇ ਬਿਠਾਇਆ, ਇੱਕ ਜੰਗਲ 'ਚ ਲੈ ਗਏ, ਬੀਆਬਾਨ ਜੰਗਲ 'ਚ,
ਜਾ ਕੇ ਦਿਖਾਇਆ ਕਿ ਇੱਕ ਸ਼ੇਰ ਪਾਣੀ 'ਚ ਬੈਠਾ, ਇੰਨੀ ਠੰਡ ਪੈ ਰਹੀ ਜਿੰਨੀ ਠੰਡ, ਇਸ ਤੋਂ ਦੁੱਗਣੀ ਠੰਡ ਪੈ ਰਹੀ ਜਿੰਨੀ ਤੁਸੀਂ ਬੈਠੇ ਹੋ। ਠੰਡੇ ਪਾਣੀ ਦੇ ਵਿੱਚ ਉਹ ਨਾਮ ਜਪ ਰਿਹਾ, ਸ਼੍ਰੀ ਕ੍ਰਿਸ਼ਨ ਹਰੇ ਕ੍ਰਿਸ਼ਨ, ਸ਼੍ਰੀ ਕ੍ਰਿਸ਼ਨ ਹਰੇ ਕ੍ਰਿਸ਼ਨ। ਕ੍ਰਿਸ਼ਨ ਮਹਾਰਾਜ ਜੀ ਕਹਿਣ ਲੱਗੇ, ਅਰਜੁਨ ਦੇਖ, ਤੈਨੂੰ ਇਹ ਹੰਕਾਰ ਹੈ ਨਾ ਕਿ ਤੂੰ ਮੇਰੇ ਨਾਲ ਰਹਿੰਦਾ, ਮੇਰਾ ਸਾਰਥੀ ਹੈ, ਮੈਨੂੰ ਮੇਰਾ ਰੱਥ ਚਲਾਉਣਾ, ਮੇਰੀ ਹਰ ਗੱਲ ਨਾਲ ਵਾਕਫ ਹੈ ਕਿ ਤੂੰ ਮੈਨੂੰ ਪਿਆਰ ਕਰਦਾ। ਇਹ ਦੇਖ ਜਿਹਨੂੰ ਅਜੇ ਤੱਕ ਮੈਂ ਮਿਲਿਆ ਵੀ ਨਹੀਂ, ਜਿਹਨੇ ਮੈਨੂੰ ਦੇਖਿਆ ਤੱਕ ਨਹੀਂ, ਔਰ ਸ਼ੇਰ ਦੀ ਚੂਨੀ ਵਿੱਚ ਪੈ ਕੇ ਵੀ ਮੈਨੂੰ ਯਾਦ ਕਰ ਰਿਹਾ, ਔਰ ਤੈਨੂੰ ਪਤਾ ਇਹਨੂੰ ਮੈਂ ਕਿੰਨਾ ਯਾਦ ਕਰਦਾ। ਜੇ ਅੱਜ ਇਹਦਾ ਮੈਂ ਨਾਮ ਲੈਣਾ ਛੱਡ ਦੇਵਾਂ ਤੇ ਇਹ ਆਪਣੇ ਸਵਾਸ ਤਿਆਗ ਦੂਗਾ। ਕਹਿੰਦਾ ਮਹਾਰਾਜ ਇਹ ਹੋ ਨਹੀਂ ਸਕਦਾ। ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਉਹਨੂੰ ਸ਼ੇਰ ਨੂੰ ਆਵਾਜ਼ ਮਾਰੀ, ਕਹਿੰਦਾ ਦੇਖ ਤੇਰਾ ਸਾਹਮਣੇ ਤੇਰਾ ਮੁਰਸ਼ਦ ਖੜਾ ਹੈ ਜਿਹਨੂੰ ਤੂੰ ਯਾਦ ਕਰਨਾ। ਸ਼ੇਰ ਨੇ ਆ ਕੇ ਸ਼੍ਰੀ ਕ੍ਰਿਸ਼ਨ ਮਹਾਰਾਜ ਦੇ ਦੀਦਾਰ ਕੀਤੇ ਔਰ ਪੈਰਾਂ ਦੇ ਕਦਮਾਂ ਦੇ ਵਿੱਚ ਆਪਣਾ ਸਿਰ ਰੱਖਿਆ ਤੇ ਆਪਣੇ ਸਵਾਸ ਦੇ ਦਿੱਤੇ। ਬਾਬੇ ਇਹ ਹੁੰਦੀ ਹੈ ਭਾਵਨਾ ਦੇਖਣ ਦੀ, ਇਹ ਹੁੰਦੀ ਹੈ ਇਸ਼ਕ ਦੀ ਗੱਲ। ਉਹ ਬਾਬੇ ਉਹ ਕਾਹਦਾ ਪਿਆਰ, ਕਹਿੰਦੇ ਰਾਤੀ ਟੁੱਟ ਗਈ ਨੀਂਦ ਨਾਈ ਕਾਲੀ ਗਲੀ ਮਿੱਤਰਾਂ ਨੇ, ਹੈਂ ਕਾਹਦਾ ਪਿਆਰ ਹੈ? ਉਹ ਪਿਆਰ ਨਹੀਂ ਵਪਾਰ ਆ। ਉਹ ਮੈਂ ਤਾਂ ਸੁਨੇਹਾ ਦੇ ਰਿਹਾ, ਕਿੱਥੇ ਵੀ ਜੁੜੇ ਹੋ, ਇਹ ਨਹੀਂ ਕਿ ਤੁਸੀਂ ਬਾਕਰਪੁਰ ਦਰਬਾਰ ਨਾਲ ਜੁੜੇ ਹੋ, ਕਿੱਥੇ ਵੀ ਕਿਸੇ ਪੀਰ ਫਕੀਰ ਪੈਗੰਬਰ ਰਿਸ਼ੀ ਮੁਨੀ ਸਾਧੂ ਸੰਤ ਦੇਵੀ ਦੇਵਤੇ ਜੱਪੀ ਤੱਪੀ ਚਾਰੇ ਗ੍ਰੰਥਾਂ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜੇ ਤੁਸੀਂ ਮੰਨਦੇ ਹੋ ਤੇ ਤੁਹਾਡਾ ਅਕੀਦਾ ਹੋਣਾ ਚਾਹੀਦਾ, ਯਕੀਨ ਹੋਣਾ ਚਾਹੀਦਾ, ਫਿਰ ਬੇੜੇ ਪਾਰ ਕਰਨ ਦੀ ਜ਼ਿੰਮੇਵਾਰੀ ਉਹਦੀ ਹੈ, ਤੁਹਾਡੀ ਟੈਨਸ਼ਨ ਖਤਮ ਹੈ। ਔਰ ਮੰਨਦੇ ਤੁਸੀਂ ਮਾਂ ਸ਼ੇਰਾਂ ਵਾਲੀ ਨੂੰ ਹੋ ਤੇ ਯਕੀਨ ਉਹਦੇ ਤੇ ਹੈ ਨਹੀਂ, ਦੂਸਰਿਆਂ ਦੇ ਦਰਬਾਰ ਤੇ ਜਾ ਕੇ ਕਹਿ ਰਹੇ ਹੋ ਤੁਸੀਂ ਬੇੜਾ ਪਾਰ ਕਰ ਦਿਓ, ਅਗਲੇ ਦਿਨ ਦੂਜੇ ਨੂੰ ਤੁਸੀਂ ਬੇੜਾ ਪਾਰ ਕਰ ਦਿਓ, ਫਿਰ ਬੇੜਾ ਪਾਰ ਨਹੀਂ, ਫਿਰ ਬੇੜਾ ਡੁੱਬੂਗਾ, ਫਿਰ ਡੁੱਬੂਗਾ। ਯਕੀਨ ਰੱਖਿਓ ਇਹ ਮੇਰਾ ਕੀਦਾ, ਮੇਰਾ ਮੰਨਣਾ ਬਾਬਾ ਜੀ, ਜਿਹੜੇ ਗੁਰੂ ਪੀਰ ਹੁੰਦੇ ਆ ਬੇੜਾ ਡੋਬਣਾ ਉਹਨਾਂ ਦੀ ਕਿਤਾਬ 'ਚ ਨਹੀਂ ਲਿਖਿਆ, ਉਹ ਬੇੜਾ ਡੋਬਦੇ ਨਹੀਂ, ਉਹ ਬੇੜਾ ਤਾਰਨ ਆਉਂਦੇ ਦੁਨੀਆ 'ਤੇ, ਉਹ ਤਾਰਨ ਆਉਂਦੇ। ਬਹਾਰਾਂ ਦੇ ਵਿੱਚ ਸੱਜਣਾ ਤੈਨੂੰ ਯਾਦ ਕਰਦੀ ਆ, ਰੰਗਲੇ ਬਹਾਰਾਂ ਵਿੱਚ ਸੱਜਣਾ ਤੈਨੂੰ ਯਾਦ ਕਰਦੀ ਆ, ਇਹ ਨਾ ਸੋਚੀ ਇਸ਼ਕ ਕਮਲਾ ਤੇ ਮੈਂ ਤੇਰੇ ਤੇ ਮਰਦੀ ਆ। ਇੱਕ ਜਨਮ ਦੀ ਗੱਲ ਕੀ ਕਹਿਣਾ ਵੇ ਸੱਜਣਾ, ਇੱਕ ਜਨਮ ਦੀ ਕੀ ਗੱਲ ਕਰਦਾ ਵੇ ਜੁਗੇਸ਼ਾ, ਮੈਂ 7 ਜਨਮ ਤੇਰੇ ਤੇ ਮਰਦੀ ਆ। ਰੱਖਿਓ ਲਾਜ ਗੁਰੂ ਦੇਵ ਦੇਵ, ਰੱਖਿਓ ਲਾਜ ਗੁਰੂ ਦੇਵ ਦੇਵ, ਰੱਖਿਓ ਲਾਜ ਗੁਰੂ ਦੇਵ ਦੇਵ ਮੋਰੀ, ਰੱਖਿਓ ਲਾਜ ਗੁਰੂ ਦੇਵ, ਰੱਖਿਓ ਲਾਜ ਗੁਰੂ ਦੇਵ ਦੇਵ ਮੋਰੀ, ਰੱਖਿਓ ਲਾਜ ਗੁਰੂ ਦੇਵ, ਰੱਖਿਓ ਲਾਜ ਗੁਰੂ ਦੇਵ ਦੇਵ ਮੋਰੀ, ਰੱਖਿਓ ਲਾਜ ਗੁਰੂ ਦੇਵ।
ਅਰਸ਼ ਤੇ ਮੇਰਾ ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਆ ਮੁਰਸ਼ਦ ਮੇਰਾ ਸਭ ਤੋਂ ਸੋਹਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਇਹਦੇ ਵਰਗਾ ਹੋਰ ਨਹੀਂ ਹੋਣਾ ਜੇ ਦੇ ਦਰ ਤੋਂ ਲੁੱਟਦੇ ਲੋਕੀ ਲੁੱਟਦੇ ਲੋਕੀ ਖੁਸ਼ੀਆਂ ਸੰਸਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਮੇਰੇ ਸੋਹਣੇ ਯਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਮੇਰੇ ਸੋਹਣੇ ਯਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਮੇਰੇ ਸੋਹਣੇ ਯਾਰ ਦੀਆਂ ਆਓ ਰਲ ਮਿਲ ਗੱਲਾਂ ਕਰੀਏ ਮੇਰੇ ਸੋਹਣੇ ਯਾਰ ਦੀਆਂ ਮੰਗਦੇ ਹੋ ਜਾ ਕੇ ਕੋਈ ਦੱਸੂਗਾ ਪਹਿਲਾ ਸਵਾਲ ਤੁਸੀਂ ਕਿਸੇ ਵੀ ਰੂਪ ਦੇ ਵਿੱਚ ਰੱਬ ਨੂੰ ਮੰਨਦੇ ਹੋ ਤੁਹਾਡੇ ਚੋਂ ਪੈਸਾ ਕੌਣ ਕੌਣ ਮੰਗਦਾ ਇੱਕ ਵਾਰੀ ਹੱਥ ਖੜੇ ਕਰੋ ਪੈਸਾ ਮੰਗਦੇ ਹੋ ਫਿਰ ਮੈਂ ਤੁਹਾਨੂੰ ਇਹ ਦਵਾ ਦੇਵਾਂ ਵੀ ਤੁਹਾਡੇ ਕੋਲ ਪੈਸਾ ਮੁੱਕ ਜਾਏ ਪੈਸਾ ਕੋਈ ਨਹੀਂ ਮੰਗਦਾ ਚਲੋ ਪਿਆਰ ਕੌਣ ਕੌਣ ਮੰਗਦਾ ਕਿ ਸਾਡਾ ਆਪਸੀ ਪਿਆਰ ਬਣਿਆ ਰਵੇ ਬੱਲੇ ਹੋ ਝੂਠੇ ਹੋ ਅੱਛਾ ਇਹ ਕੌਣ ਕੌਣ ਮੰਗਦਾ ਹੈ ਵੀ ਮੇਰੀ ਸੱਸ ਮਰ ਜਾਵੇ ਆਓ ਦੇਖ ਕਹਿੰਦਾ ਮੈਂ ਅਜੇ ਏਡਾ ਕਹਿ ਵਿਆਹ ਹੋਇਆ ਹੀ ਨਹੀਂ ਪਤਾ ਨਹੀਂ ਰਿਸ਼ਤਾ ਵੀ ਹੋਣਾ ਕਿ ਨਹੀਂ ਹੋਣਾ ਪਹਿਲੇ ਹੱਥ ਖੜਾ ਕਹਿੰਦਾ ਮੈਂ ਮੰਗਦਾ ਮੇਰੀ ਸੱਸ ਮਰ ਜਾਵੇ ਮੈਂ ਯਾਦ ਰੱਖੀ ਤੈਨੂੰ ਏਡੀ ਕਪੱਟੀ ਸੱਸ ਮਿਲਣੀ ਹੈ ਐ ਬੈਠਾ ਰਿਹਾ ਕਰਾਂ ਉਹਦੇ ਸਾਹਮਣੇ ਇਹ ਗਰੰਟੀ ਹੈ ਮੇਰੀ ਅਸੀਂ ਪਤਾ ਕੀ ਮੰਗਦੇ ਹਾਂ ਦਰਬਾਰਾਂ ਤੋਂ ਜਾ ਕੇ ਸੁਣਿਓ ਡਰ ਤੇਰੇ ਤੋਂ ਮੰਗਦੇ ਕਈ ਲੱਖ ਕਰੋੜਾਂ ਜੀ ਡਰ ਤੇਰੇ ਤੋਂ ਮੰਗਦੇ ਕਈ ਲੱਖ ਕਰੋੜਾਂ ਜੀ ਜੇ ਸਾਨੂੰ ਪੁੱਛੇ ਸਾਈਆਂ ਸਾਨੂੰ ਤੇਰੀਆਂ ਲੋੜਾਂ ਨੇ ਸਾਨੂੰ ਪੁੱਛੇ ਸਾਈਆਂ ਸਾਨੂੰ ਤੇਰੀਆਂ ਲੋੜਾਂ ਨੇ ਨਸ਼ਾ ਜਿਹੜਾ ਟਿਕਣ ਨਹੀਂ ਦਿੰਦਾ
ਇੱਥੇ ਚਾਰ ਪੰਜ ਬੰਦਿਆਂ ਦੇ ਸਵਾਲ ਪਤਾ ਕੀ ਨੇ, ਕਹਿੰਦੇ ਐਂ ਕਿਉਂ ਤੁਰ ਰਿਹਾ? ਉਹ ਤੁਹਾਡੇ ਚਿਹਰੇ ਮੈਨੂੰ ਦੱਸੀ ਜਾਂਦੇ ਆ ਤੇ ਤੁਹਾਨੂੰ ਜਵਾਬ ਦੇ ਦਿਆਂ, ਮੈਂ ਤਾਂ ਤੁਰਦਾ ਉਹਦਾ ਇਸ਼ਕ ਟਿਕਣ ਨਹੀਂ ਦਿੰਦਾ। ਇੱਥੇ ਦੁਨਿਆਵੀ ਇਸ਼ਕ ਹੋ ਜਾਵੇ ਤਾਂ ਲੋਕ ਰਾਤਾਂ ਨੂੰ ਜਾਗਦੇ ਆ, ਦੁਨਿਆਵੀ ਇਸ਼ਕ ਹੋ ਜਾਵੇ ਕਿਸੇ ਨਾਲ ਰਾਤਾਂ ਨੂੰ ਜਾਗਦੇ ਆ, ਔਰ ਜਿਹਦੇ ਨਾਲ ਧੁਰ ਦਰਗਾਹ ਦਾ ਇਸ਼ਕ ਹੋ ਗਿਆ ਵੇ ਉਹਦਾ ਇਸ਼ਕ ਕਿੱਥੇ ਟਿਕਣ ਦਿੰਦਾ ਵਾ? ਸੱਚੀ ਗੱਲ ਹੈ ਜਿਉਂਦੇ ਨੇ ਨਾ ਮਰਦੇ ਨੇ ਇਹਨਾਂ ਆਸ਼ਕਾਂ ਨੇ ਦੁਨੀਆ ਤੋਂ ਕੀ ਲੈਣਾ ਓਏ, ਇਹ ਆਸ਼ਕ ਰਾਜੀ ਯਾਰ ਨੂੰ ਕਰ ਗਏ। ਦੁਨਿਆਵੀ ਇਸ਼ਕ ਹੋ ਜਾਵੇ ਨਾ ਤੇ ਸਾਰੀ ਰਾਤ ਉਹਨਾਂ ਦਾ ਫੋਨ ਐਵੇਂ ਚੱਲਦਾ ਰਜਾਈ ਚ ਵੜ ਗਿਆ ਟਿਕ 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 ਤੇ ਮੈਂ ਵੀ ਕਿੱਥੇ ਪਿਆਰ ਕਰ ਬੈਠਾ ਤੇ ਮੇਰੀ ਮਾਂ ਕਹਿੰਦੀ ਓਏ ਕਹਿੰਦੇ ਕੰਬਖਤਾ ਸੋ ਜਾ, ਸੋਂਦਾ ਕਿਉਂ ਨਹੀਂ? ਮੈਂ ਆਪਣੀ ਮਾਂ ਨੂੰ ਕੀ ਕਿਹਾ ਸੁਣਿਆ ਯਾਰ, ਮਾਏ ਨੀ ਮਾਏ ਮੈਨੂੰ ਪਿਆਰ ਹੋ ਗਿਆ, ਮਾਏ ਨੀ ਮਾਏ ਮੈਨੂੰ ਕੋਈ ਕੁੜੀ ਹੈ? ਮੈਂ ਕਿਹਾ ਨਾ। ਮੁੰਡਾ? ਮੈਂ ਕਿਹਾ ਨਾ। ਪਰ ਕੋਈ ਵਿਆਹੀ ਹੋਈ ਔਰਤ ਹੈ? ਮੈਂ ਕਿਹਾ ਨਾ। ਕੌਣ ਹੈ? ਜਿੰਨਾ ਵੀ ਸੁਣਿਆ ਉਹਦੇ ਬਾਰੇ ਚੰਗਾ ਲੋਕ ਨੇ ਕਹਿੰਦੇ, ਚੰਗਾ ਲੋਕ ਨੇ ਕਹਿੰਦੇ, ਉਹ ਲੱਭਦੇ ਫਿਰਦੇ ਬਾਹਰ ਜਿਨ੍ਹਾਂ ਨੂੰ ਵਿੱਚ ਦਿਲਾਉਂਦੇ ਰਹਿੰਦੇ, ਫਿਰਦੇ ਬਾਹਰ ਜਿਨ੍ਹਾਂ ਨੂੰ ਵਿੱਚ ਦਿਲਾਉਂਦੇ ਰਹਿੰਦੇ, ਵਿੱਚ ਦਿਲਾਉਂਦੇ ਰਹਿੰਦੇ, ਵਿੱਚ ਦਿਲਾਉਂਦੇ ਰਹਿੰਦੇ। ਸੁਪਨੇ ਦੇ ਵਿੱਚ ਆਇਆ ਰਾਂਝਾ, 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 ਇਹ ਪੱਕਾ ਇਕਰਾਰ ਹੋ ਗਿਆ। ਮਾਏ ਮੈਨੂੰ ਪਿਆਰ ਹੋ ਗਿਆ, ਮਾਏ ਨੀ ਮਾਏ ਮੈਨੂੰ ਹੋ,
ਮਾਂ ਕਹਿੰਦੀ ਜਿਹਦੇ ਨਾਲ ਪਿਆਰ ਹੋਇਆ ਉਹ ਲੱਗਦਾ ਕਿਹੋ ਜਿਹਾ, ਚੱਲ ਤੇਰਾ ਵਿਆਹ ਕਰ ਦਈਏ। ਮੈਂ ਆਪਣੀ ਮਾਂ ਨੂੰ ਕੀ ਕਿਹਾ ਸੁਣਿਆ ਯਾਰਾ, ਬਾਲਾਂ ਦੇ ਵਿੱਚ ਪੈਸ ਕੁੰਡਲਿਆ, ਬਾਲਾਂ ਦੇ ਵਿੱਚ ਪੈਸ ਕੁੰਡਲ ਤੇ ਚਾਦਰਾ ਬੜਾ ਫੱਬਦਾ ਸੀ, ਫੱਬਦਾ ਸੀ ਮੋਢੇ ਉੱਤੇ ਹਲੋਈ ਕਾਲੀ, ਤੇ ਕੋਈ ਸੱਚਾ ਆਸ਼ਕ ਲੱਗਦਾ ਸੀ, ਸੱਚਾ ਆਸ਼ਕ ਲੱਗਦਾ ਸੀ, ਕੋਈ ਸੱਚਾ ਆਸ਼ਕ ਬਾਕਰਪੁਰ ਦਰਬਾਰ ਹੋ ਗਿਆ। ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ। ਰੱਬ ਦੀ ਗੱਲ ਉਹਦੀ ਟਾਲ ਨੀ ਸਕਦਾ, ਰੱਬ ਦੀ ਗੱਲ ਉਹਦੀ ਟਾਲ ਨੀ ਸਕਦਾ, ਉਹਨੇ ਜਿੱਥੇ ਖਿੱਚਦੀ ਲਕੀਰ, ਐਸਾ ਮਿਲਿਆ ਐਸਾ ਮਿਲਿਆ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਫਕੀਰ। ਮਾਂ ਕਹਿੰਦੀ ਕਹਿੰਦਾ ਅੱਛਾ ਫਕੀਰ ਨਾਲ ਇਸ਼ਕ ਹੋ ਗਿਆ, ਉਹ ਕੰਮ ਕੀ ਕਰਦਾ? ਕਿਉਂਕਿ ਜਦੋਂ ਰਿਸ਼ਤਾ ਦੇਖਦੇ ਆ ਤੇ ਸਾਰੇ ਕਹਿੰਦੇ ਮੁੰਡਾ ਕੰਮ ਕੀ ਕਰਦਾ। ਮੇਰੀ ਮਾਂ ਮੈਨੂੰ ਪੁੱਛਦੀ ਕਹਿੰਦਾ ਮੁੰਡਾ ਕੰਮ ਕੀ ਕਰਦਾ, ਤੇ ਮੈਂ ਆਪਣੀ ਮਾਂ ਨੂੰ ਕੀ ਕਹਿੰਦਾ ਸੁਣਿਓ ਜਰਾ। ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਦੇ ਮਰਦਾਨੇ ਦੀ, ਨਾਨਕ ਦੇ ਮਰਦਾਨੇ ਦੀ, ਬਾਬੇ ਨਾਨਕ ਦੇ ਮਰਦਾਨੇ ਦੀ। ਆਓ ਹਰ ਵੇਲੇ ਗੱਲ ਕਰਦਾ ਬਾਬੇ ਨਾਨਕ ਦੇ ਮਰਦਾਨੇ ਦੀ, ਬਾਬੇ ਨਾਨਕ ਦੇ ਮਰਦਾਨੇ ਦੀ, ਬਾਬੇ ਨਾਨਕ ਦੇ ਮਰਦਾਨੇ ਦੀ। ਉਹ ਕਦੇ ਗੱਲ ਕਰਦਾ ਦਸਮ ਪਿਤਾ ਦੀ, ਕਦੇ ਕੁੱਲ ਜ਼ਮਾਨੇ ਦੀ, ਅਜੇ ਕੁੱਲ ਜ਼ਮਾਨੇ ਦੀ, ਉਹ ਕਦੇ ਕੁੱਲ ਜ਼ਮਾਨੇ ਦੀ। ਇਹ ਵੀ ਉਹਨੇ ਦੱਸਿਆ ਨੀ ਮਾਏ, ਇਹ ਵੀ ਉਹਨੇ ਦੱਸਿਆ ਨੀ ਮਾਏ, ਇਹ ਵੀ ਉਹਨੇ ਦੱਸਿਆ ਬਾਬੇ ਨਾਨਕ ਤੋਂ ਵੱਡਾ ਨੀ ਪੀਰ। ਐਸਾ ਮਿਲਿਆ ਓਏ, ਐਸਾ ਮਿਲਿਆ, ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ।
ਕੈਸਾ ਮਿਲਿਆ ਫਕੀਰ, ਕੈਸਾ ਮਿਲਿਆ ਸੁਣਿਓ ਓਏ ਮੁੰਡਿਆ। ਹੈਲੋ, ਇਹ ਤੇ ਸ਼ਨਕਾਰ ਆ ਰਹੀ ਹੈ, ਕੋਈ ਤਾਰ ਹਿੱਲ ਰਹੀ ਹੈ, ਚੈੱਕ ਕਰੋ ਸੰਪਰਕ ਕਰ ਰਹੀ ਹੈ ਤਾਰ, ਨਹੀਂ ਇੱਦਾਂ ਨਹੀਂ ਆਉਣੀ ਚਾਹੀਦੀ। ਸੁਣਿਓ ਇੱਕ ਬਹੁਤ ਵੱਡੀ ਗੱਲ ਦੱਸਣ ਲੱਗਾ ਜੇ, ਇਹ 250 ਗ੍ਰਾਮ ਦੇ ਵਿੱਚ ਪੈ ਗਈ ਤੇ ਤਰ ਜਾਓਗੇ, ਸੁਣੋਗੇ ਉਹ ਬਾਬੇ। ਉਹ 2 ਮਿੰਟ ਧਿਆਨ ਨਾਲ ਗੱਲ ਸੁਣਿਓ, ਇਸ ਕੁਰਸੀ ਤੋਂ ਲੈ ਕੇ ਤੇ ਪਿੱਛੋਂ ਤੱਕ ਆਪਣੇ ਅੰਦਰ ਧਿਆਨ ਮਾਰਿਓ, ਤੁਸੀਂ ਇੱਥੇ ਲੈਣ ਕੀ ਆਏ, ਇਸ ਦੁਨੀਆ ਤੇ ਲੈਣ ਕੀ ਆਏ ਹੋ? ਸੋਚੋ, ਇੱਕ ਦਿਨ ਐਸਾ ਵਕਤ ਆਊਗਾ ਆਪਣੇ ਚੋਂ ਕੋਈ ਨਹੀਂ ਹੋਊਗਾ ਇੱਥੇ, ਇੱਥੇ ਕੋਈ ਨਵਾਂ ਬੰਦਾ ਬੈਠਾ ਹੋਊਗਾ, ਇਸ ਜਗ੍ਹਾ ਦਾ ਮਾਲਕ ਕੋਈ ਹੋਰ ਹੋਊਗਾ, ਇਹ ਕੈਮਰੇ ਵਾਲੇ ਦੀ ਜਗ੍ਹਾ ਕੋਈ ਹੋਰ ਖੜਾ ਹੋਊਗਾ, ਸਾਊਂਡ ਕਿਸੇ ਹੋਰ ਦੀ ਹੋਊਗੀ, ਕਲਾਕਾਰ ਕੋਈ ਹੋਰ ਗਾ ਰਿਹਾ ਹੋਊਗਾ, ਬਾਂਸਰ ਕੋਈ ਹੋਰ ਖੜੇ ਹੋਣਗੇ, ਇਹ ਵਜਾ ਕੋਈ ਹੋਰ ਰਿਹਾ ਹੋਊਗਾ, ਤੇ ਤੁਸੀਂ ਕਿੱਥੇ ਹੋਵੋਗੇ? ਇਸ ਦੁਨੀਆ ਤੇ ਨਹੀਂ ਹੋਣੇ। ਸੋਚੋ ਤੇ ਕੀ ਲੈਣ ਆਏ ਹੋ? ਰੋਟੀਆਂ ਖਾਣ, ਲੜਾਈਆਂ ਝਗੜੇ ਕਰਨ, ਕੀ ਲੈਣ ਆਏ ਹੋ? ਸੋਚੋ, ਇਮਾਨਦਾਰੀ ਨਾਲ ਸੋਚੋ। ਅੱਜ ਕੱਲ੍ਹ ਇਹ ਨਹੀਂ ਪਤਾ ਮੈਂ ਅੱਜ ਇੱਥੇ ਹੈਗਾ, ਸਵੇਰੇ ਸ਼ਾਇਦ ਮੇਰੀ ਖਬਰ ਆਵੇਗੀ, ਉਹ ਹੈ ਹੀ ਨਹੀਂ, ਐਸਾ ਦੌਰ ਚੱਲ ਰਿਹਾ। ਤੇ ਤੁਸੀਂ ਬਹੁਤ ਵੱਡਾ ਵਹਿਮ ਪਾਲੀ ਬੈਠੇ ਹੋ ਕਿ ਅਸੀਂ ਪੂਰੀ ਜਿੰਨੀ ਇਹ ਕਾਇਨਾਤ ਸਾਜੀ ਹੋਈ ਅਸੀਂ ਦੇਖ ਕੇ ਜਾਣੀ ਹੈ, ਕੱਖ ਨਹੀਂ ਹੈਗੇ ਆਪਾਂ, ਕੱਖ ਨਹੀਂ ਹੈਗੇ। ਔਰ ਮੈਂ ਦਾਅਵੇ ਨਾਲ ਕਹਿੰਦਾ, ਜਿਹੜੇ ਹੰਕਾਰ ਦੇ ਵਿੱਚ ਅਸੀਂ ਫਿਰਦੇ ਹਾਂ, ਸ਼ਾਇਦ ਅਸੀਂ ਰੱਬ ਦੀ ਨਜ਼ਰ 'ਚ ਵੀ ਨਹੀਂ ਹੋਣੇ ਅਜੇ ਤੱਕ। ਮੇਰੇ ਕੋਲ ਮੇਰੇ ਟਰਾਲੇ ਚੱਲਦੇ ਆ, ਮੇਰੇ ਕੋਲ ਪੈਸਾ, ਮੇਰੀਆਂ ਪੈਲਸਾਂ, ਮੇਰੇ ਕੋਲ ਜ਼ਮੀਨ ਜਾਇਦਾਦ, ਉਮਰ ਹੰਢਾ ਕੇ ਪਤਾ ਲੱਗੂਗਾ, ਜਿੱਦਣ ਲਾਸਟ ਸਟੇਜ ਆ ਗਈ ਸਾਰਿਆਂ ਦੀ, ਉਦਣ ਪਤਾ ਲੱਗੂਗਾ ਕਿ ਮਾਇਆ, ਦੌਲਤ, ਸ਼ੌਹਰਤ ਇਹਨੇ ਨਾਲ ਨਹੀਂ ਜਾਣਾ। ਸੁਣਿਓ ਕਿੱਦਾਂ ਫਕੀਰ ਬੈਠਾ ਤੇ ਤੁਹਾਡੇ ਵਰਗਾ, ਸਾਰਿਆਂ ਵਰਗਾ ਫਕੀਰ ਦੇ ਕੋਲ ਆਇਆ। ਸੁਣਿਓ, ਬਹੁਤ ਵੱਡਾ ਧੱਕਾ ਲੱਗਣਾ ਅੱਜ ਜ਼ਿੰਦਗੀ ਨੂੰ ਵੀ ਅੱਛਾ ਏਦਾਂ ਵੀ ਹੁੰਦਾ। ਫਕੀਰ ਆਪਣੀ ਮੌਤ 'ਚ ਬੈਠਾ, ਇੱਕ ਬੰਦਾ ਆਇਆ, ਉਹਦੀ ਜੇਬ ਦੇ ਵਿੱਚੋਂ ਇੱਕ ਗੱਠੀ ਨੋਟਾਂ ਦੀ ਗਿਰ ਗਈ, ਗੱਠੀ ਨੋਟਾਂ ਦੀ ਗਿਰ ਗਈ। ਮੁਰਸ਼ਦ ਨੇ ਗੱਠੀ ਚੱਕੀ, ਆਵਾਜ਼ ਮਾਰੀ, ਓਏ ਭਾਈ ਇੱਧਰ ਆ, ਮਾਇਆ ਕਿਹਦੀ ਹੈ, ਕਿਹਦੀ ਹੈ ਮਾਇਆ? ਉਹ ਕਹਿੰਦਾ ਜੀ ਮੇਰੀ ਹੈ। ਅੱਛਾ, ਉਹਨੇ ਉੱਪਰ ਨਾਮ ਲਿਖ ਦਿੱਤਾ ਸਾਰੇ ਨੋਟਾਂ ਤੇ, ਕੀ ਨਾਂ ਤੇਰਾ? ਜੀ ਕਾਸ਼ੀਨਾਥ। 1, 2, ਆ ਲਓ ਤੇਰੀ, ਲੈ ਜਾ। ਸਮਾਂ ਐਸਾ ਬੀਤਿਆ, ਇਨਸਾਨ ਮੰਜੇ ਤੇ ਬਿਮਾਰ ਪਿਆ, ਉਹ ਕਾਸ਼ੀ ਵਾਲੇ ਨੋਟ ਜਿਨ੍ਹਾਂ ਨਾਲ ਦੁਸ਼ਮਣੀ ਰੱਖਦਾ ਸੀ ਉਹਨਾਂ ਦੇ ਘਰੇ ਪਏ ਆ, ਜਿਹਨਾਂ ਨੂੰ ਬੁਲਾ ਕੇ ਰਾਜੀ ਨਹੀਂ ਸੀ ਉਹਦੇ ਘਰੇ ਪਏ ਆ ਕਾਸ਼ੀ ਵਾਲੇ ਨੋਟ। ਮੁਰਸ਼ਦ ਨੇ ਕਿਹਾ, ਉਹ ਭਾਈ ਕੌਣ ਹੈ? ਜੀ ਕਾਸ਼ੀਨਾਥ।
ਤੈਂ ਇੱਕ ਦਿਨ ਮੈਨੂੰ ਕਿਹਾ ਸੀ ਕਿ ਇਹ ਮਾਇਆ ਮੇਰੀ, ਤੇਰੀ ਮਾਇਆ ਕਿੱਥੇ ਆ? ਕਹਿੰਦਾ ਜੀ ਪਤਾ ਨਹੀਂ, ਕਹਿੰਦੇ ਜਿਨ੍ਹਾਂ ਨਾਲ ਦੁਸ਼ਮਣੀਆਂ ਕੌਣ ਉਹਨਾਂ ਦੇ ਘਰ ਪਈ ਆ। ਅੱਛਾ ਜੀ, ਕਹਿੰਦੇ ਨਾਮ ਤੇ ਤੇਰਾ ਲਿਖਿਆ ਸੀ ਤੇ ਪਈ ਦੁਸ਼ਮਣਾਂ ਦੇ ਘਰ ਹੈ, ਜਿਹਦੇ ਤੇ ਤੇਰਾ ਨਾਮ ਲਿਖਿਆ ਸੀ ਕਿੱਥੇ ਹੋ? ਕਹਿੰਦੇ ਜੀ ਪਤਾ ਨਹੀਂ। ਕਹਿੰਦਾ ਗਿਆਨ ਹੋ ਰਿਹਾ, ਕੀ ਕਹਿ ਰਹੇ? ਇਹ ਪੈਸਾ ਕਾਂ ਬਨੇਰੇ ਦਾ, ਆ ਕਦੀ ਇਸ ਬਨੇਰੇ ਤੇ ਕਦੀ ਉਸ ਬਨੇਰੇ ਤੇ। ਇਹ ਪੈਸਾ ਬੇਵਫਾ ਮਸ਼ੂਕ ਦੀ ਤਰ੍ਹਾਂ, ਕਦੀ ਆਸ਼ਕ ਤੇਰੇ ਤੇ ਕਦੀ ਆਸ਼ਕ ਮੇਰੇ ਤੇ। ਫਿਰ ਮਾਨ ਕਹਦਾ, ਮੈਂ ਦਾਅਵੇ ਨਾਲ ਕਹਿਣਾ, ਤੁਹਾਡੇ ਚੋਂ ਕੋਈ ਵੀ ਬੰਦਾ ਉੱਠ ਕੇ ਚਾਹੇ ਉਹਨੇ ਦਾਰੂ ਪੀਤੀ ਹੋਵੇ, ਮੈਂ ਇਸ ਚੀਜ਼ ਨਾਲ ਤਲਕ ਨਹੀਂ ਰੱਖਦਾ। ਉਹ ਸੋਫੀ ਹੋਵੇ, ਉਹ ਰੱਬ ਨੂੰ ਮੰਨਦਾ ਹੋਵੇ, ਮੈਂ ਆਪਣੀ ਸਾਰੀ ਜਾਇਦਾਦ ਜਿੰਨੀ ਮੇਰੇ ਕੋਲ ਹੈਗੀ ਮੈਂ ਵੇਚ ਕੇ ਵੱਟ ਕੇ ਉਹਨੂੰ ਦੇਣ ਨੂੰ ਤਿਆਰ ਹਾਂ, ਸਿਰਫ ਮੈਨੂੰ ਉਹ ਇਹ ਚੀਜ਼ ਲਿਖ ਕੇ ਲਿਆ ਦੇਵੇ, ਕਿਸੇ ਕੋਲੋਂ ਪੁੱਛ ਕੇ ਲਿਆ ਕੇ ਦੇਵੇ ਵੀ ਮੈਂ ਕਿੰਨੇ ਸਾਲ ਜੀਣਾ, ਮੈਨੂੰ ਜ਼ਿੰਦਗੀ ਨਹੀਂ ਚਾਹੀਦੀ, ਮੈਨੂੰ ਇੰਨਾ ਹੀ ਦੱਸ ਦੇਵੇ ਮੇਰੀ ਮੌਤ ਕਦੋਂ ਹੋਣੀ। ਹੈਗਾ ਕਿਸੇ ਕੋਲ ਤਾਕਤ? ਕੋਈ ਵੀ ਬੰਦਾ ਉੱਠ ਕੇ ਲਿਆ ਕੇ ਦਿਖਾਵੇ ਕਿ ਜਾ ਭਾਈ ਆਹ ਸਾਰੀ ਜ਼ਮੀਨ ਜਾਇਦਾਦ ਦੇ, ਮੈਂ ਦੇਣ ਨੂੰ ਤਿਆਰ ਹਾਂ, ਕਸਮ ਖਾਣਾ ਸਾਈਂ ਗੁਲਾਮ ਬਾਬੂ ਸੁਰਿੰਦਰ ਸ਼ਾਹ ਦੀ, ਮੈਨੂੰ ਕੋਈ ਇੰਨਾ ਹੀ ਦੱਸ ਦੇਵੇ ਵੀ ਤੇਰੀ ਮੌਤ ਕਦੋਂ ਹੋਣੀ। ਸਿਵਾ ਫਕੀਰ ਤੋਂ, ਕਿਉਂਕਿ ਫਕੀਰ ਨੂੰ ਮਾਇਆ ਦਾ ਲਾਲਚ ਨਹੀਂ, ਕੋਈ ਇਨਸਾਨ ਦੀ ਗੱਲ ਕਰ ਰਿਹਾ, ਦੱਸੂਗਾ ਕੋਈ? ਤੇ ਜਦੋਂ ਇੰਨਾ ਹੀ ਨਹੀਂ ਪਤਾ ਮਰਨਾ ਕਦੋਂ ਹੈ, ਬਿਮਾਰ ਕਦੋਂ ਹੋਣਾ, ਤੇ ਫਿਰ ਜਿਹੜੇ ਮਾਇਆ ਦੇ ਢੇਰ ਘਰ ਲਾ ਰਹੇ ਹੋ ਤਾਂ ਕਿਹੜੇ ਕੰਮ ਆਉਣਗੇ? ਬੱਚਿਆਂ ਲਈ ਠੱਗੀਆਂ ਮਾਰ ਰਹੇ ਕਿਹੜੇ ਕੰਮ ਆਊਗੀ? ਆਪਣੇ ਬੱਚਿਆਂ ਲਈ ਠੱਗੀਆਂ ਮਾਰ ਰਹੇ ਹੋ, ਆਪਣੇ ਬੱਚਿਆਂ ਲਈ ਦੂਜਿਆਂ ਦਾ ਖੂਨ ਚੂਸ ਰਹੇ ਹੋ, ਤੇ ਉਹਨਾਂ ਬੱਚਿਆਂ ਨੂੰ ਕੱਲ ਨੂੰ ਪੁੱਛ ਕੇ ਦੇਖ ਲਿਓ ਕਿ ਪੁੱਤਰ ਓਏ ਜੇ ਮੇਰੀ ਇੱਕ ਕਿਡਨੀ ਖਰਾਬ ਹੋ ਗਈ ਤੂੰ ਕਿਡਨੀ ਦੇ ਦੇਗਾ? ਬੱਚੇ ਕਹਿੰਦੇ ਨਹੀਂ ਬਾਪੂ, ਹੁਣ ਤੇ ਤੇਰੀ ਲੰਘ ਗਈ, ਸਾਨੂੰ ਕਿਉਂ ਮਾਰਦਾ? ਤੇਰੀ ਤੇ ਹੁਣ ਬੀਤ ਗਈ, ਹੁਣ ਆਹ ਦੇਖ ਅਗਲਾ ਘਰ ਦੇਖ। ਓਏ ਜਦੋਂ ਬੱਚਾ ਹੀ ਤੁਹਾਡਾ ਆਪਣਾ ਨਹੀਂ ਬਣਦਾ ਫਿਰ ਬਗਾਨਿਆਂ ਤੇ ਕੀ ਆਸ ਲਾਉਂਦੇ ਹੋ ਬਾਬੂ? ਸਟੇਸ਼ਨ ਸੇ ਗਾੜੀ ਜਬ ਛੂਟ ਜਾਤੀ ਹੈ ਤੋ ਹੈ ਤੋ ਏਕ ਦੋ ਤੀਨ ਹੋ ਜਾਤੀ ਹੈ। ਸਟੇਸ਼ਨ ਸੇ ਗਾੜੀ ਜਬ ਛੂਟ ਜਾਤੀ ਹੈ ਤੋ। ਸਾਡੀਆਂ ਇੱਕ ਗੱਲ ਦਾ ਕਈ ਦਾ ਮਤਲਬ ਹੋਊਗਾ, ਸਟੇਸ਼ਨ ਤੋਂ ਗੱਡੀ ਕਿਵੇਂ, ਜੇ ਆਪਣੇ ਦਿਮਾਗ ਚੋਂ ਇਹ ਗੱਲ ਕੱਢ ਦਿੱਤੀ ਵੀ ਵਧੀਆ ਜ਼ਿੰਦਗੀ ਲੰਘ ਰਹੀ ਹੈ, ਗਲਤ ਫਹਿਮੀ ਚੋਂ, ਰੱਬ ਤੋਂ ਬਿਨਾਂ, ਇਸ ਪੈਲਸ ਤੋਂ ਬਿਨਾਂ, ਇਹ ਜਿਹੜੀ ਪੈਲਸ ਹੈ ਇਹਦੇ ਮਾਲਕ ਤੋਂ ਬਿਨਾਂ ਸਾਨੂੰ ਕੋਈ ਹੁਕਮ ਨਹੀਂ ਦੇ ਸਕਦਾ ਇੱਥੇ ਬੈਠਣ ਦਾ। ਮਾਲਕ ਹੁਣ ਆਵੇ ਤੇ ਸਾਨੂੰ ਬਾਹਰ ਕੱਢ ਸਕਦਾ, ਉਹ ਬਾਹਰ ਕਿਉਂ ਨਹੀਂ ਕੱਢੂਗਾ ਜੇ ਅਸੀਂ ਉਹਦੇ ਕੋਲੋਂ ਰਸੀਦ ਪਰਚੀ ਕਟਾਈ ਹੋਊਗੀ, ਪੈਸੇ ਭਰੇ ਆ। ਸੁਣਿਓ, ਉਹ ਸਾਊਂਡ ਵਾਲਾ ਸਾਊਂਡ ਉੱਥੋਂ ਤੱਕ ਬੰਦ ਨਹੀਂ ਕਰ ਸਕਦਾ ਜਿੱਥੋਂ ਤੱਕ ਮੇਰੇ ਪੈਸੇ ਨਹੀਂ ਪੂਰੇ ਹੁੰਦੇ। ਮੈਂ ਉਹਨੂੰ ਪੈਸੇ ਨਾ ਦੇਵਾਂ ਤੇ ਅਗਲਾ ਕਹੂਗਾ ਕੌਣ ਤੂੰ ਹੈ? ਇਹ ਉੱਥੋਂ ਤੱਕ ਵਜਾਉਣਗੇ ਜਿੱਥੋਂ ਤੱਕ ਇਹਨਾਂ ਨੇ ਜੋ ਮੇਰੇ ਨਾਲ ਮਕਾਇਆ ਇਹਨਾਂ ਨੂੰ ਮਿਲਿਆ।
ਇਸੇ ਤਰ੍ਹਾਂ ਰੱਬ ਹੈ, ਜਿੰਨਾ ਚਿਰ ਰੱਬ ਦੀ ਭਗਤੀ ਕਰੋਗੇ ਰੱਬ ਤੁਹਾਡੇ ਨਾਲ ਹੈ। ਓਏ ਜਿੱਦਣ ਭਗਤੀ ਕਰਨੀ ਛੱਡ ਦਿੱਤੀ ਫਿਰ ਤੁਸੀਂ ਕੌਣ ਤੇ ਰੱਬ ਕੌਣ। ਅੱਜ ਦੀ ਇਸ ਮਹਿਫਲ ਦਾ ਇੱਕ ਹੋਰ ਬਹੁਤ ਵੱਡਾ ਵਹਿਮ ਦਿਲ ਚੋਂ ਕੱਢ ਦਈਏ। ਸੁਣਿਓ, ਤੁਹਾਡੇ ਜੋ ਕੋਈ ਉੱਠ ਕੇ ਦੱਸ ਸਕਦਾ ਮੈਂ ਕਿਹੜੀ ਬਰਾਦਰੀ ਤੋਂ ਆਉਣਾ? ਨਹੀਂ ਦੱਸ ਸਕਦਾ। ਜੇ ਸਿਰ ਤੇ ਦਸਤਾਰ ਵੱਜੀ ਹੈ, ਹੱਥ ਦੇ ਵਿੱਚ ਸ਼੍ਰੀ ਸਾਹਿਬ ਫੜਿਆ ਹੈ, ਕੋਈ ਦੱਸ ਸਕਦਾ ਹੈ ਕਿਹੜੀ ਜਾਤੀ ਤੋਂ ਹੈ? ਦੱਸ ਸਕਦਾ? ਤੁਸੀਂ ਕਹੋਗੇ ਸਰਦਾਰ, ਉਹਦੇ ਪਹਿਰਾਵੇ ਤੋਂ ਸਰਦਾਰ ਲੱਗ ਰਿਹਾ। ਜੇ ਮੈਂ ਕਹਾਂ ਕਿ ਇਹ ਪੱਗ ਤੋਂ ਬਿਨਾਂ ਹੋਵੇ, ਦਾੜੀ ਕੱਟੀ ਹੋਵੇ, ਫਿਰ ਕਈ ਵਾਰੀ ਜਿਹੜੇ ਵੱਡੀ ਜਾਤ ਦੇ ਲੋਕ ਉਹਨਾਂ ਦੇ ਮਨ 'ਚ ਪਤਾ ਕੀ ਆ ਜਾਂਦਾ ਹੈ ਵੀ ਇਹ ਗਰੀਬ ਹੈ, ਇਹਨੂੰ ਨੇੜੇ ਨਾ ਬੈਠਣ ਦਿਓ। ਪਰ ਇੱਕ ਗੱਲ ਯਾਦ ਰੱਖਿਓ, ਜਿੱਦਣ ਇਹਦੇ ਘਰ ਦੇ ਡੰਕਾ ਵੱਜਣਾ ਨਾ, ਇਹਨੇ ਫਿਰ ਇਹ ਨਹੀਂ ਦੇਖਣਾ ਵੀ ਤੇਰੇ ਸਾਹਮਣੇ ਕੌਣ ਹੈ ਤੇ ਅੱਗੇ ਕੌਣ ਹੈ ਪਿੱਛੇ ਕੌਣ ਹੈ, ਰਗੜ ਕੇ ਧਰ ਦਿੰਦਾ। ਆ ਮੈਂ ਰਸਤੇ 'ਚ ਆਇਆ, ਬਹੁਤ ਵੱਡਾ ਐਕਸੀਡੈਂਟ ਹੋਇਆ, ਉਹਦੇ 'ਚੋਂ ਮੇਰੇ ਕੋਲ 5-7 ਲੋਕ, ਮਾਲਕ ਉਹਨਾਂ ਨੂੰ ਪਹਿਲੇ ਤੇ ਜ਼ਿੰਦਗੀ ਬਖਸ਼ੇ, ਉਹ ਸਲਾਮਤ ਰਹਿਣ। ਗੱਡੀ ਦਾ ਮਰੂੰਡਾ ਬਣ ਗਿਆ ਬਾਬਾ ਜੀ, ਕੋਈ ਜਾ ਕੇ ਦੱਸੂਗਾ ਵੀ ਉਹ ਕੌਣ ਨੇ, ਕਿੱਥੋਂ ਨੇ? ਔਰ ਇੱਕ ਗੱਲ ਯਾਦ ਰੱਖਿਓ, ਰੱਬ ਨੂੰ ਨਾ ਧਿਆਓ ਕੰਮ ਚੱਲੂਗਾ। ਇਹ ਮੇਰੀ ਗੱਲ ਨੋਟ ਕਰ ਲਿਓ, ਰੱਬ ਨੂੰ ਨਾ ਧਿਆਓ ਗੱਲ ਚੱਲੂਗਾ, ਪਰ ਜਿਹੜੇ ਉਹਨੇ ਰੂਲ ਰੈਗੂਲੇਸ਼ਨ ਬਣਾਏ ਆ ਨਾ, ਅਗਰ ਉਸ 'ਤੇ ਖੜੇ ਉਤਰ ਗਏ ਤਾਂ ਰੱਬ ਤੁਹਾਡੇ ਨਾਲ ਹੈ। ਸਾਨੂੰ ਇਹ ਪੈਲਸ ਦਿੱਤੀ ਹੈ, ਅਗਲੇ ਨੇ ਕਹਿ ਕੇ ਦਿੱਤਾ ਭਾਈ ਜੇ ਸੰਗਤ ਕਰ ਰਹੇ ਹੋ ਪੈਸੇ ਭਲਾ ਨਾ ਦਿਓ ਚੱਲੂਗਾ, ਸਾਡੇ ਬਾਥਰੂਮ ਗੰਦੇ ਨਹੀਂ ਹੋਣੇ ਚਾਹੀਦੇ, ਸਾਡੇ ਇੱਥੇ ਖਲਾਰਾ ਨਹੀਂ ਪੈਣਾ ਚਾਹੀਦਾ, ਸਾਨੂੰ ਸਾਫ਼ ਸਫਾਈ ਚਾਹੀਦੀ ਹੈ। ਸਵੇਰੇ ਜਦੋਂ ਉਹਨੂੰ ਕਲੀਨ ਕਰਕੇ ਦੇਵਾਂਗੇ ਅਗਲਾ ਖੁਸ਼, ਅਤੇ ਜੇ ਇੱਥੇ ਖਲਾਰਾ ਪਾ ਕੇ ਦੇਵਾਂਗੇ ਉਹ ਕਹਿਣਗੇ ਵੀ ਇਸ ਵਾਰੀ 'ਤੇ ਤੁਸੀਂ ਵੜ ਗਏ, ਦੁਬਾਰਾ ਨਾਮ ਨਾ ਲੈ ਲਓ ਇੱਥੇ ਵੜਨ ਦਾ। ਰੱਬ ਉਹ ਹੈ ਕਿਵੇਂ, 99% ਲੋਕਾਂ 'ਚ ਪਤਾ ਕੀ ਹੁੰਦਾ, ਜੇ ਕਿਸੇ ਨੂੰ ਥੋੜ੍ਹੀ ਜਿਹੀ ਸੋਹਣੀ ਸੂਰਤ ਮਿਲ ਗਈ ਉਹ ਮਾੜੇ ਨੂੰ ਕਤਰਾਉਣ ਲੱਗ ਜਾਂਦਾ ਬਾਬਾ ਜੀ, ਮਾੜੇ ਤੋਂ। ਸੋਹਣੀ ਸੂਰਤ ਦਾ, ਮਾਇਆ ਦਾ, ਉੱਚੇ ਅਹੁਦੇ ਦਾ, ਗੱਡੀਆਂ ਕਾਰਾਂ ਦਾ ਜ਼ਿੰਦਗੀ 'ਚ ਮਾਣ ਨਾ ਕਰਿਓ। ਇਹ ਕਮਾਉਣ 'ਚ ਜ਼ਿੰਦਗੀ ਲੱਗ ਜਾਂਦੀ ਹੈ, ਖੋਣ 'ਚ ਇੱਕ ਮਿੰਟ ਲੱਗਦੀ, ਐਂ ਖੋ ਲੈਂਦਾ। ਕਿਸੇ ਗਰੀਬ ਨੂੰ ਜੇ ਕੁਝ ਦੇ ਨਹੀਂ ਨਾ ਸਕਦੇ ਤੇ ਤੁਹਾਡੇ ਕੋਲ ਇੰਨਾ ਹੱਕ ਨਹੀਂ ਹੈਗਾ ਕਹਿਣ ਦਾ, ਓਏ ਤੂੰ ਕੌਣ ਹੈ ਪਿੱਛੇ ਕਰੇ। ਇਹ ਗੱਲ ਕਿਉਂ ਕਹਿ ਰਿਹਾ, ਇੱਕ ਵਿਆਹ ਦੇ ਵਿੱਚ ਮੈਂ ਵਿਆਹ 'ਚ ਚਲਾ ਗਿਆ, ਸੁਣਿਓ,
ਇਹ ਗੱਲ ਤੁਹਾਡੇ ਦਿਲ ਤੇ ਲੱਗਣੀ ਹੈ। ਵਿਆਹ ਦੇ ਵਿੱਚ ਗਿਆ, ਵਿਆਹ ਕਿਹਨਾਂ ਦਾ? ਮੇਰਾ ਦੋਸਤ ਮਿਸਤਰੀਆਂ ਦਾ ਮੁੰਡਾ ਵਿਆਹ ਦੇਖਣ ਚਲੇ ਗਏ। ਉਹਨਾਂ ਦੇ ਘਰ ਦੇ ਵਿੱਚ ਇੱਕ ਕੰਮ ਕਰਨ ਵਾਲੀ ਔਰਤ, ਉਹ ਭੈਣ ਕੰਮ ਕਰ ਰਹੀ ਹੈ, ਸਾਈਡ 'ਚ ਭਾਂਡੇ ਧੋ ਰਹੀ ਹੈ। ਸਾਨੂੰ ਚਾਹ ਪਿਆਉਣ ਲੱਗੇ, ਕਿਸੇ ਨੇ ਕਿਹਾ, ਕਹਿੰਦੇ ਉਹ ਭੈਣੇ ਆ ਜਾ ਤੂੰ ਵੀ ਚਾਹ ਪੀ ਲੈ। ਤੇ ਚਾਹ ਪੀਣ ਲੱਗੇ ਤੇ ਬਾਬੇ ਉਹਨਾਂ ਦੇ ਘਰ ਦੇ ਵਿੱਚ ਇੱਕ ਜੱਟ ਪਰਿਵਾਰ ਤੋਂ, ਜੱਟਾਂ ਦੀ ਇੱਕ ਬੁੜੀ ਮਾਈ ਆਈ ਹੋਈ ਸੀ, ਜਿਹਨੇ ਸ਼੍ਰੀ ਸਾਹਿਬ ਪਾਇਆ ਹੋਇਆ, ਅੰਮ੍ਰਿਤ ਛਕਿਆ ਹੋਇਆ। ਉਹ ਪਤਾ ਕੀ ਕਹਿੰਦੀ? ਕਹਿੰਦੇ ਇਹਨੂੰ ਪੀੜੀ ਦੇ ਦੋ, ਦੂਰ ਹੋ ਕੇ ਬਹਿ ਜਾਵੇ। ਮੈਂ ਸਾਰਾ ਸਾਰਾ ਉਸ ਕੌਤਕ ਦੇਖ ਰਿਹਾ। ਕਹਿੰਦੇ ਉਹਨੂੰ ਪੀੜੀ ਦੇ ਦੋ, ਉੱਥੇ ਬਹਿ ਜਾ ਭੈਣੇ। ਕਿਉਂ? ਕਿਉਂਕਿ ਉਹ ਨੀਵੀਂ ਜਾਤੀ ਤੋਂ ਥਾਂ। ਪਹਿਲਾ ਪੁਆਇੰਟ ਠੀਕ ਹੈ, ਬਹਿ ਗਈ ਉਹ। ਮੇਰੇ ਗੱਲ ਇੱਥੇ ਲੱਗੀ, ਮੈਂ ਕਿਹਾ ਓਏ, ਇਹਨਾਂ ਨੇ ਅੰਮ੍ਰਿਤ ਛੱਕ ਕੇ ਵੀ ਰੱਬ ਨੂੰ ਅਜੇ ਨਹੀਂ ਪਾਇਆ, ਝੂਠਾ ਹੀ ਅੰਮ੍ਰਿਤ ਛੱਕੀ ਫਿਰਦੇ ਆ। ਜਦੋਂ ਮਹਾਰਾਜ ਗੁਰੂ ਦੇ ਬਾਟੇ 'ਚੋਂ ਅੰਮ੍ਰਿਤ ਛਕਾਇਆ ਜਾਂਦਾ, ਉੱਥੇ ਇਹ ਨਹੀਂ ਪੁੱਛਿਆ ਜਾਂਦਾ ਵੀ ਇਹ ਕਿਹੜੀ ਜਾਤੀ ਤੋਂ ਹੈ, ਇਹ ਕਿਹੜੀ ਕੌਮ 'ਚੋਂ ਹੈ। ਸਿਰਫ ਇਹ ਕਹਿੰਦਾ ਵੀ ਇਹ ਗੁਰੂ ਦਾ ਪਿਆਰਾ ਬਣਨਾ, ਇਹਨੂੰ ਅੰਮ੍ਰਿਤ ਛਕਾਓ ਤੇ ਗੁਰੂ ਦਾ ਪਿਆਰਾ ਬਣਾਓ। ਔਰ ਉਹ ਛੱਕ ਕੇ ਵੀ ਕਹਿੰਦਾ ਉੱਥੇ ਬਹਿ ਜਾ। ਔਰ ਉਹ ਭੈਣ ਦੇ ਚਿਹਰੇ ਤੋਂ ਸਮਾਈਲ ਨਹੀਂ ਗਈ, ਉਹ ਹੱਸਦੀ ਹੋਈ ਚਾਹ ਦਾ ਕੱਪ ਫੜਿਆ। ਔਰ ਉਹਨੂੰ ਚਾਹ ਪਤਾ ਕਾਹਦੀ 'ਚ ਦਿੱਤੀ? ਪੁਰਾਣੇ ਗਲਾਸ ਦੇ ਵਿੱਚ, ਤੇ ਜਿਹੜੇ ਰਿਸ਼ਤੇਦਾਰ ਆਏ ਸੀ ਉਹਨਾਂ ਨੂੰ ਬਾਉਣ ਚਾਈਨਾ ਦੇ ਕੱਪਾਂ 'ਚ ਚਾਹ ਦਿੱਤੀ। ਮੇਰੇ ਦੂਜੀ ਗੱਲ ਇੱਥੇ ਖੁੱਭ ਗਈ, ਮੈਂ ਦੇਖ ਰਿਹਾ। ਤੀਜੀ ਗੱਲ ਬਾਬੇ, ਉਹਨਾਂ ਨੇ ਕਿਹਾ ਕਹਿੰਦੇ ਬਰਫੀ ਲਿਆਓ ਖਵਾਓ, ਉਹਨਾਂ ਨੇ ਸਾਡੇ ਸਾਹਮਣੇ ਬਰਫੀ ਰੱਖੀ। ਉਦੋਂ ਹੱਦ ਹੋ ਗਈ, ਆ ਸੀਨੇ ਤੋਂ ਤੀਰ ਪਾਰ ਹੋ ਗਿਆ ਜਦੋਂ ਉਸ ਮਾਈ ਨੇ ਇਹ ਤੀਜਾ ਵਾਕਿਆ ਕੀਤਾ। ਸਾਰੇ ਕਹਿੰਦੇ ਵੀ ਬਰਫੀ, ਕਹਿੰਦੇ ਉਹਨੂੰ ਵੀ ਦੇ ਦਿਓ ਇੱਕ ਬਰਫੀ ਚੱਕ ਕੇ, ਜਿਹੜੀ ਭੈਣ ਬੈਠੀ ਆ। ਉਹਨੇ ਮਾਈ ਨੇ ਪਤਾ ਕੀ ਕੀਤਾ? ਉਹਨੇ ਬਾਬਾ ਜੀ, ਉਹਨੇ ਕੋਲ ਪਿਆ ਚਾਕੂ, ਉਹਨੇ ਚਾਕੂ ਚੱਕਿਆ ਤੇ ਬਰਫੀ ਦੇ ਵਿੱਚ ਖਬੋ ਕੇ ਉਹਨੂੰ ਕਹਿੰਦੀ ਲੈ ਫੜ ਖਾ ਲੈ। ਮੈਂ ਜਾ ਕੇ ਉਹਦੀ ਬਰਫੀ ਫੜ ਲਈ, ਚਾਕੂ ਫੜ ਲਿਆ। ਮੈਂ ਕਿਹਾ ਮਾਤਾ, 100 ਜਨਮ ਵੀ ਲੈ ਲਵੇ, ਤੂੰ ਕਲਗੀ ਧਰ ਪਾਤਸ਼ਾਹ ਦੀ ਧੀ ਨਹੀਂ ਹੋ ਸਕਦੀ, ਤੂੰ ਗੁਰੂ ਨਾਨਕ ਦੀ ਧੀ ਨਹੀਂ ਹੋ ਸਕਦੀ, ਤੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਧੀ ਨਹੀਂ ਹੋ ਸਕਦੀ ਜੇ ਤੇਰੇ 'ਚ ਅਜੇ ਤੱਕ ਇਹ ਹੰਕਾਰ ਨਹੀਂ ਗਿਆ। ਓਏ, ਉੱਚਾ ਕੌਣ ਹੁੰਦਾ? ਉੱਚਾ ਹਮੇਸ਼ਾ ਉਹ ਹੁੰਦਾ ਜਿਹੜਾ ਨਾਲ ਬੈਠੇ ਬੰਦੇ ਨੂੰ ਪਤਾ ਨਾ ਲੱਗਣ ਦੇਵੇ ਤੇਰੇ 'ਚ ਮੇਰੇ 'ਚ ਫਰਕ ਕੀ ਹੈ। ਉਹ ਉੱਚਾ ਹੁੰਦਾ ਹੈ। ਉੱਚਾ ਉਹ ਨਹੀਂ ਕਿ ਪੈਸੇ 'ਚ ਉੱਚਾ ਹੈ, ਉੱਚਾ ਉਹ ਨਹੀਂ ਕਿ ਮਾਇਆ 'ਚ ਉੱਚਾ, ਉਹਦੇ 'ਚ ਉੱਚਾ ਹੈ। ਉੱਚਾ ਉਹ ਹੈ ਜਿਹੜਾ ਨਾਲ ਬੈਠੇ ਨੂੰ ਇਹ ਵੀ ਨਾ ਪਤਾ ਲੱਗਣ ਦੇਵੇ ਕਿ ਮੈਂ ਕੌਣ ਹੈ ਤੇ ਤੂੰ ਕੌਣ ਹੈ। ਸੱਚੀ ਗੱਲ ਹੈ। ਉਹਦਾ ਚਾਕੂ ਫੜ ਲਿਆ, ਬਰਫੀ ਦੀ ਸਾਰੀ ਪਲੇਟ ਉਹਦੇ ਅੱਗੇ ਰੱਖੀ, ਉਹਨੂੰ ਉੱਥੋਂ ਉਠਾਇਆ, ਆਪਣੀ ਕੁਰਸੀ ਤੇ ਬਿਠਾਇਆ ਤੇ ਉਹਨੂੰ ਕਿਹਾ, ਮੈਂ ਕਿਹਾ ਭੈਣੇ ਪਹਿਲੇ ਤੂੰ ਖਾ, ਜੇ ਬਚ ਗਿਆ ਤੇ ਸਾਨੂੰ ਦੇ ਦੀ ਅਸੀਂ ਖਾ ਲਾਂਗੇ। ਔਰ ਉਹਦੇ ਅੱਖਾਂ ਦੇ ਵਿੱਚ ਅੱਥਰੂ ਪਤਾ ਮੈਨੂੰ ਕੀ ਕਹਿ ਰਹੇ ਸੀ? ਜਾ ਤੇਰਾ ਭਲਾ ਹੋਵੇ, ਜਾ ਤੇਰਾ ਭਲਾ ਹੋਵੇ। ਤੇ ਅਸੀਂ ਕਿਹੜੇ ਕੰਮ 'ਚ ਫੇਰਦੇ ਹਾਂ ਬਾਬਿਓ? ਇਹ ਆਪਣੇ ਦਿਲਾਂ ਔਰ ਦਿਮਾਗ 'ਚੋਂ ਵਹਿਮ ਕੱਢ ਦਿਓ। ਦੁਆਬੇ ਦੇ ਲੋਕੋ, ਉਹਨੇ ਸਾਨੂੰ ਇੱਕ ਬਣਾ ਕੇ ਭੇਜਿਆ ਹੈ, ਇਹ ਸਾਡੇ ਧਰਮ ਦੇ ਠੇਕੇਦਾਰਾਂ ਨੇ ਸਾਨੂੰ ਜ਼ਰੂਰ ਅਲੱਗ ਕਰ ਦਿੱਤਾ ਹੋਊਗਾ, ਪਰ ਸਾਨੂੰ ਮਾਲਕ ਨੇ ਇੱਕੋ ਹੀ ਜਗ੍ਹਾ ਤੋਂ ਭੇਜਿਆ ਹੈ ਔਰ ਇੱਕੋ ਹੀ ਜਗ੍ਹਾ ਜਾਣਾ ਹੈ। ਅੱਜ ਉਹ ਛੋਟੇ ਸਾਹਿਬਜ਼ਾਦੇ, ਉਹ
ਕਲਗੀਧਰ ਪਾਤਸ਼ਾਹ ਦੇ ਬੱਬਰ ਸ਼ੇਰ 7 ਤੇ 9 ਸਾਲ ਦੇ ਜਿਹੜੇ ਗਏ ਆ ਨਾ ਸਾਡੇ ਲਈ, ਜਿਹਨਾਂ ਨੇ ਕੁਰਬਾਨੀ ਦਿੱਤੀ ਹੈ, ਉਹਦੇ ਵਰਗਾ ਹੋ ਜੂਗਾ ਕੋਈ? ਜੇ ਉਹਨਾਂ ਵਰਗਾ ਕੋਈ ਹੈ ਨਹੀਂ ਤੇ ਤਾਂ ਦੁਨੀਆਂ ਤੇ ਇਤਿਹਾਸ ਬਣਿਆ ਹੋਇਆ ਤੇ ਆਪਾਂ ਸਾਡੇ ਬੱਚੇ ਨੂੰ ਜ਼ੁਕਾਮ ਹੋ ਜਾਵੇ ਤੇ 50 ਡਾਕਟਰਾਂ ਕੋਲ ਲੈ ਕੇ ਫਿਰਦੇ ਹਾਂ। ਓਏ ਭਲੇ ਲੋਕ, ਜਦੋਂ ਨੀਹਾਂ ਦੇ ਵਿੱਚ ਚਿਣ ਰਹੇ ਸੀ ਨਾ, ਜਦੋਂ ਗੋਡੇ ਦੇ ਕੋਲ ਕੰਧ ਆਈ, ਇਸ ਗੋਡੇ ਦੇ ਕੋਲ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ, ਛੋਟਾ ਸਾਹਿਬਜ਼ਾਦਾ, ਉਹ ਮਿਸਤਰੀ ਜਦੋਂ ਇੱਟ ਨੂੰ ਛਿੱਲਣ ਲੱਗਾ ਤੇ ਉਹ ਪਤਾ ਕੀ ਕਹਿੰਦਾ? ਕਹਿੰਦਾ ਓਏ ਇੱਟ ਨਾ ਛਿੱਲੀ, ਤੂੰ ਸਾਡਾ ਸਿੱਧਕ ਦੇਖ ਲਿਆ, ਹੁਣ ਸਾਡਾ ਸਬਰ ਵੀ ਦੇਖ ਕਿੱਦਾਂ। ਕਹਿੰਦਾ ਮੇਰੀ ਗੋਡੇ ਦੀ ਚੱਪਣੀ ਕੱਢ ਦੇ ਪਰ ਇੱਟ ਨਾ ਛਿੱਲੀ। ਕੋਈ ਕੱਲ ਨੂੰ ਆਉਣ ਵਾਲੀ ਦੁਨੀਆਂ 'ਚ ਇਹ ਨਾ ਕਵੇ ਕਿ ਬਾਬਾ ਫਤਿਹ ਸਿੰਘ ਨੇ ਇੱਟ ਨੂੰ ਦੁੱਖ ਦੇ ਦਿੱਤਾ, ਇੱਟ ਨੂੰ ਛਿੱਲ ਦਿੱਤਾ। ਉਹ ਐਸੇ ਦੁਨੀਆਂ 'ਤੇ ਆਏ ਜਿਨ੍ਹਾਂ ਨੇ ਇੱਟ ਨੂੰ, ਇੱਕ ਮਿੱਟੀ ਦੀ ਬਣੀ ਇੱਟ ਨੂੰ ਦੁੱਖ ਨਹੀਂ ਦਿੱਤਾ, ਆਪਣੇ 'ਤੇ ਸਾਰੀ ਗੱਲ ਲੈ ਲਈ, ਆਪਣਾ ਗੋਡਾ ਛਲਾ ਕੇ ਬਾਬਾ ਜੀ ਉਹਨੇ ਆਪਣੀ ਕੰਧ ਪੂਰੀ ਕਰ ਦਿੱਤੀ। ਅਤੇ ਆਪਾਂ ਅਸੀਂ ਕਹਿੰਦੇ ਹਾਂ ਸਾਨੂੰ ਸੁੱਖ ਮਿਲ ਜਾਵੇ, ਭਲਾ ਦੂਜੇ 'ਤੇ ਜਿੰਨੇ ਮਰਜ਼ੀ ਦੁੱਖ ਆ ਜਾਣ। ਜੇ ਉਹਨਾਂ ਵਰਗਾ ਬਣਨਾ ਹੈ, ਉਹਨਾਂ ਵਰਗਾ ਬਣਨਾ ਹੈ, ਫਿਰ ਧਿਆਨ ਧਰਨ ਦੀ ਲੋੜ ਹੈ, ਰੱਬ ਨੂੰ ਸਮਝਣ ਦੀ ਲੋੜ ਹੈ। ਜਿੱਥੇ ਨਿੱਕੀਆਂ ਜਿੰਦਾਂ ਕੌਮ ਦੇ ਲਈ ਨੀਹਾਂ ਵਿੱਚ ਖੜੀਆਂ, ਸਾਡੇ ਲਈ ਖੜ ਗਏ ਬਾਬਾ, ਨਿੱਕੀਆਂ ਜਿੰਦਾਂ ਕੌਮ ਦੇ ਲਈ ਨੀਹਾਂ ਵਿੱਚ ਖੜੀਆਂ। ਕੀ ਗੱਲਾਂ ਦੱਸਾਂ, ਗੱਲਾਂ ਨੇ ਬੜੀਆਂ। ਆ ਜੋ ਸਾਰੇ ਮੱਥਾ ਟੇਕਣ ਉਸ ਕੰਧ ਨੂੰ ਚੱਲੀਏ, ਆ ਜੋ ਸੰਗਤੇ ਭੋ ਦੇ ਦਿਨ ਸਰਹੰਦ ਨੂੰ ਚੱਲੀਏ, ਆ ਜੋ ਸੰਗਤੇ ਭੋ ਦੇ ਦਿਨ ਸਰਹੰਦ ਨੂੰ ਚੱਲੀਏ, ਆ ਜੋ ਸੰਗਤੇ ਭੋ ਦੇ ਦਿਨ ਸਰਹੰਦ ਨੂੰ ਚੱਲੀਏ, ਆ ਜੋ ਸੰਗਤੇ ਭੋ ਦੇ ਦਿਨ ਸਰਹੰਦ ਨੂੰ ਚੱਲੀਏ, ਆ ਜੋ ਸੰਗਤੇ ਭੋ ਦੇ ਦਿਨ ਸਰਹੰਦ ਨੂੰ ਚੱਲੀਏ। ਬਾਬਾ ਚੋਰਾ ਵਰਤੇ ਫਤਿਹ ਸਿੰਘ ਵਰਗਾ ਪੁੱਤ ਨਹੀਂ ਹੋਣਾ, ਐਸਾ ਬੂਟਾ ਲਾ ਕੇ ਸਿੱਖੀ ਦਾ ਜਿਹੜਾ ਪੁੱਟ ਨਹੀਂ ਹੋਣਾ। ਚੱਲ ਪਏ ਚੱਲ ਪਏ ਤੇ ਜਾਇਓ ਨਾ, ਅਜੇ ਤੁਹਾਡੀ 20 ਮਿੰਟ ਹੋਰ ਲੋੜ ਹੈ, ਉਸ ਤੋਂ ਬਾਅਦ ਜਿੱਥੇ ਮਰਜ਼ੀ ਜਾਇਓ। ਬੜੀ ਮਿਹਰਬਾਨੀ ਹੋਊਗੀ ਜਿੱਥੇ ਵੀ ਜਾ ਰਹੇ ਮੋੜ ਆਇਓ। ਫਿਰ ਕਿਤੇ ਇਹ ਨਾ ਹੋਵੇ ਇਹੀ ਕਹਿੰਦੇ ਵੀ ਉੱਥੇ ਹੀ ਬਹਿ ਜਾਂਦੇ, ਚੰਗੀ ਗੱਲ ਸੀ, ਬਹਿ ਜਾਓ। ਪਤਾ ਨਹੀਂ ਮੈਂ ਕਿਉਂ ਕਹਿ ਰਿਹਾ, ਮੈਨੂੰ ਨਹੀਂ ਪਤਾ, ਮੈਂ ਅੰਦਰ ਸੁਣਾ ਕੇ ਅੱਡਿਆ ਮੁਰਸ਼ਦ ਦੇ ਦਰਬਾਰ ਸਰਬ ਸਾਂਝੇ ਬਾਪੂ ਗੁਲਾਮ ਸਾਈਂ ਸੁਰਿੰਦਰ ਸ਼ਾਹ ਸਰਕਾਰ ਦੇ ਦਰਬਾਰ ਤੇ ਨਾ 4-5 ਮੁੰਡੇ ਆ ਗਏ ਗੱਡੀ ਲੈ ਕੇ। ਗੱਡੀ ਕਿਹੜੀ? ਬਲੈਰੋ, ਬਲੈਰੋ ਗੱਡੀ ਲੈ ਕੇ ਆ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੰਨੇ ਜੱਚਦਾ ਪੱਗ ਸਲਾਮ ਆ ਬਾਬਾ ਜੀ। ਗੱਡੀ ਲੈ ਕੇ ਆ ਗਏ,
ਤੇ ਦਾਤਾ ਜੀ ਕਹਿੰਦੇ ਭਾਈ ਬਹਿ ਜਾਓ ਤੁਹਾਨੂੰ ਚਾਹ ਪਿਆਵਾਂ। ਕਹਿੰਦੇ ਨਹੀਂ ਜੀ, ਗੱਡੀ ਦੀ ਅਰਦਾਸ ਕਰ ਦਿਓ, ਅਸੀਂ ਜਾਣਾ ਛੇਤੀ ਛੇਤੀ। ਬਾਪੂ ਨੇ ਦੋ ਵਾਰੀ ਕਿਹਾ, ਕਹਿੰਦੇ ਰਸਤੇ 'ਚ ਚਿੱਕੜ ਬੜਾ ਬਹਿ ਜਾਓ। ਮੁੰਡੇ ਸੋਚਣ ਲੱਗੇ ਦੁਪਹਿਰ ਲੰਘੀ ਧੁੱਪ ਬੜੀ, ਚਿੱਕੜ ਕਿੱਥੋਂ ਆ ਗਿਆ, ਮੀਂਹ ਪਿਆ ਹੀ ਨਹੀਂ। ਪਰ ਫਕੀਰ ਦੀ ਰਮਜ ਨਹੀਂ ਸਮਝੀ। ਦਾਤਾ ਜੀ ਕਹਿਣ ਲੱਗੇ ਬਹਿ ਜਾਓ ਭਾਈ, ਚਿੱਕੜ ਬੜਾ। ਨਹੀਂ ਸੁਣੀ, ਵਾਰ ਵਾਰ ਕਹੀ ਜਾਣਾ, ਨਹੀਂ ਅਸੀਂ ਜਾਣਾ ਜੀ। ਦਾਤਾ ਜੀ ਕਹਿੰਦੇ ਆਹ ਫੜੋ ਚਾਬੀ ਤੇ ਜਾਓ। ਜਦੋਂ ਗਏ, ਜਿਵੇਂ ਰੋਡ ਤੇ ਚੜੇ, ਇੱਕ ਟਰੱਕ ਦੇ ਵਿੱਚ ਵੱਜੇ, ਸਾਰੀ ਗੱਡੀ ਅੱਗੋਂ ਇਕੱਠੀ ਹੋ ਗਈ ਤੇ ਭੱਜੇ ਆਉਣ ਵਾਪਸ। ਕਹਿੰਦੇ ਦਾਤਾ ਜੀ ਸਾਡੀ ਗੱਡੀ ਟੁੱਟ ਗਈ। ਕਹਿੰਦੇ ਮੈਂ ਕਿਹਾ ਸੀ ਬਹਿ ਜਾਓ, ਤੁਹਾਨੂੰ ਚਾਹ ਪਿਆਵਾਂ, ਤੁਸੀਂ ਸੁਣੀ ਰਹੇ ਨਹੀਂ। ਤੁਹਾਨੂੰ ਕਿਹਾ ਸੀ ਰਾਹ 'ਚ ਚਿੱਕੜ ਬੜਾ। ਫਿਰ ਗੱਲ ਖਾਨੇ ਪੈ ਗਈ ਵੀ ਬਾਪੂ ਸੋਚਿਆ ਨਵੀਂ ਗੱਡੀ। ਸੰਗਤ ਨੂੰ ਕਦੇ ਅਧੂਰਾ ਨਹੀਂ ਛੱਡ ਕੇ ਜਾਣਾ ਚਾਹੀਦਾ। ਬੈਠੋ, ਸੁਣੋ, ਇਹ ਗਿਆਨ ਦੀਆਂ ਗੱਲਾਂ ਹੋ ਰਹੀਆਂ, ਅਸੀਂ ਕਿਹੜਾ ਗਾ ਰਹੇ ਹਾਂ? ਮੈਂ ਕੋਈ ਇੱਥੇ ਇਹ ਥੋੜ੍ਹੀ ਗਾ ਰਿਹਾ, ਘੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਵੇ ਤੈਨੂੰ ਕੀ ਮਿਲਣਾ, ਘੇਰੇ ਪਿੱਛੇ ਐਵੇਂ ਪੈਟਰੋਲ ਫੂਕ ਕੇ ਵੇ ਤੈਨੂੰ ਕੀ ਮਿਲਣਾ। ਮੈਂ ਕੋਈ ਇਹ ਥੋੜ੍ਹੀ ਗਾ ਰਿਹਾ, ਇਹ ਘਰ ਰੱਬ ਦੀ ਗੱਲ ਹੋ ਰਹੀ ਹੈ। ਸੁਣਿਓ, ਬਗਦਾਦ ਸ਼ਹਿਰ ਦਾ ਨਾਂ ਸੁਣਿਆ? ਸ਼ਹਿਰ ਬਗਦਾਦ ਦੇ ਵਿੱਚ ਦੋ ਭਰਾ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ, ਰਿਸ਼ਤੇ ਨਹੀਂ ਹੋ ਰਹੇ। ਸੁਣਿਓ, ਬੜੀ ਬੜੀ ਡੂੰਘੀ ਗੱਲ ਆ। ਬਗਦਾਦ ਸ਼ਹਿਰ ਦੇ ਵਿੱਚ ਦੋ ਭਰਾ ਜਿਨ੍ਹਾਂ ਦਾ ਵਿਆਹ ਨਹੀਂ ਹੋ ਰਿਹਾ, ਰਿਸ਼ਤੇ ਨਹੀਂ ਹੋ ਰਹੇ। ਕੋਈ ਆਉਂਦੇ ਆ ਰਿਸ਼ਤੇ, ਕਿਸੇ ਕਾਰਨ ਮੁੱਕਰ ਪੈ ਜਾਂਦੇ ਆ, ਜਵਾਬ ਦੇ ਦਿੰਦੇ ਆ। ਇੱਕ ਦਿਨ ਇੱਕ ਪਰਿਵਾਰ ਆਇਆ, ਉਹ ਕਹਿੰਦੇ ਸਾਨੂੰ ਦੋਵੇਂ ਮੁੰਡੇ ਬੜੇ ਪਸੰਦ ਆ, ਸਾਡੀ ਦੋ ਕੁੜੀਆਂ, ਅਸੀਂ ਦੋਵਾਂ ਦਾ ਨਿਕਾਹ ਕਰ ਦੇਵਾਂਗੇ, ਪਰ ਸਾਨੂੰ ਇੱਕ ਗੱਲ ਚਾਹੀਦੀ ਹੈ। ਉਹ ਗੱਲ ਕੀ? ਵੀ ਇਹ ਦੋਵੇਂ ਮੁੰਡੇ ਮੁਰਸ਼ਦ ਵਾਲੇ ਹੋਣੇ ਚਾਹੀਦੇ ਆ, ਗੁਰੂ ਵਾਲੇ ਹੋਣੇ ਚਾਹੀਦੇ, ਪੀਰ ਵਾਲੇ ਹੋਣੇ ਚਾਹੀਦੇ। ਬਾਈ, ਤੁਹਾਡੇ 'ਚੋਂ ਹੱਥ ਖੜੇ ਕਰੇ ਇਮਾਨਦਾਰੀ ਨਾਲ, ਗੁਰੂ ਵਾਲਾ ਕਿਹੜਾ ਕਿਹੜਾ ਹੈ? ਗੁਰੂ ਵਾਲਾ ਜਿਹਨੇ ਅਜੇ ਤੱਕ ਗੁਰੂ ਨਹੀਂ ਬਣਾਇਆ, ਹੁਣ ਉਹ ਹੱਥ ਖੜਾ ਕਰੋ ਜਿਹਦਾ ਕੋਈ ਗੁਰੂ ਨਹੀਂ ਹੈਗਾ। ਇਮਾਨਦਾਰੀ ਨਾਲ, ਇਹ ਸੱਚ ਦੇ ਦਰਬਾਰ 'ਚ ਬੈਠੇ ਹੋ। ਇੱਕ ਇੱਕ ਦੋ ਜਿਹਨੇ ਗੁਰੂ ਨਹੀਂ ਬਣਾਇਆ, ਤਿੰਨ ਚਾਰ, ਤੇ ਤੁਸੀਂ ਕੀ ਸੋਚਦੇ? ਤੁਸੀਂ ਦੁਨੀਆ 'ਤੇ ਆਏ ਹੋ, ਤੁਹਾਡਾ ਅਜੇ ਖਾਤਾ ਹੀ ਨਹੀਂ ਖੋਲਿਆ ਬਾਬਾ ਜੀ, ਤੁਹਾਡਾ ਬਾਈ 'ਚ ਨਾਮ ਹੀ ਨਹੀਂ ਲਿਖਿਆ ਗਿਆ ਨਾ। ਗੁਰੂ ਜ਼ਰੂਰੀ ਹੈ, ਹੁਣ ਗੁਰੂ ਕਿੱਦਾਂ ਬਣਾਉਣਾ? ਸੁਣਿਓ, ਹੁਣ ਦੋਵੇਂ ਭਰਾ ਕਹਿੰਦੇ ਸਾਨੂੰ ਸ਼ਰਤ ਮਨਜ਼ੂਰ ਹੈ, ਅਸੀਂ ਗੁਰੂ ਵਾਲੇ ਹੋ ਜਾਵਾਂਗੇ, ਸਾਡਾ ਵਿਆਹ ਹੋ ਜਾਊਗਾ। ਹਾਂਜੀ, ਕੀ ਹੋਇਆ? ਇੱਕ ਨੇ ਕਿਹਾ, ਕਹਿੰਦੇ ਮੈਂ ਗੁਰੂ ਬਣਾਉਣਾ, ਮੈਂ ਪੀਰ ਬਣਾਉਣਾ, ਕੁਤਬੇ ਰਬਾਨੀ ਮਹਿਬੂਬੇ ਸਵਾਨੀ ਜਾਂ ਗੌਸ ਅਬਦੁਲ ਕਾਦਰ ਜਲਾਨੀ, ਡੁੱਬੀਆਂ ਤਾਰਨ ਵਾਲਾ, ਗਿਆਰਵੀਂ ਵਾਲੀ ਸੱਚੀ ਸਰਕਾਰ ਨੂੰ, ਬਗੜਾ ਦੇ ਰਹਿਣ ਵਾਲੇ। ਦੂਜਾ ਕਹਿੰਦਾ, ਕਹਿੰਦੇ ਉਹ ਤੇ ਗੁਰੂ ਹੈ, ਸਾਰੀ ਦੁਨੀਆ ਮੰਨਦੀ ਉਹ ਪੀਰ ਹੈ, ਅੱਲਾ ਪਾਕ ਦਾ, ਅੱਲਾ ਪਾਕ ਦੇ ਕਦਮ ਉਹਦੇ ਮੋਢੇ ਤੇ, ਉਹਦੇ ਪੈਰ ਕੁੱਲ ਦੁਨੀਆ ਦੇ ਵਲੀਆਂ ਦੇ, ਪੀਰਾਂ ਦੇ। ਦੂਜਾ ਕਹਿੰਦਾ, ਮੈਂ ਗੁਰੂ ਪਤਾ ਕਿਹਨੂੰ ਬਣਾਉਣਾ? ਮੈਂ ਸਵੇਰ ਦੀ ਨਮਾਜ਼ ਪੜ੍ਹ ਕੇ ਜਦੋਂ ਬਾਹਰ ਨਿਕਲੂੰਗਾ, ਪਹਿਲਾ ਇਨਸਾਨ ਜਿਹੜਾ ਮੱਥੇ ਲੱਗ ਗਿਆ, ਮੇਰਾ ਉਹ ਗੁਰੂ ਹੋਊਗਾ, ਮੇਰਾ ਉਹ ਪੀਰ ਹੋਊਗਾ। ਠਾਣ ਲਿਆ, ਨਮਾਜ਼ ਅਦਾ ਕੀਤੀ, ਬਾਹਰ ਨਿਕਲਿਆ, ਸਾਹਮਣੇ ਇੱਕ ਮਹੰਤਾਂ ਦੀ ਟੋਲੀ ਜਾ ਰਹੀ ਆ, ਉਹ ਨਜ਼ਰ ਆ ਗਏ, ਵਧਾਈ ਲੈਣ ਜਾ ਰਹੇ ਆ ਮਹੰਤ। ਉਹ ਕਹਿੰਦਾ ਓਏ ਹੋਏ ਹੋਏ, ਕੰਮ ਖਰਾਬ ਹੋ ਗਿਆ, ਮਹੰਤ ਨਜ਼ਰ ਆ ਗਏ, ਮਹੰਤਾਂ ਨੂੰ ਗੁਰੂ ਬਣਾਉਣਾ ਪੈਣਾ। ਆਪਣੇ ਦਿਮਾਗ ਨੂੰ ਕਹਿੰਦਾ ਨਹੀਂ, ਦੁਬਾਰਾ ਕਰ ਲੈਂਦੇ, ਕਹਿੰਦੇ ਨਹੀਂ, ਅੰਦਰੋਂ ਅੰਦਰੀ ਗੱਲ ਕਰਦਾ, ਅਕੀਦਾ ਯਕੀਨ, ਥੱਪੜ ਮਾਰੇ ਆਪਣੇ ਆਪ ਨੂੰ, ਜਗਾਇਆ, ਓਏ ਤੂੰ ਵਾਅਦਾ ਕੀਤਾ
ਜਿਹੜਾ ਪਹਿਲੇ ਮਿਲ ਗਿਆ ਉਹਨੂੰ ਗੁਰੂ ਬਣਾ ਲੈਣਾ। ਬਣਾ ਜਦੋਂ ਮਹੰਤਾਂ ਦੇ ਕੋਲ ਗਿਆ ਉਹਨਾਂ ਦੇ ਵਿੱਚ ਜਿਹੜਾ ਇੱਕ ਉਹਨਾਂ ਦਾ ਮੇਨ ਸੀਗਾ ਮਹੰਤ, ਉਹਦੇ ਜਾ ਕੇ ਕਦਮ ਕਹਿੰਦਾ ਜੀ ਅੱਜ ਤੋਂ ਤੁਸੀਂ ਮੇਰੇ ਪੀਰ, ਮੈਂ ਤੁਹਾਡਾ ਮਰੀਦ, ਮੈਂ ਤੁਹਾਡਾ ਮਰੀਦ, ਤੁਸੀਂ ਮੇਰੇ ਪੀਰ। ਉਹ ਮਹੰਤ ਕਹਿੰਦੇ ਜਾ ਭਾਈ, ਅਸੀਂ ਆਪ ਮੰਗ ਕੇ ਟਾਈਮ ਪਾਸ ਕਰਨ ਵਾਲੇ, ਅਸੀਂ ਤਾਂ ਮੰਗਣ ਵਾਲੇ, ਜਾ ਕਿਤੇ ਹੋਰ ਪੀਰ ਬਣਾ ਲੈ। ਕਹਿੰਦੇ ਨਹੀਂ, ਮੈਂ ਉਸ ਲਬਾਕ ਨਾਲ ਵਾਅਦਾ ਕੀਤਾ ਕਿ ਮੇਰੇ ਪੀਰ ਤੁਸੀਂ ਹੋ, ਜਿਹੜਾ ਮੈਨੂੰ ਸਵੇਰ ਦੀ ਨਮਾਜ਼ ਅਦਾ ਕਰਨ ਤੋਂ ਬਾਅਦ ਜਿਹੜਾ ਪਹਿਲਾਂ ਮਿਲੂਗਾ ਮੇਰਾ ਉਹ ਪੀਰ ਹੋਊਗਾ, ਤੁਸੀਂ ਮੇਰੇ ਪੀਰ ਹੋ, ਚਲੋ ਮੇਰੇ ਘਰ। ਬਾਂਹ ਤੋਂ ਫੜਿਆ, ਆਪਣੇ ਘਰ ਲੈ ਗਿਆ। ਇਹਦਾ ਸਮਾਗਮ ਲਾ ਦਿੱਤਾ, ਲੰਗਰ ਤਿਆਰ ਹੋ ਗਏ, ਖਾਣੇ ਬਣ ਗਏ, ਪੁਸ਼ਾਕਾਂ ਖਰੀਦ ਲਈਆਂ, ਦਰੀਆਂ ਵਿਛਾ ਤੀਆਂ, ਇੱਕ ਗੱਡੀ ਲਾ ਤੀ, ਉਸ ਗੱਡੀ ਦੇ ਉੱਪਰ ਆਪਣੇ ਯਾਰ ਨੂੰ ਬਿਠਾ ਕੇ ਉਹਦੇ ਦੀਦਾਰ ਕਰਨ ਲੱਗ ਗਿਆ। ਔਰ ਪੂਰੀ ਦੁਨੀਆ 'ਚ ਰਿਸ਼ਤੇਦਾਰਾਂ 'ਚ ਗੱਲ ਫੈਲ ਗਈ, ਰਿਸ਼ਤੇਦਾਰ ਇਕੱਠੇ ਹੋ ਗਏ, ਕਹਿੰਦੇ ਓਏ ਓਏ ਗੁਰੂ ਬਣਾਉਣਾ ਸੀ ਕਿਸੇ ਨੂੰ ਬਣਾਉਂਦਾ, ਮਹੰਤ ਨੂੰ ਗੁਰੂ ਬਣਾ ਲਿਆ, ਜਿਹਨਾਂ ਨੇ ਕੁੜੀ ਦੇਣੀ ਸੀ ਉਹਨੂੰ ਤਾਂ ਕੀ ਦੇਣੀ, ਜਿਹੜੇ ਵੱਡੇ ਵਾਲੇ ਸੀ ਵੱਡੇ ਵਾਲੇ ਵੀ ਮੁੱਕਰ ਗਏ, ਵੱਡੇ ਵਾਲੇ ਵੀ ਮੁੱਕਰ ਗਏ। ਸਾਰੇ ਕਹਿੰਦੇ ਕਹਿੰਦੇ ਅਜੇ ਵੀ ਗਲਤੀ ਦਾ ਪਛਤਾਪ ਕਰ ਲੈ, ਓਏ ਇਹਨੂੰ ਮੱਥਾ ਟੇਕ ਕੇ ਜਾ ਕੇ 11ਵੀਂ ਵਾਲੀ ਸਰਕਾਰ ਨੂੰ ਪੀਰ ਮੰਨ ਲੈ। ਕਹਿੰਦਾ ਨਹੀਂ, ਜਿਹਨੂੰ ਮੰਨ ਲਿਆ ਤੇ ਮੰਨ ਲਿਆ, ਅੱਜ ਤੋਂ ਬਾਅਦ ਜ਼ਿੰਦਗੀ ਦੇ ਨਾਮ ਵਿਆਹ ਛੱਡੋ, ਮੌਤ ਵੀ ਆ ਜਾਵੇ, ਸਭ ਕੁਝ ਹੋ ਜਾਵੇ, ਪਰ ਮੈਂ ਆਪਣਾ ਪੀਰ ਨਹੀਂ ਬਦਲਣਾ, ਪੀਰ ਇਹਨੂੰ ਹੀ ਬਣਾਉਣਾ। ਬਾਬਿਓ ਕੁਝ ਵਕਤ ਟਾਈਮ ਪਿਆ, ਨੇੜੇ ਤੇੜੇ ਐਲਾਨ ਕਰ ਦਿੱਤਾ ਵੀ 11ਵੀਂ ਵਾਲੀ ਸਰਕਾਰ ਇਸ ਪਿੰਡ ਦੇ ਵਿੱਚ ਆ ਰਹੇ ਆ। ਸੁਣਿਓ, 11ਵੀਂ ਵਾਲੀ ਸਰਕਾਰ ਇਸ ਪਿੰਡ 'ਚ ਆ ਰਹੇ, ਆਓ ਆਓ ਨਗਰ ਦੇ ਲੋਕੋ, 11ਵੀਂ ਵਾਲੀ ਸਰਕਾਰ ਕੁਦ ਮਿਹਰਬਾਨੀ ਮਹਿਬੂਬੇ ਸਵਾਨੀ ਜਾਂ ਗੌ ਸਬਰ ਕਾਜੀ ਡੁੱਬੀਆਂ ਤਾਰਨ ਵਾਲੇ ਦਰਸ਼ਤ ਤਿਆਰ ਕਰ ਲਓ, ਆਪਣੀ ਜ਼ਿੰਦਗੀ ਨੂੰ ਸਬਰ ਕਰ ਲਓ, ਸਾਰੀ ਦੁਨੀਆ ਇੱਧਰੋਂ ਮਹਾਰਾਜ ਦੀ ਸਵਾਰੀ ਆ ਰਹੀ ਹੈ, ਲੋਕ ਰਸਤੇ 'ਚ ਖੜ੍ਹੇ ਆ ਦੀਦਾਰ ਕਰਨ ਲਈ, ਇੱਧਰੋਂ ਸਵਾਰੀ ਆ ਰਹੀ ਹੈ। ਸੁਣਿਓ ਕਿੱਡੀ ਵੱਡੀ ਗੱਲ ਹੈ, ਇੱਧਰੋਂ ਸਵਾਰੀ ਆ ਰਹੀ ਹੈ। ਵੱਡਾ ਭਰਾ ਛੋਟੇ ਨੂੰ ਕਹਿੰਦਾ ਓਏ ਜਾ, ਅੱਜ ਤੇਰੇ ਕੋਲ ਮੌਕਾ ਹੈ, ਸਰਕਾਰ ਆ ਰਹੀ ਹੈ, ਸਰਕਾਰ ਕੋਲੋਂ ਜਾ ਕੇ ਮਾਫੀ ਮੰਗ ਲੈ, ਉਹਨਾਂ ਨੂੰ ਸਲਾਮ ਕਰ ਲੈ, ਪੀਰ ਬਣਾ ਲੈ, ਇਹਨੂੰ ਛੱਡ ਦੇ। ਕਹਿੰਦਾ ਮੈਂ ਬੁਲਾਊਂਗਾ, ਸਲਾਮ ਬੁਲਾਊਂਗਾ। ਹੁਣ ਦੇਖੋ ਆਪਣੇ ਮੁਰਸ਼ਦ ਨੂੰ ਲੈ ਕੇ, ਆਪਣੇ ਪੀਰ ਨੂੰ, ਉਸ ਮਹੰਤ ਨੂੰ ਲੈ ਕੇ ਐਂ ਤੁਰਿਆ ਆ ਰਿਹਾ, ਐਂ ਇੱਧਰੋਂ ਸਵਾਰੀ ਆ ਰਹੀ ਹੈ ਸਰਕਾਰਾਂ ਦੀ, ਇੱਧਰੋਂ ਸਰਕਾਰਾਂ ਦੀ ਸਵਾਰੀ ਆ ਰਹੀ, ਐਂ ਤੁਰਿਆ ਆ ਰਿਹਾ। ਲੋਕ ਕਹਿੰਦੇ ਓਏ ਅੱਜ ਅਨਹਕ ਮਾਰਿਆ ਜਾਊਗਾ, ਇਹਨੇ ਕਿੱਡੀ ਵੱਡੀ ਗੁਸਤਾਖੀ ਕਰ ਦਿੱਤੀ, ਪੀਰਾਂ ਦੇ ਪੀਰ ਦਸਤਗੀਰ ਬਾਪੂ ਗੁਲਾਮ। 11ਵੀਂ ਵਾਲੀ ਸਰਕਾਰ ਉਹਨਾਂ ਵੱਲ ਪਿੱਠ ਕਰਕੇ ਤੁਰਿਆ ਜਾਂਦਾ ਹੈ। ਬਾਬਿਓ ਜਦੋਂ ਪਿੱਛੇ ਨੂੰ ਤੁਰਿਆ ਜਾਂਦਾ ਉਧਰੋਂ ਸਵਾਰੀ ਆ ਰਹੀ ਹੈ, ਜਦੋਂ ਸਵਾਰੀ ਦੇ ਬਰਾਬਰ 'ਚ ਆਇਆ ਨਾ, ਕਹਿਣ ਲੱਗਾ ਆਸੇ ਵਾਲੇ ਕੁੰ ਜਨਾਬ, ਸਲਾਮ ਕੀਤੀ। 11ਵੀਂ ਵਾਲੀ ਸਰਕਾਰ ਕਹਿੰਦਾ ਵਾਲੇਕੁਮ ਸਲਾਮ। ਸਰਕਾਰ ਨੇ ਕਿਹਾ, ਕਹਿੰਦੇ ਤੂੰ ਮੇਰੇ ਵੱਲ ਮੂੰਹ ਕਿਉਂ ਨਹੀਂ ਕਰਦਾ ਪਹਿਲੀ ਵਾਰ? ਕਹਿੰਦੇ ਸਰਕਾਰ ਮੈਂ ਮੰਨਦਾ ਤੁਸੀਂ ਦੁਨੀਆ ਦੇ ਵਲੀ ਹੋ, ਪੀਰ ਹੋ, ਪਰ ਤੁਸੀਂ ਮੇਰੇ ਪੀਰ ਨਹੀਂ ਹੈਗੇ।
ਜੇ ਮੈਂ ਤੁਹਾਡੇ ਕੰਨੀ ਮੂੰਹ ਕਰ ਦਿੱਤਾ ਤੇ ਮੇਰੇ ਪੀਰ ਕੰਨੀ ਮੇਰੀ ਪਿੱਠ ਹੋ ਜਾਊਗੀ। ਮੈਂ ਨਹੀਂ ਚਾਹੁੰਦਾ ਮੇਰੇ ਪੀਰ ਕੰਨੀ ਮੇਰੀ ਪਿੱਠ ਹੋਵੇ। ਇੱਕ ਸਰਕਾਰ ਨੇ ਫਿਰ ਪੁੱਛਿਆ, ਓਏ ਮੇਰੇ ਵੱਲ ਮੂੰਹ ਕਿਉਂ ਨਹੀਂ ਕਰਦਾ? ਕਹਿੰਦੇ ਜੀ ਜੇ ਮੈਂ ਤੇਰੇ ਵੱਲ ਮੂੰਹ ਕਰ ਲਿਆ ਮੇਰੇ ਪੀਰ ਵੱਲ ਮੇਰੀ ਪਿੱਠ ਹੋ ਜਾਊਗੀ। ਤੀਜੀ ਵਾਰ ਪੁੱਛਿਆ, ਕਹਿੰਦਾ ਮੇਰੇ ਵੱਲ ਮੂੰਹ ਕਿਉਂ ਨਹੀਂ ਕਰਦਾ? ਕਹਿੰਦੇ ਜਨਾਬ ਜੇ ਮੈਂ ਤੇਰੇ ਵੱਲ ਮੂੰਹ ਕਰ ਲਿਆ ਮੇਰੇ ਪੀਰ ਵੱਲ ਮੇਰੀ ਪਿੱਠ ਹੋ ਜਾਊਗੀ। ਮੈਂ ਆਪਣੇ ਅਕੀਦੇ ਨਾਲ ਇਹਨੂੰ ਪੀਰ ਮੰਨਿਆ। ਤੇ ਸਰਕਾਰ ਨੇ ਨਾਰਾ ਮਾਰਿਆ, ਕਹਿੰਦੇ ਜਾ ਅੱਜ ਤੋਂ ਤੂੰ ਵੀ ਤਰ ਗਿਆ ਤੇ ਤੇਰਾ ਪੀਰ ਵੀ ਤਰ ਗਿਆ ਜਿਹਨੂੰ ਤੂੰ ਪੀਰ ਬਣਾਇਆ। ਅੱਜ ਤੋਂ ਤੂੰ ਵੀ ਮਹਾਨ ਤੇ ਤੇਰਾ ਪੀਰ ਵੀ ਮਹਾਨ। ਅੱਜ ਤੋਂ ਤੇਰਾ ਨਾਮ ਵੀ ਉੱਚ ਕੋਟੀ ਤੇ ਤੇਰੇ ਪੀਰ ਦਾ ਵੀ ਨਾਮ ਉੱਚ ਕੋਟੀ ਤੇ। ਕਿਉਂ? ਕਿਉਂਕਿ ਅਕੀਦਾ ਸੀ, ਯਕੀਨ ਸੀ। ਸਾਰੀ ਦੁਨੀਆ ਉਹਦੇ ਕਦਮਾਂ ਦੇ ਵਿੱਚ ਪੈ ਗਈ ਕਿ ਜਿਹਨੇ ਕੁਤਬ ਰਬਾਨੀ ਮਹਿਬੂਬ ਇਸਮਾਨੀ ਗੌਸ ਅੰਦਰ ਕਾਜ ਜਲਾਨੀ ਦਾ ਦਿਲ ਜਿੱਤ ਲਿਆ ਉਹ ਕਿੱਡੀ ਵੱਡੀ ਹਸਤੀ ਹੋਊਗੀ ਬਾਬੇ, ਕਿੱਡੀ ਵੱਡੀ ਹਸਤੀ ਹੋਊਗੀ। ਇਹ ਹੁੰਦਾ ਪੀਰ ਬਣਾਉਣਾ। ਇਹ ਨਹੀਂ ਵੀ ਕਿਸੇ ਨੇ ਇੱਕ ਮੁਰਸ਼ਦ ਬਾਰੇ ਇੱਕ ਦੋ ਗੱਲਾਂ ਕੀ ਕਹਿ ਦਿੱਤੀਆਂ ਤੇ ਬੰਦਾ ਕਹਿੰਦਾ ਨਹੀਂ ਜੀ ਇਹ ਮੇਰੇ ਕੰਮ ਦਾ ਨਹੀਂ। ਸਾਡਾ ਦਿਲ ਮੰਨਣਾ ਚਾਹੀਦਾ ਦੁਨੀਆ ਦਾ ਕੀ ਹੈ, ਅਸੀਂ ਲੋਕਾਂ ਦੀ ਥੋੜ੍ਹੀ ਸੁਣਨੀ ਹੈ। ਅੱਜ ਦੁਨੀਆ ਦੇ ਵਿੱਚ ਲੋਕ ਪਤਾ ਕੀ ਕਰਦੇ ਬਾਬਿਓ, 80% ਲੋਕ ਇਸੇ ਕਰਕੇ ਕੰਮ ਨਹੀਂ ਕਰਦੇ ਵੀ ਮੈਨੂੰ ਲੋਕ ਕੀ ਕਹਿਣਗੇ। ਕੋਈ ਮਕਾਨ ਬਣਾਉਣਾ ਹੋਵੇ ਲੋਕ ਕੀ ਕਹਿਣਗੇ? ਲੋਕ ਪਤਾ ਕੀ ਕਹਿਣਗੇ? ਲੋਕ ਤੁਹਾਡੇ ਭੋਗ ਤੇ ਆ ਕੇ ਇਹੀ ਗੱਲ ਕਹਿਣਗੇ, ਭਾਈ ਰੋਟੀ ਠੰਡੀ ਆ, ਜਲੇਬੀਆਂ ਗਰਮ ਗਰਮ ਲਿਆਓ, ਸਬਜ਼ੀ ਗਰਮ ਕਰ ਲਓ। ਇਸ ਤੋਂ ਵੱਧ ਲੋਕ ਕੁਛ ਨਹੀਂ ਕਹਿਣਗੇ। ਲੋਕਾਂ ਨੇ ਸਿਰਫ ਇਹੀ ਕਹਿਣਾ ਤੁਹਾਡੇ ਭੋਗਾਂ ਤੇ ਆ ਕੇ ਬੰਦਾ ਚੰਗਾ ਸੀ, ਰੋਟੀ ਗਰਮ ਲਿਆਓ, ਜਲੇਬੀ ਗਰਮ ਗਰਮ ਕੱਢੋ, ਸਬਜ਼ੀ 'ਚ ਨਮਕ ਘੱਟ ਹੈ। ਇਸ ਤੋਂ ਵੱਧ ਲੋਕ ਕੁਛ ਨਹੀਂ ਕਹਿੰਦੇ। ਜੇ ਲੋਕਾਂ ਦੀ ਸੁਣਨ ਲੱਗ ਗਏ ਨਾ ਤੁਸੀਂ ਪੀਰ ਪਾ ਸਕਦੇ, ਨਾ ਗੁਰੂ ਵਾਲੇ ਹੋ ਸਕਦੇ ਤੇ ਨਾ ਜ਼ਿੰਦਗੀ 'ਚ ਕਾਮਯਾਬ ਹੋ ਸਕਦੇ। ਦੁਨੀਆ ਦੀ ਨਹੀਂ ਸੁਣਨੀ ਚਾਹੀਦੀ, ਦੁਨੀਆ ਦਾ ਕੰਮ ਬੋਲਣਾ ਬੋਲੀ ਜਾਣ ਦੇ। ਐਸਾ ਮਿਲਿਆ ਫਕੀਰ ਨੀ ਮਾਏ ਮੈਨੂੰ, ਐਸਾ ਮਿਲਿਆ ਇਸ਼ੂ ਬਣ ਜਾਣੇ ਆ। ਸਾਡਾ ਭਰਾ USA ਤੋਂ, ਬਾਬਾ ਜੀ ਆ ਜਾਓ, ਨਹੀਂ ਆਉਣਾ ਪੈਣਾ। ਇਹਨਾਂ ਨੇ ਆਪਣੀ ਇੰਨੀ ਬੋਡੀ ਦੇ ਉੱਪਰ ਦਾਤਾ ਜੀ ਦੀ ਬਹੁਤ ਵੱਡੀ ਤਸਵੀਰ ਬਣਾਈ ਹੈ।
ਹੁੰਦਾ ਪਿਆਰ। ਆ ਜਾਓ ਮਹਾਰਾਜ, ਬਹੁਤ ਵੱਡੀ ਤਸਵੀਰ ਬਣਾਈ ਹੈ ਦਾਤਾ ਜੀ ਦੀ ਇਹਨੇ ਪਾਰ ਦੇ ਸਰੀਰ ਦੇ ਉੱਪਰ ਸਮਾਈਲ ਕਰਦੇ ਹੋਏ। ਹੁਣ ਮਹਾਰਾਜ ਘੁੰਮਿਓ, ਹੁਣ ਪਤਾ ਕੀ ਬਣਾਉਣ ਲੱਗਾ। ਇਹ ਪਹਿਲੀ ਵਾਰ ਦਰਬਾਰ ਗਿਆ ਸੀ, ਇਹਨਾਂ ਦੀ ਫੋਟੋ ਖਿੱਚੀ ਹੋਈ ਆ, ਉਧਰ ਦਰਬਾਰ ਦੀ ਫੋਟੋ, ਇਧਰ ਐਂ ਖੜੇ ਆ। ਇਸ ਪਾਸੇ ਦਰਬਾਰ ਦੀ ਫੋਟੋ ਖੜੇ ਦੀ, ਇਸ ਪਾਸੇ ਕਬਰਾਂ ਦਾ ਇੱਕ ਸੀਨ ਬਣੂਗਾ ਕਬਰਾਂ ਦਾ। ਇਹਨੂੰ ਇਹ ਪਤਾ ਵੀ ਆਖਰ 'ਚ ਕਬਰਾਂ 'ਚ ਜਾਣਾ ਹੀ ਪੈਣਾ, ਮੌਤ ਸਥਿਤ ਹੈ। ਇਹ ਹੁੰਦੇ ਅਸਲ ਗੁਰੂ ਵਾਲੇ ਜਿਹਨਾਂ ਨੂੰ ਪਤਾ। ਇੱਥੇ ਕਬਰਾਂ ਦੀ ਫੋਟੋ, ਔਰ ਇੱਥੇ ਇੱਕ ਹੱਥ ਐਂ ਕਰਕੇ ਨਿਕਲੂਗਾ, ਹੱਥ ਪਤਾ ਕਿਹਦਾ? ਸਰਬ ਸਾਂਝਾ ਬਾਪੂ ਗੁਲਾਮ ਸਾਈ ਸੁਰਿੰਦਰ ਸ਼ਾਹ ਦਾ, ਜਿਹੜਾ ਇਹਦੀ ਰੱਖਿਆ ਕਰੂਗਾ। ਇਹ ਹੁੰਦਾ ਹੈ ਪਿਆਰ। ਇਹਨਾਂ ਨੇ ਛਾਤੀ ਦੀ ਫੋਟੋ ਬਣਾਈ। ਮੈਨੂੰ ਇੱਕ ਦਿਨ ਦਾਤਾ ਜੀ ਕਹਿਣ ਲੱਗੇ, ਕਹਿੰਦੇ ਦੇਖ ਮੁੰਡੇ ਨੇ ਫੋਟੋ ਬਹੁਤ ਸੋਹਣੀ ਬਣਾਈ ਹੈ। ਮੈਂ ਕਿਹਾ ਜੀ ਮੈਂ ਵੀ ਲਿਖਾਇਆ ਤੁਹਾਡਾ ਨਾਮ। ਕਹਿੰਦਾ ਕਿੱਥੇ? ਮੈਂ ਕਿਹਾ ਜੀ ਮੈਂ ਬੋਲ ਕੇ ਦੱਸ ਸਕਦਾ। ਕਹਿੰਦਾ ਪੱਕੀ ਗੱਲ ਆ? ਮੈਂ ਕਿਹਾ ਦਾਤਾ ਜੀ ਬਹੁਤ ਦੁਨੀਆ ਨੇ ਬਾਹਾਂ ਦੇ ਨਾਂ ਖਨਵਾਇਆ ਹੈ, ਛਾਤੀ ਦੇ ਬਣਵਾ ਲਿਆ ਤੁਹਾਡੀ ਫੋਟੋ, ਮੈਂ ਵੀ ਲਿਖਵਾਇਆ। ਕਹਿੰਦੇ ਕਿੱਥੇ? ਸੁਣਿਓ ਮੈਂ ਦਾਤਾ ਜੀ ਨੂੰ ਕੀ ਕਿਹਾ। ਕਿਸੇ ਛਾਤੀ ਤੇ ਕਿਸੇ ਬਾਹਾਂ ਤੇ, ਕਿਸੇ ਨੇ ਛਾਤੀ ਤੇ ਕਿਸੇ ਨੇ ਬਾਹਾਂ ਤੇ, ਜੇ ਮੈਂ ਲਿਖਵਾਇਆ ਨਾਮ ਤੇਰਾ, ਲਿਖਵਾਇਆ ਦਾਤਾ ਸਾਵਾਂ ਤੇ, ਜੇ ਮੈਂ ਲਿਖਵਾਇਆ ਨਾਮ ਤੇਰਾ ਤੇ ਲਿਖਵਾਇਆ ਦਾਤਾ ਸਾਵਾਂ ਤੇ, ਮੈਂ ਕਿਹਾ ਇਸ ਤੋਂ ਵੱਡਾ ਮੈਂ ਸਬੂਤ ਨਹੀਂ ਦੇ ਸਕਦਾ। ਮੇਰਾ ਸਾਹ ਬਰਾ ਬਾਹਰ ਆਉਂਦਾ ਤੇ ਤੇਰਾ ਨਾਮ, ਅੰਦਰ ਜਾਂਦਾ ਤੇਰਾ ਨਾਮ। ਅੱਛਾ, ਉਸ ਤੋਂ ਬਾਅਦ ਤੂੰ ਦਿਨ ਮੇਰਾ ਤੇ ਤੂੰ ਰਾਤ ਮੇਰੀ, ਹਰ ਜ਼ਿੰਦਗੀ ਦੀ ਸੁਗਾਤ ਮੇਰੀ, ਹਰ ਦੁਨੀਆ ਦੀ ਪਾਈ ਬਾਤ ਮੇਰੀ, ਮੇਰੇ ਲਈ ਮੇਰੇ ਲਈ ਪਾਈ ਹੋਈ ਬੁਝਾਤ ਮੇਰੀ। ਉਹ ਕਿਸੇ ਗੱਡੀ ਤੇ ਕਿਸੇ ਬਾਹਾਂ ਤੇ, ਕਿਸੇ ਨੇ ਗੱਡੀ ਤੇ ਕਿਸੇ ਨੇ ਰਾਵਾਂ ਤੇ, ਜੇ ਮੈਂ ਲਿਖਵਾਇਆ ਨਾਮ ਤੇਰਾ ਤੇ ਲਿਖਵਾਇਆ ਦਾਤਾ ਸਾਵਾਂ ਤੇ। ਬਾਬਾ ਜੀ ਮੈਂ ਆਪਣੇ ਪੀਰ ਨੂੰ ਮੁਰਸ਼ਦ ਨੂੰ ਇੰਨਾ ਪਿਆਰ ਕਰਦਾ, ਇਹ ਸਾਡੇ ਪੀਟਰ ਭਾਜੀ ਦੀ ਵੀ ਸਿਫਤ ਹੈ। ਅਸੀਂ ਕਦੇ ਮੁਰਸ਼ਦ ਨੂੰ ਨੇੜੇ ਹੋ ਕੇ ਇਹ ਨਹੀਂ ਦੱਸਿਆ ਸੀ ਤੈਨੂੰ ਕਿੰਨਾ ਪਿਆਰ ਕਰਦੇ ਹਾਂ। ਫਿਰ ਉਹ ਮੁਰਸ਼ਦ ਹੀ ਕਾਹਦਾ ਜਿਹਨੇ ਮੁਰੀਦਾਂ ਦੀ ਅੰਦਰਲੀ ਆਤਮਾ ਨੂੰ ਪੜ੍ਹ ਕੇ ਇਹ ਨਾ ਦੱਸਿਆ ਕਿ ਮੇਰਾ ਮੁਰੀਦ ਮੈਨੂੰ ਕਿੰਨਾ ਪਿਆਰ ਕਰਦਾ। ਫਿਰ ਉਹ ਫਕੀਰ ਨਹੀਂ ਹੈਗਾ। ਕਦੇ ਦੱਸਣ ਨਾਲ ਪਿਆਰ ਹੁੰਦਾ? ਮਾਂ ਕਦੇ ਦੱਸਦੀ ਆਪਣੇ ਪੁੱਤ ਨੂੰ ਮੈਂ ਕਿਤੇ ਨੂੰ ਕਿੰਨਾ ਪਿਆਰ ਕਰਦੀ ਹਾਂ? ਰੋਜ਼ ਕਹਿੰਦੀ ਹੈ, ਮਰਦਾ ਕਿਉਂ ਨਹੀਂ? ਪਰ ਜੇ ਮਾਂ ਦੇ ਹੱਥ ਵਿੱਚ ਕਲਮ ਦੇ ਦੇਵੇ ਨਾ ਰੱਬ, ਆਪਣੇ ਬੱਚੇ ਦੇ ਆਪਣੇ ਬੱਚੇ ਦੀ ਕਿਸਮਤ 'ਚ ਇੰਨਾ ਕੁਛ ਲਿਖ ਦੇਵੇ ਕਿ ਰੱਬ ਨੂੰ ਪੂਰਾ ਕਰਨਾ ਔਖਾ ਹੋ ਜੂਗਾ। ਬਾਬਾ ਜੀ ਇੰਨਾ ਔਖਾ ਹੈ ਮਾਂ ਦਾ ਪਿਆਰ, ਤੇ ਮਾਂ ਇੰਨਾ ਪਿਆਰ ਕਰਦੀ ਹੈ, ਤੇ ਜਿਹੜਾ ਫਕੀਰ ਉਹਦੇ 70 ਮਾਵਾਂ ਜਿੰਨਾ ਪਿਆਰ ਕਰਦਾ ਆਪਣੇ ਮਰੀਜ਼ ਨੂੰ, ਫਿਰ ਉਹਦੇ 'ਤੇ ਅਸੀਂ ਕਿਵੇਂ ਸ਼ੱਕ ਕਰ ਸਕਦੇ ਹਾਂ? ਮੈਂ ਅੱਜ ਇਸ ਦੁਆਬੇ ਦੀ ਧਰਤੀ 'ਤੇ ਜਿੰਨੇ ਵੀ ਪਹੁੰਚੇ ਆ, ਇਹ ਕਿਸੇ ਬਲੀਦਾਨ ਤੋਂ ਘੱਟ ਨਹੀਂ ਹੈਗਾ। ਤੁਸੀਂ ਠੰਡ ਦੇ ਵਿੱਚ ਬੈਠੇ ਹੋ, ਇਹ ਨਿੱਕੇ ਨਿੱਕੇ ਬੱਚੇ ਆਪਣਾ
ਘਰ ਬਾਰ ਆਪਣੀ ਨੀਂਦ ਤਿਆਗ ਕੇ ਤੁਸੀਂ ਬੈਠੇ ਹੋ, ਤੁਹਾਡਾ ਇੱਕ ਇੱਕ ਕਦਮ ਲਿਖਿਆ ਜਾਣਾ। ਬਾਬਾ ਜੀ ਮੇਰੀ ਗੱਲ ਯਾਦ ਰੱਖੋ, ਇੱਕ ਇੱਕ ਕਦਮ ਤੁਹਾਡਾ ਲਿਖਿਆ ਜਾਣਾ। ਮੈਂ ਇਸ ਨੂੰ ਦਾਅਵੇ ਨਾਲ ਕਹਿ ਸਕਦਾ, ਜੇ ਅੱਜ ਦਾਤਾ ਸਰਕਾਰ ਇੱਥੇ ਵਿਰਾਜਮਾਨ ਸੁਣਦੇ ਪਏ ਆ, ਤੁਹਾਡਾ ਅੱਜ ਇੱਥੇ ਆਇਆ ਹੋਇਆ ਇੱਕ ਇੱਕ ਕਦਮ ਬਾਹਲੀ ਦੂਰ ਨਹੀਂ। ਇੱਕ ਦੋ ਦਿਨਾਂ ਦੇ ਵਿੱਚ ਹਰ ਘਰ ਨੂੰ, ਜਿੱਥੋਂ ਜਿੱਥੋਂ ਤੁਸੀਂ ਚੱਲ ਕੇ ਆਏ ਹੋ, ਜੇ ਤੁਹਾਨੂੰ ਕੋਈ ਖੁਸ਼ੀ ਪ੍ਰਾਪਤ ਨਾ ਨਾ ਹੋਈ, ਅਸੀਂ ਦਰਬਾਰ ਜਾਣਾ ਛੱਡ ਦੇਵਾਂਗੇ। ਇੰਨਾ ਯਕੀਨ ਹੈ ਮੇਰੇ ਮੁਰਸ਼ਦ ਦੇ ਵਿੱਚ। ਇਹ ਮੇਰਾ ਆਪਣਾ ਆਪ ਬੋਲਦਾ, ਮੇਰੇ ਪੀਰ ਦੀ ਇੱਥੇ ਆਉਣ ਦੀ ਨਾ ਆਉਣ ਦੀ ਮਜਬੂਰੀ ਹੋ ਸਕਦੀ ਹੈ, ਪਰ ਉਹਦੀ ਤੁਹਾਡੇ ਦਿਲਾਂ ਤੋਂ ਦੂਰੀ ਨਹੀਂ ਹੈਗੀ। ਮੈਂ ਦਾਅਵੇ ਨਾਲ ਕਹਿਣਾ, ਤਿੰਨ ਦਿਨਾਂ ਦੇ ਵਿੱਚ ਤੁਸੀਂ ਗੁਪਤਾ ਪਰਿਵਾਰ ਨੂੰ, ਸਾਡੇ ਕਾਰੋ ਭਾਜੀ ਨੂੰ ਤੁਸੀਂ ਜ਼ਰੂਰ ਕਹੋਗੇ ਵੀ ਜਿਹੜਾ ਕਾਸ਼ੀਨਾਥ ਗੱਲ ਕਹਿ ਕੇ ਗਿਆ ਉਹ ਪੂਰੀ ਹੋ ਗਈ। ਤਿੰਨ ਦਿਨਾਂ ਦੇ ਵਿੱਚ ਤੁਹਾਡੀ ਨੇਕ ਮੁਰਾਦ ਹਰ ਘਰ ਦੀ ਪੂਰੀ ਨਾ ਹੋਈ ਤਾਂ ਮੇਰਾ ਨਾਂ ਵਟਾ ਦਿਓ। ਲੱਗੀਆਂ ਮੌਜ ਬਹਾਰਾਂ, ਲੱਗੀਆਂ ਮੌਜ ਬਹਾਰਾਂ, ਲੱਗੀਆਂ ਮੌਜ ਬਹਾਰਾਂ, ਜਦੋਂ ਦਿਵੰਗ ਮੁਰਸ਼ਦ ਨੇ ਪਾਈ ਲੱਗੀਆਂ ਮੌਜ ਬਹਾਰਾਂ, ਲੱਗੀਆਂ ਮੌਜ ਬਹਾਰਾਂ, ਲੱਗੀਆਂ ਮੌਜ ਬਹਾਰਾਂ। ਇਹ ਕਿਸਮਤ ਦੇ ਨਾਲ ਮਿਲਦੇ ਲੋਕੋ ਇਹ ਸੱਚੀਆਂ ਸਰਕਾਰਾਂ, ਇਹ ਸੱਚੀਆਂ ਸਰਕਾਰਾਂ, ਇਹ ਸੱਚੀਆਂ ਸਰਕਾਰਾਂ। ਮੇਲੇ ਉੱਥੇ ਲੱਗ ਜਾਂਦੇ ਨੇ, ਜਿੱਥੇ ਜਾਇਆ ਪੈਂਦਾ ਕੋਈ ਕੁੰਡਲਾਂ ਵਾਲਾ, ਨਾਲ ਨਾਲ ਮੇਰ ਰਹਿੰਦਾ ਕੋਈ ਕੁੰਡਲਾਂ ਵਾਲਾ, ਕੋਈ ਕੁੰਡਲਾਂ ਵਾਲਾ, ਨਾਲ ਨਾਲ ਮੇਰ ਰਹਿੰਦਾ ਕੋਈ ਕੁੰਡਲਾਂ ਵਾਲਾ, ਨਾਲ ਨਾਲ ਮੇਰ ਰਹਿੰਦਾ ਕੋਈ ਕੁੰਡਲਾਂ ਵਾਲਾ। ਕੋਈ ਰਹਿੰਦਾ ਮਾਏ ਕੋਈ ਕੁੰਡਲਾਂ ਵਾਲਾ, ਇਹ ਗੱਲ ਹਕੀਕਤ ਦੀ ਲਿਖੀ ਹੈ। ਨਾ ਮੈਨੂੰ ਫੇਕ ਲਿਖਣਾ ਆਉਂਦਾ ਤੇ ਨਾ ਮੈਂ ਫੇਕ ਕਹਿਣਾ, ਤੇ ਨਾ ਮੈਨੂੰ ਫੇਕ ਬੰਦੇ ਤੇ ਯਕੀਨ, ਚਾਹੇ ਮੇਰਾ ਸਗਾ ਭਰਾ ਹੀ ਕਿਉਂ ਨਾ ਹੋਵੇ। ਇਹ ਮੇਰੇ ਦਾਦਾ ਜੀ ਨੂੰ ਵੀ ਪਤਾ, ਜਿੱਥੇ ਕਾਸ਼ੀ ਅੜ ਗਿਆ ਤੇ ਅੜ ਗਿਆ, ਭਲਾ ਉਹ ਬੰਦਾ ਕਿੱਡਾ ਵੀ ਮੇਰੇ ਲਈ ਕੀਮਤੀ ਹੋਵੇ ਤਾਂ ਮੈਂ ਗੱਲ ਮੂੰਹ ਤੇ ਕਹਿ ਦੇਣੀ। ਬਾਈ ਜੀ, ਅੱਜ ਵੀ ਰਾਤ ਦੇ 12:30 ਵਜੇ
ਮੇਰੇ ਘਰ ਦਾ ਆਰੋ ਜਿਹ 'ਚ ਪਾਣੀ ਪੀਂਦੇ ਹਾਂ ਉਹ 12:30 ਵਜੇ ਤੋਂ ਬਾਅਦ ਇੰਨਾ ਕੁ ਬੋਲਦਾ ਜਿਵੇਂ ਉਹਦੇ 'ਚੋਂ ਕਿਸੇ ਨੇ ਕਿੰਨਾ ਕੁ ਪਾਣੀ ਪੀ ਲਿਆ ਹੋਵੇ। ਕਿਉਂ? ਸਾਨੂੰ ਦੇਖਦਾ ਹੈ ਉਹ ਜਿੱਥੇ ਜਿੱਥੇ ਖੜਾ ਹੈ। ਮੈਂ ਆਪਣੇ ਘਰੋਂ ਅਰਦਾਸ ਕਰੇ ਤੋਂ ਬਿਨਾਂ ਕਦੇ ਨਿਕਲਿਆ ਨਹੀਂ ਤੇ ਅਰਦਾਸ ਕਰੇ ਤੋਂ ਬਿਨਾਂ ਘਰੇ ਵੜਿਆ ਨਹੀਂ। ਕਿੱਡਾ ਵੀ ਕੋਈ ਕੰਮ ਹੋਵੇ ਮੈਂ ਆਪਣੇ ਪਰਿਵਾਰ ਨੂੰ ਬਾਅਦ 'ਚ ਮਿਲਣਾ ਪਹਿਲੇ ਜਾ ਕੇ ਉਹਦਾ ਸ਼ੁਕਰਾਨਾ ਕਰਦਾ ਜਿੱਦਾਂ ਲੈ ਕੇ ਜੀ ਅਸੀਂ ਲੈ ਆਏ। ਆਹ ਮੁੰਡੇ ਮੇਰੇ ਨਾਲ ਸੀ ਪਰਸੋਂ ਚੌਥ ਮੈਂ ਮੋਹਾਲੀ ਤੋਂ ਆ ਰਿਹਾ ਦਾਤਾ ਜੀ ਨੂੰ ਅਸੀਂ ਯਾਦ ਕਰਕੇ ਨਿਕਲਦੇ ਹਾਂ ਵੀ ਗੱਡੀਆਂ ਤੈਂ ਚਲਾਉਣੀਆਂ ਬ੍ਰੇਕਾਂ ਤੈਂ ਲਾਉਣੀਆਂ ਤੰਦਰੁਸਤੀਆਂ ਤੈਂ ਬਖਸ਼ਣੀਆਂ। ਸਾਡਾ ਕੀ ਹੈ ਮੇਰੇ ਮਾਲਕਾ? ਇੱਕ ਸਰਦਾਰ ਭਰਾ ਦੀ ਗੱਡੀ 'ਚ ਮੇਰੀ ਗੱਡੀ ਠੁੱਕੀ ਉਹਦੇ ਕੋਲ ਸੀਗੀ ਸ਼ਾਇਦ ਵਰਨਾ ਕਿਹੜੀ ਸੀ ਗੱਡੀ? ਉਹ ਮੁੰਡੇ ਕਿੱਧਰ ਗਏ? ਅਰੂਪ ਕਿੱਥੇ? ਅਰੂਪ ਓਏ ਕਿੱਧਰ ਮਰ ਗਏ ਮੁੰਡਿਓ? ਰੂਪ ਮੇਰੀ ਜਿੱਥੇ ਵੀ ਆਵਾਜ਼ ਸੁਣਦਾ ਸੁਣ ਜਲਦੀ ਆ ਉੱਥੇ ਕੀ ਕਰਦੇ ਹੋ? ਉੱਥੇ ਕੀ ਕਰਦੇ ਹੋ? ਗੱਡੀ ਕਿਹੜੀ ਸੀ ਉਹ ਜਿਹ 'ਚ ਮੇਰੀ ਗੱਡੀ ਠੁਕੀ ਹੈ? ਵਰਨਾ ਆਹ ਮੇਰੀ ਗੱਡੀ ਖੜੀ ਹੈ ਜਾ ਕੇ ਜੇ ਇੱਕ ਝਰੀਟ ਵੀ ਲੱਗੀ ਹੋਵੇ ਇੱਕ ਝਰੀਟ ਵੀ ਤੇ ਮੈਂ ਗੁਨੇਗਾਰ ਹਾਂ। ਅਗਲੇ ਦੀ ਗੱਡੀ ਦਾ ਬੰਪਰ ਤੋੜ ਕੇ 4 ਜਗ੍ਹਾ ਕਰ ਦਿੱਤਾ। ਮੈਂ ਇਹ ਨਹੀਂ ਕਹਿੰਦਾ ਕਿ ਉਹਦਾ ਨੁਕਸਾਨ ਹੋ ਗਿਆ ਮੈਂ ਖੁਸ਼ ਹਾਂ, ਨਹੀਂ, ਪਰ ਗਲਤੀ ਉਹਦੀ ਸੀ ਪਰ ਮੇਰੇ ਮੁਰਸ਼ਦ ਨੇ ਮੈਨੂੰ ਹੱਥ ਦੇ ਕੇ ਰੱਖਿਆ। ਕੋਈ ਹੋਰ ਵੱਡਾ ਨੁਕਸਾਨ ਵੀ ਹੋ ਸਕਦਾ ਸੀ। ਜਦੋਂ ਗੁਰੂ ਤੇ ਯਕੀਨ ਹੋਵੇ ਨਾ ਬਾਬਿਓ ਫਿਰ ਬੇੜੇ ਐ ਪਾਰ ਹੁੰਦੇ ਆ। ਉਹ ਨਾਲ ਬੈਠਾ ਲੋਕ ਗੱਲਾਂ ਬਣਾਉਂਦੇ ਹੋਣਗੇ ਪਰ ਮੈਂ ਦਾਅਵੇ ਨਾਲ ਹਿੱਕ ਠੋਕ ਕੇ ਕਹਿੰਦਾ ਮੈਂ ਆਪਣੇ ਮੁਰਸ਼ਦ ਲਈ ਜੀ ਰਿਹਾ ਤੇ ਮੈਂ ਆਪਣੇ ਮੁਰਸ਼ਦ ਲਈ ਮਰ ਵੀ ਸਕਦਾ, ਮੈਂ ਇੰਨਾ ਪਿਆਰ ਕਰਦਾ ਉਹਨੂੰ। ਮੈਂ ਆਪਣੇ ਮੁਰਸ਼ਦ ਲਈ ਜੀ ਵੀ ਸਕਦਾ ਨਾ, ਜੇ ਜੀ ਰਿਹਾ ਤੇ ਮੈਂ ਉਹਦੇ ਲਈ ਮਰ ਵੀ ਸਕਦਾ, ਮੈਂ ਇੰਨਾ ਪਿਆਰ ਕਰਦਾ। ਤੇ ਗੱਲ ਮੈਂ ਕਹਿਣਾ ਨਹੀਂ ਚਾਹੁੰਦਾ, ਮੈਂ ਜੇ ਉਹਦੇ ਲਈ ਜੀ ਸਕਦਾ ਤੇ ਉਹਦੇ ਲਈ ਮਰ ਸਕਦਾ। ਮੇਰੇ ਮੁਰਸ਼ਦ ਬਾਰੇ ਕੋਈ ਗਲਤ ਕਹੂਗਾ ਮੈਂ ਉਹਦੀ ਜਾਨ ਵੀ ਲੈ ਵੀ ਸਕਦਾ, ਉਹਨੂੰ ਮਾਰ ਵੀ ਸਕਦਾ, ਮੈਂ ਇੰਨਾ ਪਿਆਰ ਕਰਦਾ ਆਪਣੇ ਮੁਰਸ਼ਦ ਨੂੰ। ਕੋਈ ਰੰਗ ਪੀਲਾ ਕੋਈ ਰੰਗ ਸਾਵਾ ਤੇ ਕੋਈ ਲਾਲ ਗੁਲਾਬੀ ਕਰਦਾ ਏ, ਕੋਈ ਲਾਲ ਗੁਲਾਬੀ ਕਰਦਾ ਏ, ਕੋਈ ਲਾਲ ਗੁਲਾਬੀ ਕਰਦਾ ਏ। ਜੇ ਆਖਾਂ ਰੰਗ ਮੁਰਸ਼ਦ ਵਾਲਾ ਇਹ ਕਿਸੇ ਕਿਸੇ ਨੂੰ ਚੜਦਾ ਏ, ਵਾਲਾ ਉਸਦਾ ਝੜ ਕੇ ਮੁੜਨਾ ਲੈਂਦਾ ਕੋਈ ਗੁੰਡਲਾ ਵਾਲਾ ਨਾਲ ਨਾਲ ਮੇਰੇ ਰਹਿੰਦਾ ਕੋਈ ਗੁੰਡਲਾ ਵਾਲਾ ਨਾਲ ਨਾਲ ਮੇਰੇ ਰਹਿੰਦਾ ਕੋਈ ਗੁੰਡਲਾ ਵਾਲਾ ਨਾਲ ਨਾਲ ਮੇਰੇ ਰਹਿੰਦਾ ਕੋਈ ਮੁੰਦਰਾ ਵਾਲਾ। Hey!
ਹੋ ਹੋ ਲੁੱਟ ਖਜ਼ਾਨੇ ਦਾਤਾ ਪਿਆ ਲਟਾਉਂਦਾ ਏ ਦਾਤਾ ਪਿਆ ਲਟਾਉਂਦਾ ਏ ਦਾਤਾ ਪਿਆ ਲਟਾਉਂਦਾ ਨੀਵੇਂ ਹੋ ਹੋ ਲੁੱਟ ਖਜ਼ਾਨੇ ਦਾਤਾ ਪਿਆ ਲਟਾਉਂਦਾ ਏ ਦਾਤਾ ਪਿਆ ਲਟਾਉਂਦਾ ਏ ਦਾਤਾ ਪਿਆ ਲਟਾਉਂਦਾ ਏ ਗੱਲ ਜ਼ੁਬਾਨ ਤੇ ਆਉਣ ਨਾ ਦੇਵੇ ਜੋ ਮੰਗਿਆ ਉਹੀ ਉਹ ਪਾਉਂਦਾ ਏ ਮੰਗਿਆ ਉਹੀ ਉਹ ਪਾਉਂਦਾ ਏ ਜੋ ਮੰਗਿਆ ਉਹੀ ਉਹ ਪਾਉਂਦਾ ਏ ਝੂਠੀ ਨੀ ਹੁੰਦੀ ਜੋ ਜਵਾਨੋ ਕਹਿੰਦਾ ਨਾਲ ਨਾਲ ਮੇਰੇ ਨਾਲ ਨਾਲ ਮੇਰੇ ਰਹਿੰਦਾ ਕੋਈ ਮੁੰਦਰਾ ਵਾਲਾ 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 ਦਾਤਾ ਦੇ ਰੂਪ ਕਈ ਨੇ ਹੁਣ ਮੈਨੂੰ ਦੇਖਦਾ ਕਿੱਥੇ ਕਿੱਥੇ ਹੈ ਕੀ ਦੱਸਾਂ ਨੀ ਮਾਏ ਮੈਨੂੰ ਕਿਹਦੇ ਨਾਲ ਪਿਆਰ ਹੋਇਆ ਕਿਹਦੇ ਨਾਲ ਪਿਆਰ ਹੋਇਆ ਮਾਏ ਕਿਹਦੇ ਨਾਲ ਪਿਆਰ ਹੋਇਆ ਕਦੇ ਦੇਖਦਾ ਧੂਣੇ ਤੇ ਬੈਠਾ ਤੇ ਕਦੀ ਘੋੜੇ ਤੇ ਸਵਾਰ ਹੋਇਆ ਕਦੀ ਘੋੜੇ ਤੇ ਸਵਾਰ ਹੋਇਆ ਕਦੇ ਘੋੜੇ ਤੇ ਸਵਾਰ ਹੋਇਆ ਕੀ ਦੱਸਾਂ ਨੀ ਮਾਏ ਮੈਨੂੰ ਕਿਹਦੇ ਨਾਲ ਪਿਆਰ ਹੋਇਆ ਕਿਹਦੇ ਨਾਲ ਪਿਆਰ ਹੋਇਆ ਕਦੀ ਬੈਠਾ ਧੂਣੇ ਤੇ ਦਿਖਦਾ ਕਦੀ ਘੋੜੇ ਤੇ ਸਵਾਰ ਹੋਇਆ ਕਦੀ ਘੋੜੇ ਤੇ ਸਵਾਰ ਹੋਇਆ ਕਦੀ ਘੋੜੇ ਤੇ ਸਵਾਰ ਹੋਇਆ ਰੰਗ ਮੁਰਸ਼ਦ ਵਾਲਾ ਵਾਲਾ ਜਿਹਨੂੰ ਚੜਿਆ ਇੱਕ ਵਾਰੀ ਮੁੜ ਕੇ ਨਾ ਇਹ ਲੈਂਦਾ ਕੋਈ ਕੁੰਡਲਾ ਵਾਲਾ ਨਾਲ ਨਾਲ ਮੇਰੇ ਲੈਂਦਾ ਕੋਈ ਕੁੰਡਲਾ ਨਾਲ ਨਾਲ ਮੇਰੇ ਲੈਂਦਾ ਕੋਈ ਕੁੰਡਲਾ ਵਾਲਾ ਨਾਲ ਨਾਲ ਮੇਰੇ ਲੈਂਦਾ ਕੋਈ ਕੁੰਡਲਾ ਵਾਲਾ ਨਾਲ ਨਾਲ ਮੇਰੇ ਲੈਂਦਾ ਕੋਈ ਕੁੰਡਲਾ ਵਾਲਾ ਨਾਲ ਨਾਲ ਮੈਂ ਰਹਿੰਦਾ ਕੋਈ ਕੁੰਡਲਾ ਵਾਲਾ ਨਾਲ ਨਾਲ ਮੇਰੇ ਲੈਂਦਾ ਕੋਈ ਕੁੰਡਲਾ ਵਾਲਾ ਨਾਲ ਨਾਲ ਮੇਰੇ ਲੈਂਦਾ ਕੋਈ ਕੁੰਡਲਾ ਵਾਲਾ ਕੋਈ ਕੁੰਡਲਾ ਵਾਲਾ ਬੋਲੇ ਸੱਚ ਦਰਬਾਰ ਕੀ ਜੈ ਸਾਡਾ ਤਾਂ ਇੰਜਣ ਇਹੋ ਜਿਹਾ ਬਾਈ ਅਜੇ ਇੰਜਣ ਗਰਮ ਨਹੀਂ ਹੋਇਆ ਅਜੇ ਤੇ ਇੰਜਣ ਦਾ ਬੈਲੈਂਸ ਬਣ ਰਿਹਾ ਜਦੋਂ ਬੈਲੈਂਸ ਬਣ ਗਿਆ ਫਿਰ ਸਾਨੂੰ ਆਪਣੇ ਆਪ ਦੀ ਹੋਸ਼ ਨਹੀਂ ਰਹਿਣੀ ਅਸੀਂ ਕੌਣ ਲਓ ਜੀ ਤੁਹਾਡਾ ਸ਼ਾਲ ਹੈ ਨਾ ਜਿਹੜਾ ਇਹ ਮਾਰਨ ਵਾਲਾ ਹੈ ਬਹੁਤ ਸੋਹਣਾ ਕਿਉਂਕਿ ਇਹਦੇ ਉੱਪਰ ਜਿਹੜੀ ਚੀਜ਼ ਲਿਖੀ ਹੈ ਨਾ ਪੰਜਾਬ ਪੂਰੀ ਦੁਨੀਆ ਘੁੰਮ ਕੇ ਦੇਖ ਲਓ ਤੁਹਾਨੂੰ ਪੰਜਾਬ ਵਰਗੀ ਸਟੇਟ ਨਹੀਂ ਮਿਲਣੀ ਪੂਰੀ ਦੁਨੀਆ ਵਰਲਡ ਘੁੰਮ ਕੇ ਦੇਖ ਲਓ ਇਹਨਾਂ ਵਲੀਆਂ ਪੀਰਾਂ ਫਕੀਰਾਂ ਪੈਗੰਬਰਾਂ ਰਿਸ਼ੀ ਮੁਨੀ ਸਾਧੂ ਸੰਤ ਦੇਵੀ ਦੇਵਤੇ ਜੱਪੀਆਂ ਤੱਪੀਆਂ ਸਿੰਘਾਂ ਸ਼ਹੀਦਾਂ ਦੀ ਧਰਤੀ ਹੈ ਤਾਂ ਅਸੀਂ ਸਾਰਿਆਂ ਦੇ ਅੱਖ 'ਚ ਰੜਕਦੇ ਹਾਂ ਜੇ ਇਹੋ ਜਿਹੀ ਧਰਤੀ ਨਹੀਂ ਤਾਂ ਤਾਂ ਹੀ ਤਾਂ ਅੱਖ 'ਚ ਰੜਕਦੇ ਸਾਨੂੰ ਦੂਜਿਆਂ ਵਰਗਾ ਬਣਾਉਣਾ ਚਾਹੁੰਦੇ ਆ ਪਰ ਉਹਨਾਂ ਨੂੰ ਕੀ ਦੱਸੀਏ
ਇਹ ਉਸ ਕਲਗੀਧਰ ਪਾਤਸ਼ਾਹ ਦੀ ਧਰਤੀ ਹੈ, ਉਸ ਵਲੀਆਂ ਦੀ ਧਰਤੀ ਹੈ ਜਿਹਨੂੰ ਮੁਕਾਉਂਦੇ 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 ਆਪ ਮੁੱਕ ਗਏ, ਪਰ ਆਹ ਨਹੀਂ ਮੁੱਕਣੀ ਤੇ ਨਾ ਇਹਨੇ ਮੁੱਕਣੀ। ਔਰ ਦੁਆਬੇ ਨੂੰ ਇਹਨਾਂ ਪੀਰਾਂ ਫਕੀਰਾਂ ਦਾ ਆਸ਼ੀਰਵਾਦ ਹੈ ਇਸ ਦੁਆਬੇ ਦੀ ਧਰਤੀ ਨੂੰ। ਮੈਂ ਇਸੇ ਲਈ ਨਹੀਂ ਕਿ ਮੈਂ ਗਾ ਰਿਹਾ ਤੇ ਮੈਂ ਤਾਂ ਕਹਿੰਦਾ, ਮੈਂ ਪਹਿਲੇ ਕਿਹਾ ਮੈਂ ਸੱਚ ਕਹਿ ਦਿੰਦਾ, ਦੁਆਬੇ ਦੇ ਵਿੱਚ ਐਡਾ ਵੱਡਾ ਜੋਸ਼ ਹੈ, ਐਡੀ ਵੱਡੀ ਤਾਕਤ ਹੈ, ਜੇ ਪੰਜਾਬੀ ਇੰਡਸਟਰੀ 'ਚ ਅਗਰ 100 ਕਲਾਕਾਰ ਹਨ ਤੇ 90 ਕਲਾਕਾਰਾਂ ਨੂੰ ਰੋਟੀ ਦੁਆਬਾ ਦੇ ਰਿਹਾ, ਕਿੱਡਾ ਮਹਾਨ ਹੋਊਗਾ। ਇੱਕ ਵਾਰੀ ਦੁਆਬੇ ਦੇ ਨਾਂ ਤੇ ਤਾੜੀ ਲਾਓ ਜੀ, ਤੇ 90 ਕਲਾਕਾਰਾਂ ਦੇ ਨਾਲ ਅੱਗੇ ਕਿੰਨੇ ਘਰ ਜੁੜੇ ਆ ਇਹਦਾ ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਇਹ ਸਾਰੇ ਘਰ ਹੀ ਜੁੜੇ ਹੋਏ ਆ, ਇਹ ਸਾਰੇ ਘਰ ਨੇ। ਮੈਂ ਕਦੇ ਕਿਸੇ ਨੂੰ ਕੋਈ ਸਾਜੀ ਨਹੀਂ ਮੰਨਦਾ, ਮੈਂ ਕਦੇ ਕਿਸੇ ਨੂੰ ਸਾਊਂਡ ਵਾਲਾ ਮੰਨਦਾ, ਮੈਂ ਕਸਮ ਖਾਨਾ ਆਪਣੇ ਗੁਰੂ ਪਾਤਸ਼ਾਹ ਦੀ, ਮੈਂ ਇਹ ਮੇਰਾ ਪਰਿਵਾਰ ਹੈ, ਮੈਂ ਪਰਿਵਾਰ ਸਮਝਿਆ ਹਮੇਸ਼ਾ। ਕਦੇ ਕਦੇ ਕਿਸੇ ਨੂੰ ਆ ਭਰਾ ਜਿੰਨੇ ਵੀ ਖੜੇ ਆ, ਆ ਸ਼ਰਮੇ ਦੇ ਜਿੰਨੀ ਵੀ ਟੀਮ ਖੜੀ ਹੈ, ਆ ਭੈਣ ਖੜੀ ਹੈ, ਇਹ ਘਰ ਨੇ, ਇਹ ਘਰ ਜੁੜੇ ਹੋਏ ਆ। ਇਹਨੂੰ ਪਿਆਰ ਕਹਿੰਦੇ, ਇਹਨੂੰ ਮੁਹੱਬਤ ਕਹਿੰਦੇ ਆ। ਕਿਸੇ ਘਰ ਦੇ ਵਿੱਚ ਕੋਈ 2000 ਲੈ ਕੇ ਜਾਂਦਾ, ਕੋਈ 4, ਕੋਈ 5, ਕੋਈ 10, ਕੋਈ 15, ਕਿੱਦਾਂ ਵੀ ਇੱਕ ਦੂਜੇ ਨਾਲ ਜੁੜੇ ਹੋਏ ਆ। ਤੇ ਆਹ ਜਿਹੜੀ ਇਹ ਮਾਇਆ ਛੇਤੀ ਫਲਦੀ ਹੈ, ਇਹ ਪਾਪ ਦਾ ਪੈਸਾ ਨਹੀਂ ਹੈਗਾ, ਇਹ ਆਪਣੀ ਡਿਊਟੀ 'ਤੇ, ਮੈਂ ਆਪਣੀ ਡਿਊਟੀ 'ਤੇ ਹਾਂ, ਮੇਰੀ ਡਿਊਟੀ ਹੈ ਜਿਹੜੀ ਲੱਗੀ ਹੋਈ। ਇਹ ਚਾਹੇ ਮੁਰਸ਼ਦ ਨੇ ਲਾਈ ਹੋਵੇ, ਚਾਹੇ ਉਸ ਨਿਰੰਕਾਰ ਰੱਬ ਨੇ ਲਾਈ ਹੋਵੇ, ਇਹ ਤੁਸੀਂ ਸਾਰੇ ਮੰਨਦੇ ਹੋ ਕਿ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ। ਜੇ ਪੱਤਾ ਉਹਦੇ ਹੁਕਮ ਤੋਂ ਬਿਨਾਂ ਪੱਤਾ ਨਹੀਂ ਹਿਲਦਾ, ਫਿਰ ਬੰਦੇ ਦੀ ਕੀ ਔਕਾਤ, ਬੰਦਾ ਕਿਵੇਂ ਹਿਲ ਜੂਗਾ? ਉਹ ਆਪ ਕਰਨ ਕਰਾਉਣ ਵਾਲਾ। ਅਤੇ ਸਾਰਿਆਂ ਨੂੰ ਜਿੰਨੀ ਬੌਂਸਰ ਟੀਮ ਹੈ, ਜਿੰਨੇ ਵੀ ਪੁਲਿਸ ਮੁਲਾਜ਼ਮ ਖੜ੍ਹੇ ਆ, ਜਿੰਨੇ ਵੀ ਆਏ, ਜਿੰਨੀਆਂ ਭੈਣਾਂ, ਜਿੰਨੇ ਬੱਚੇ, ਬਜ਼ੁਰਗ, ਮਾਵਾਂ, ਮੇਰੇ ਵੀਰ, ਸਾਰਿਆਂ ਨੂੰ ਮੇਰਾ ਕੋਟੀ ਕੋਟੀ ਸਲਾਮ ਹੈ ਬਾਬਾ ਜੀ। ਹੱਥ ਜੋੜ ਕੇ ਪ੍ਰਵਾਨ ਕਰਿਓ, ਪ੍ਰਵਾਨ ਕਰਿਓ। ਮੈਂ ਹਮੇਸ਼ਾ ਇੱਕੋ ਗੱਲ ਕਹਿੰਦਾ, ਮੇਰੀ ਔਕਾਤ ਸਿਰਫ ਮੈਂ ਮੰਗਦਾ ਵੀ ਹਾਂ ਤੁਹਾਡੇ ਕੋਲੋਂ, ਕਿਉਂਕਿ ਸੰਗਤ ਗੁਰੂ ਨਾਲੋਂ ਵੱਡੀ ਹੈ। ਤੁਸੀਂ ਇਹ ਵਿਧੀ ਦੇ ਵਿਧਾਨ 'ਚ ਵੀ ਲਿਖਿਆ ਹੋਇਆ ਕਿ ਗੁਰੂ ਨਾਲੋਂ ਸੰਗਤ ਵੱਡੀ, ਗੁਰੂ ਸ਼ਾਹ ਸਰਕਾਰ ਨਾਲੋਂ ਵੀ ਉੱਚੇ ਹੋ, ਹੈ ਨਾ ਬਾਬਾ ਜੀ? ਤੁਹਾਡੇ ਕੋਲੋਂ ਮੰਗਦਾ, ਮੇਰੀ ਔਕਾਤ ਇੰਨੀ ਕੀ ਰਹੇ, ਮੈਂ ਇੰਨਾ ਕੁ ਨੀਵਾਂ ਰਹਾਂ ਕਿ ਤੁਹਾਡੇ ਜੋੜਿਆਂ 'ਚ ਜਿਹੜੀ ਗੰਦਗੀ ਲੱਗੀ ਹੈ ਨਾ, ਉਹਦੇ ਬਰਾਬਰ ਮੇਰੀ ਔਕਾਤ ਰਹੇ, ਮੈਂ ਹਮੇਸ਼ਾ ਖੁਸ਼ ਰਹੂੰਗਾ। ਮੈਂ ਉੱਚਾ ਨਹੀਂ ਹੋਣਾ ਚਾਹੁੰਦਾ, ਨਾ ਮੈਨੂੰ ਲੋੜ, ਮੈਨੂੰ ਚਾਹੀਦੀ ਨਹੀਂ, ਉਚਾਈ ਨਹੀਂ ਚਾਹੀਦੀ ਮੈਨੂੰ। ਮੈਂ ਹਰ ਕਿਸੇ ਨੂੰ ਐਂ ਦੇਖਣਾ ਚਾਹੁੰਦਾ, ਮੈਨੂੰ ਐਂ ਦੇਖਣ ਦੀ ਲੋੜ, ਮੈਨੂੰ ਐਂ ਦੇਖਣ ਦੀ ਬੜੀ ਚਾਹ ਹੈ, ਮੈਂ ਇੱਦਾਂ ਦੇਖਾਂ, ਇੱਦਾਂ ਨਹੀਂ। ਸਾਰੇ ਤੁਸੀਂ ਮੇਰਾ ਪਰਿਵਾਰ ਹੋ, ਸਾਰੇ ਹੀ ਜਿੱਥੋਂ ਤੱਕ ਮੈਨੂੰ ਦੇਖ ਰਹੇ ਆ, ਕਈਆਂ ਨੂੰ ਮੇਰੀ ਸ਼ਕਲ ਦੇਖ ਰਹੀ ਹੈ, ਕਈਆਂ ਨੂੰ ਮੈਂ ਦੇਖ ਪਾ ਰਿਹਾ, ਸਾਰੇ ਤੁਸੀਂ ਮੇਰਾ ਪਰਿਵਾਰ ਹੋ। ਮੈਨੂੰ ਇਸ ਚੀਜ਼ ਨਾਲ ਕੋਈ ਮਤਲਬ ਨਹੀਂ ਕਿ ਉਹ ਦਾਰੂ ਪੀ ਕੇ ਬੈਠਾ, ਉਹਦੀ ਆਪਣੀ ਲਾਈਫ ਹੈ, ਪਰਸਨਲ ਲਾਈਫ ਹੈ, ਉਹ ਜਿੱਦਾਂ ਕਰ, ਜਿੱਦਾਂ ਉਹ ਜੀ ਰਿਹਾ ਉਹਨੂੰ ਜੀਣ ਦਿਓ, ਪਰ ਤੁਸੀਂ ਮੇਰਾ ਪਰਿਵਾਰ ਹੋ। ਔਰ ਜ਼ਿੰਦਗੀ 'ਚ ਗੱਲ ਯਾਦ ਰੱਖਿਓ, ਦੁਨੀਆ 'ਤੇ ਜਿੰਨੀਆਂ ਕੌੜੀਆਂ ਚੀਜ਼ਾਂ ਨਾ ਬਾਬਾ ਜੀ, ਉਹ ਸਿਹਤ ਲਈ ਲਾਭਦਾਇਕ ਨੇ, ਚਾਹੇ ਉਹ ਇਲਾਚੀ ਕਹਿ ਲਈਏ, ਉਹ ਮਲੱਠੀ ਕਹਿ ਲਈਏ, ਉਹ ਕੌਰ ਤੁੰਬੇ ਕਹਿ ਲਈਏ,
ਉਹ ਅਜਵਾਇਨ ਕਹਿ ਲਈਏ, ਇਹ ਸਭ ਲਾਭਦਾਇਕ ਨੇ। ਅਤੇ ਮਿੱਠਾ ਜਿੰਨਾ ਵੀ ਹੋਊਗਾ ਉਹ ਹਾਨੀਕਾਰਕ ਹੈ। ਯਾਦ ਰੱਖੋ ਜਿਹੜੇ ਲੋਕ ਤੁਹਾਡੇ ਨਾਲ ਕੌੜੇ ਹੋਣਗੇ ਨਾ ਉਹ ਤੁਹਾਡੇ ਆਪਣੇ ਹੋਣਗੇ, ਜਿਹੜਾ ਜ਼ਿਆਦਾ ਮਿੱਠਾ ਬੋਲਣ ਤੁਹਾਨੂੰ ਬੋਲਣਗੇ ਨਾ ਨਹੀਂ ਜੀ ਮੈਂ ਤੁਹਾਡਾ, ਉਹ ਹਮੇਸ਼ਾ ਤੁਹਾਡਾ ਦੁਸ਼ਮਣ ਹੋਊਗਾ। ਯਾਦ ਰੱਖਿਓ ਇਹ, ਮੇਰੀ ਗੱਲ ਪੱਲੇ ਬੰਨ ਲਿਓ। ਜਿਹੜਾ ਜ਼ਿਆਦਾ ਮਿੱਠਾ ਬਣਨ ਦੀ ਕੋਸ਼ਿਸ਼ ਕਰੂਗਾ ਨਾ ਬਾਬਾ ਜੀ, ਜਿਹੜਾ ਤੁਹਾਨੂੰ ਸੱਚ ਨਹੀਂ ਕਹੂਗਾ ਉਹ ਤੁਹਾਡਾ ਨਹੀਂ ਹੋ ਸਕਦਾ। ਤੁਸੀਂ ਗਲਤੀ ਕਰ ਲਓ ਅਤੇ ਗਲਤੀ ਜਿਹੜਾ ਜੇ ਗਲਤੀ ਕਰਨ ਤੋਂ ਬਾਅਦ ਉਹ ਤੁਹਾਨੂੰ ਕਹੇ ਉਹ ਫਿਰ ਕੀ ਹੋ ਗਿਆ, ਹੋ ਗਈ ਕਿੱਡੀ ਗੱਲ, ਮਤਲਬ ਉਹਨੂੰ ਤੁਹਾਡੇ ਤੱਕ ਕੋਈ ਮਤਲਬ ਹੈਗਾ। ਜੇ ਵੀ ਜੇ ਉਹ ਕਹਿ ਦੂਗਾ ਵੀ ਇੱਥੇ ਤੂੰ ਗਲਤ ਹੈ ਬਾਬਾ, ਚਾਹੇ ਮੈਨੂੰ ਬੁਲਾ ਨਾ ਬੁਲਾ, ਤੇਰੀ ਮੇਰੀ ਗੱਲਬਾਤ ਹੋਵੇ ਨਾ ਹੋਵੇ, ਪਰ ਤੂੰ ਇੱਥੇ ਗਲਤ ਹੈ, ਉਹ ਤੁਹਾਡਾ ਹੋਊਗਾ। ਯਾਦ ਰੱਖਿਓ ਉਹ ਤੁਹਾਡਾ ਹੋਊਗਾ। ਜਿਉਂਦੇ ਵੱਸਦੇ ਰਹੋ, ਦਾਤਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ। ਮੈਂ ਫਿਰ ਇੱਕ ਵਾਰੀ ਯਾਦ ਕਰਾ ਦਾਂ ਆਪਣੇ ਮੁਰਸ਼ਦ ਪੀਰ ਨੂੰ, ਕੋਈ ਗੱਲ ਨਹੀਂ ਉਹਨੂੰ ਕਹਿ ਸਾਡਾ ਤੁਹਾਡਾ ਪ੍ਰਮਾਣ ਸੱਚੇ ਪਾਤਸ਼ਾਹ ਬਾਈ। ਕਹਿੰਦਾ ਮੈਂ ਤੈਨੂੰ ਭਾਅ ਜੀ ਤਾਂ ਨਹੀਂ ਰੋਕਿਆ ਵੀ ਤੁਸੀਂ ਗਾ ਰਹੇ ਸੀ, ਬਾਪੂ ਦਾ ਸੁਨੇਹਾ ਆਇਆ ਕਿ ਬਈ ਅਸੀਂ ਖਰੜ ਤੋਂ ਨਿਕਲੇ ਹਾਂ, ਬੰਦੇ ਨੂੰ ਕਹਿੰਦੇ ਬੰਦਾ ਨਹੀਂ ਦਿਖ ਰਿਹਾ, ਇੰਨੀ ਕੁ ਧੁੰਦ ਹੋ ਚੁੱਕੀ ਹੈ, ਤੁਸੀਂ ਦੱਸੋ ਵੀ ਪੁੱਤ ਅਸੀਂ ਜੇ ਨਹੀਂ ਵੀ ਪਹੁੰਚ ਪਾਏ ਤਾਂ ਸਾਰੀ ਸੰਗਤ ਨੂੰ ਮੇਰਾ ਇਹ ਸੁਨੇਹਾ ਜ਼ਰੂਰ ਦਿਓ ਕਿ ਉਹਨਾਂ ਦਾ ਇੱਕ ਇੱਕ ਕਦਮ ਆਇਆ ਪ੍ਰਵਾਨ, ਉਹਨਾਂ ਦੀ ਨੇਕ ਮੁਰਾਦਾਂ ਨੇਕ ਦੁਆਵਾਂ ਪੂਰੀਆਂ ਹੋਣਗੀਆਂ। ਇਹ ਦਾਤਾ ਜੀ ਦਾ ਫਰਮਾਨ ਹੈ, ਚੜ੍ਹਦੀ ਕਲਾ 'ਚ ਰੱਖੇ ਮਾਰੇ। ਮੈਂ ਵੀ ਟਾਈਮ ਨਾਲ ਤਾਂ ਨਿਕਲ ਆਇਆ, ਮੈਂ ਕਿਹਾ ਕਿਤੇ ਗੁਪਤਾ ਜੀ ਮੈਨੂੰ ਬਾਅਦ 'ਚ ਜੁੱਤੀਆਂ ਮਾਰਨ ਵੀ ਤੂੰ ਆਇਆ ਕਿਉਂ ਨਹੀਂ ਹੋਇਆ, ਕਿਉਂਕਿ ਇਹ ਉਹ ਪਰਿਵਾਰ ਹੈ, ਅਸੀਂ ਕਿਤੇ ਸਕੇ ਨੂੰ ਜਵਾਬ ਦੇ ਸਕਦੇ ਹਾਂ, ਪਰ ਇਹ ਉਹ ਸਕਿਆਂ ਤੋਂ ਵੀ ਉੱਪਰ ਹੈ, ਮੈਂ ਜਿਹਨੂੰ ਜਵਾਬ ਨਹੀਂ ਦੇ ਸਕਦਾ। ਮੈਂ ਟਾਈਮ ਨਾਲ ਆ ਕੇ ਬਹਿ ਗਿਆ ਕਿ ਧੁੰਦ ਜ਼ਿਆਦਾ ਹੋ ਗਈ, ਮੈਂ ਵੀ ਕਿਤੇ ਇਹ ਕਹਾਂ ਕਿ ਮੈਂ ਆ ਨਹੀਂ ਰਿਹਾ ਅਤੇ ਗੱਲ ਬਣਨੀ ਨਹੀਂ। ਦੁਆਬੇ ਦੇ ਭਗਤੋ, ਮੁਰੀਦੋ, ਆਸ਼ਕੋ, ਮੈਂ ਫਿਰ ਕਹਿੰਦਾ ਕਿ ਤਿੰਨ ਦਿਨ ਮੈਂ ਮੰਗ ਰਿਹਾ ਦਾਤਾ ਜੀ ਕੋਲੋਂ, ਇਹ ਮੈਂ ਨਹੀਂ ਕਹਿ ਰਿਹਾ, ਮੈਂ ਨਾ ਗੁਰੂ ਹਾਂ ਨਾ ਪੀਰ ਹਾਂ, ਮੈਂ ਤਾਂ ਇੱਕ ਨੌਕਰ ਹਾਂ, ਮੇਰੀ ਡਿਊਟੀ ਲੱਗੀ ਹੋਈ ਹੈ, ਡਿਊਟੀ ਲਾਈ ਹੈ ਮਹਾਰਾਜ ਨੇ। ਮੈਂ ਆਪਣੇ ਦਾਤਾ ਜੀ ਤੋਂ ਇਹ ਮੰਗਦਾ ਕਿ ਜੇ ਇੰਨੀ ਸ਼ਰਧਾ ਦੇ ਨਾਲ ਸ਼ਿੱਦਤ ਦੇ ਨਾਲ ਇਹ ਪੰਡਾਲ ਭਰਿਆ ਹੋਇਆ ਆਇਆ ਹੈ ਤੇਰੇ ਦਰਸ਼ਨਾਂ ਨੂੰ, ਮੈਨੂੰ ਲੱਗਦਾ ਕਿ ਜੇ ਦਾਤਾ ਸਰਕਾਰ ਇਹ ਸੁਣ ਰਹੇ ਹੋਣ, ਅੱਜ ਨਹੀਂ ਤਾਂ ਕੱਲ੍ਹ ਇਹ ਵੀਡੀਓ ਦਾਤਾ ਜੀ ਤੱਕ ਜਾਵੇ। ਮੈਂ ਕਹਿੰਦਾ ਤਿੰਨ ਦਿਨ ਬਹੁਤ ਹੁੰਦੇ, ਤਿੰਨ ਦਿਨਾਂ 'ਚ ਤੁਹਾਡੀ ਨੇਕ ਮੁਰਾਦ ਕੋਈ ਵੀ ਹਰ ਘਰ ਦੀ ਦਾਤਾ ਪੂਰੀ ਕਰੇ, ਅਤੇ ਮੇਰੇ ਮੁਰਸ਼ਦ 'ਤੇ ਤੁਹਾਡਾ ਯਕੀਨ ਬਣੇ। ਤੁਸੀਂ ਇਹ ਕਹੋ ਕਿ ਠੀਕ ਹੈ ਕਿ ਜਿਹੜਾ ਬਿਨ ਮੰਗਿਆਂ ਇੰਨਾ ਕੁਛ ਦੇਤਾ ਅਤੇ ਜੇ ਉਹਦੇ ਕੋਲ ਜਾ ਕੇ ਮੰਗ ਲਿਆ ਤਾਂ ਕੀ ਦਊਗਾ, ਕੀ ਦਊਗਾ। ਮੈਂ ਸੱਚ ਕਹਿੰਦਾ ਬਾਬਾ ਜੀ, ਕਦੇ ਕੈਂਸਰ ਦਾ ਵੀ ਇਲਾਜ ਹੋਇਆ ਮੇਰੇ? ਮੈਂ ਐਡੀ ਗੱਲ ਇਸ ਪੰਡਾਲ 'ਚ ਕਿਉਂ ਬੋਲੂੰਗਾ, 13.7 ਕੈਂਸਰ ਮੇਰੇ ਪਰਿਵਾਰ ਦੇ ਵਿੱਚ, ਮੇਰੇ ਰਿਸ਼ਤੇਦਾਰਾਂ ਨੂੰ, ਮੈਨੂੰ ਡਾਕਟਰਾਂ ਨੇ ਜਵਾਬ ਦਿੱਤਾ, ਕਹਿੰਦੇ ਨੂੰ ਘਰ ਲੈ ਜਾਓ, ਇਹ ਮਹੀਨਾ ਕੱਢ ਜਾਵੇ ਤਾਂ ਬੜੀ ਚੰਗੀ ਗੱਲ। ਉਹਦੇ ਪੇਟ ਦੇ ਵਿੱਚ ਬੱਚਾ ਸੀ ਅਤੇ ਕਹਿੰਦੀ ਵੀ ਇਹਨੂੰ ਵੀ ਇਹਦਾ ਅਬੋਰਸ਼ਨ ਕਰਾ ਦਿਓ, ਬੱਚਾ ਵੀ ਠੀਕ ਨਹੀਂ, ਤੁਸੀਂ ਮੰਨਦੇ ਹੋ? ਵਾਜ ਤੋਂ 1 ਮਹੀਨਾ 10 ਦਿਨ ਪਹਿਲਾਂ ਉਹ ਬੱਚਾ ਜਨਮ ਲਿਆ ਬੱਚੇ ਨੇ, ਕਿਉਂਕਿ ਮੈਨੂੰ ਦਾਤਾ ਜੀ ਨੇ ਇੱਕ ਵਾਰੀ ਕਿਹਾ ਸੀ, ਕਹਿੰਦਾ ਉਹਦਾ ਨਾਂ ਰੱਖਣਾ ਹੈ ਗੁਰਦਿੱਤਾ। ਡਾਕਟਰਾਂ ਨੇ ਕਿਹਾ ਇਹ ਹੁੰਦਾ ਨਹੀਂ, PGI
ਚੰਡੀਗੜ੍ਹ ਇਹ ਲਾਈਵ ਚੱਲ ਰਿਹਾ, ਮੈਂ ਕਹਿ ਰਿਹਾ ਚੰਡੀਗੜ੍ਹ PGI ਨੇ ਕਹਿ ਦਿੱਤਾ, ਜਿੱਥੇ ਜਾ ਕੇ ਲੋਕ ਕਹਿੰਦੇ ਆ ਵੀ ਅੱਧੇ ਰੱਬ ਨੇ ਉਹ ਬੰਦੇ ਨੂੰ ਸਾਹ ਪਾਉਂਦੇ, ਉਹ ਸੱਚ ਵੀ ਹੈ। ਉਹਨਾਂ ਨੇ ਜਵਾਬ ਦਿੱਤਾ ਵੀ ਇਹ ਕੈਂਸਰ ਠੀਕ ਨਹੀਂ ਹੁੰਦਾ, ਇਹ ਬੱਚਾ ਠੀਕ ਨਹੀਂ ਹੁੰਦਾ। ਬਾਬਾ ਜੀ 0% ਕੈਂਸਰ ਕਿੱਥੇ ਗਿਆ ਸਾਨੂੰ ਨਹੀਂ ਪਤਾ, ਉਹ ਮੇਰਾ ਮੁਰਸ਼ਦ ਜਾਣਦਾ। ਉਹ ਬੱਚੇ ਨੇ ਜਨਮ ਲਿਆ, ਉਹਦਾ ਨਾਂ ਅਸੀਂ ਰੱਖਿਆ ਗੁਰਦਿੱਤਾ। ਉਹ ਕਿਹਦੀ ਕਰਮ ਨਵਾਜ਼ੀ ਹੈ? ਮੇਰੇ ਪੀਰ ਦੀ, ਮੇਰੇ ਮੁਰਸ਼ਦ ਦੀ। ਯਕੀਨ ਹੋਣਾ ਚਾਹੀਦਾ, ਪੀਰ ਕਾਮਲ ਨਹੀਂ ਹੁੰਦਾ, ਯਕੀਨ ਕਾਮਲ ਹੁੰਦਾ। ਪੀਰ ਕਦੇ ਕਾਮਲ ਨਹੀਂ ਹੁੰਦਾ, ਯਕੀਨ ਕਾਮਲ ਹੁੰਦਾ। ਸਤਿ ਸ਼੍ਰੀ ਅਕਾਲ। ਤੇ ਤੁਸੀਂ ਜਾਣਾ ਕਿਤੇ? ਉਹ ਮੈਨੂੰ ਸਨਮਾਨਿਤ ਕਰਨ ਵਾਲਾ ਕੀ ਗੱਲ, ਮੈਂ ਤਾਂ ਤੁਹਾਡੇ ਸਾਰੇ ਟੱਬਰ ਨੂੰ ਸਨਮਾਨਿਤ ਕਰਦਾ। ਨੌਕਰਾਂ ਨੂੰ, ਨੌਕਰਾਂ ਨੂੰ ਵੀ ਕੋਈ ਸਨਮਾਨਿਤ ਕਰਦਾ? ਅਸੀਂ ਤਾਂ ਨੌਕਰ ਹਾਂ ਬਾਬਾ ਜੀ, ਅਸੀਂ ਤਾਂ ਨੌਕਰ ਹਾਂ। ਮੈਂ ਉਹ ਖੜਾ ਹੋ ਜਾ, ਐ ਸੋਹਣੀ ਆਊਗੀ ਫੋਟੋ ਵਾਲੇ। ਆ ਗਈ ਫੋਟੋ ਤੇਰੀ, ਬੱਲੇ ਸ਼ੁਕਰਾ। ਐਡੀਡਾਸ ਜਿਉਂਦਾ ਵਸਦਾ ਰਹੇ। ਇੱਕ ਵਾਰੀ ਫਿਰ ਇਸ ਦੁਆਬੇ ਦੇ ਪਿਆਰਿਆਂ ਨੂੰ ਇਸ ਉਰਸ ਦੀਆਂ, ਇਸ ਸਮਾਗਮ ਦੀਆਂ ਲੱਖ ਲੱਖ ਮੁਬਾਰਕਾਂ। ਆਓ ਆਪਾਂ ਆਪਣਾ ਕੰਮ ਸ਼ੁਰੂ ਕਰੀਏ। ਆ ਜਾਓ ਜੀ, ਕਰੋ ਬਿਲੂ। ਤੇਰੇ ਮੇਰੇ ਨੇ, ਤੇਰੇ ਮੇਰੇ ਨੇ, ਮੇਰੇ ਨੇ ਬੇ ਮਨੋਰਾ। ਤੇਰੇ ਮੇਰੇ ਨੈਣ ਇੱਕ ਹੋ ਗਏ ਵੇ ਦਿਲਾਂ ਨਾਲ, ਦਿਲ ਇੱਕ ਮਿੱਕ ਹੋ ਗਏ, ਦਿਲ ਇੱਕ ਮਿੱਕ ਹੋ ਗਏ। ਹੁਣ ਆਊਗਾ ਵੱਖਰਾ ਨਜ਼ਾਰਾ, ਆ ਤੇਰੀ ਮੇਰੀ ਜਿਨੀ ਬਣੀ ਜਿਵੇਂ ਚੰਨ ਦੇ ਨਾਲ ਸਿਤਾਰਾ। ਇਹ ਤੁਸੀਂ ਕਹਿ ਰਹੇ ਹੋ, ਮੈਂ ਨਹੀਂ ਕਹਿ ਰਿਹਾ। ਪਿਆਰ ਪਾ ਕੇ, ਪਿਆਰ ਪਾ ਕੇ ਛਿੰਦਿਆ ਤੂੰ ਭੁੱਲ ਜਾਵੀ ਨਾ, ਕਿਸੇ ਗਹਿਰਾਂ ਉੱਤੇ ਤੂੰ ਡੁੱਲ ਜਾਵੀ ਨਾ। ਚੱਲ ਭਰਦੇ ਹੁਣ ਇਸ਼ਕ ਹੁੰਗਾਰਾ, ਉਹ ਤੇਰੀ ਮੇਰੀ ਇੰਜ ਨਿਭਣੀ ਜਿਵੇਂ ਚੰਨ ਦੇ ਨਾਲ ਸਿਤਾਰਾ। ਵੇ ਤੇਰੀ ਮੇਰੀ ਇੰਜ ਨਿਭਣੀ ਉਹ ਜਿਵੇਂ ਚੰਨ ਦੇ ਨਾਲ ਸਿਤਾਰਾ। ਤੈਨੂੰ ਸੋਹਣਿਆ ਮੇਲਾ ਤੇ ਬਹਾਨਾ, ਵੇਖਣਾ ਤੇ ਤੈਨੂੰ ਸੋਹਣਿਆ ਮੇਲਾ ਤੇ ਬਹਾਨਾ। ਕਿਸੇ ਕੋਠੇ ਤੇ, ਕਿਸੇ ਕੋਠੇ ਤੇ ਰੂਹ ਹੋਵੇ, ਰੱਜ ਰੱਜ ਗੱਲਾਂ ਕਰੀਏ ਇੱਕ ਮੈਂ ਤੇ ਇੱਕ ਤੂੰ ਹੋਵੇ।
ਰਜ ਰਜ ਗੱਲਾਂ ਕਰੀਏ ਸੋਹਣਿਆ, ਇੱਕ ਮੈਂ ਹੋਵਾਂ ਤੇ ਤੂੰ ਹੋਵੇਂ। ਹੀਰਾ ਨੇ ਰਾਂਝੇ ਦਰ ਜਾ ਕੇ, ਹੀਰਾ ਨੇ ਰਾਂਝੇ ਦਰ ਜਾ ਕੇ ਦਿੱਤੀਆਂ ਇਹੋ ਦੁਹਾਈਆਂ ਨੇ, ਦੁਹਾਈਆਂ ਨੇ ਯਾਰ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ। ਕਿਸੇ ਕੋਲੀ ਵਿੱਚ ਨਹੀਂ ਹੋਵੇ, ਕਿਸੇ ਕੋਲੀ ਵਿੱਚ ਨਹੀਂ ਹੋਵੇ, ਉਹ ਗੱਲ ਕਿੱਦਾਂ ਝੂਠ ਹੋ ਜਾਵੇ ਮੇਰੇ ਸਾਈ ਨੇ ਜੋ ਕਹੀ ਹੋਵੇ। ਉਹ ਗੱਲ ਕਿੱਦਾਂ ਝੂਠ ਹੋ ਜਾਵੇ ਮੇਰੇ ਸਾਈ ਨੇ ਜੋ ਕਹੀ ਹੋਵੇ। ਕੋਠੇ ਤੇ ਕਿਲਮਾਈਆ, ਕੋਠੇ ਤੇ ਕਿਲਮਾਈਆ, ਮਾਤਾ ਇਧਰ ਮਾਤਾ ਜੀ ਤੈਂ ਸੌ ਸੌ ਰੱਖਿਆ ਸੌ ਕਿਉਂ? ਫਿਰ ਮੇਰਾ ਦਿਲ ਆ ਕਰਦਾ, ਮੇਰਾ ਦਿਲ ਆ ਕਰਦਾ। ਕੋਠੇ ਤੇ ਕਿਲਮਾਈਆ, ਕੋਠੇ ਤੇ ਕਿਲਮਾਈਆ, ਆਪਰਾ ਹੋ ਕੇ ਬਹਿ ਜਾ ਸੋਹਣਿਆ, ਯਾਰ ਵੇਖਣ ਤੇ ਥੋੜਾ ਜੇ ਤਾਂ ਹਿਲਮਾ, ਥੋੜਾ ਜੇ ਤਾਂ ਹਿਲਮਾ। ਹੀਰਾ ਨੇ ਰਾਂਝੇ ਦਰ ਜਾ ਕੇ ਦਿੱਤੀਆਂ ਉਹ ਦੁਹਾਈਆਂ ਨੇ, ਯਾਰ ਤੇਰੀ ਯਾਰੀ ਨੇ, ਯਾਰ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ, ਯਾਰ ਤੇਰੀ ਯਾਰੀ ਨੇ, ਯਾਰ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ, ਯਾਰ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ, ਯਾਰ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ। ਸ਼ਿੰਦੇ ਸ਼ਾਦੀ ਯਾਰੀ ਨੇ, ਸੁਰਿੰਦਰ ਸ਼ਾਦੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ, ਸੁਰਿੰਦਰ ਸ਼ਾਦੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ, ਯਾਰਾ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ। ਭਾਵੇਂ ਤਾਜ ਤੂੰ ਬਣਾ ਲੈ ਤੇ ਭਾਵੇਂ ਠੋਕਰਾਂ ਚ ਰੱਖ, ਤੇਰੇ ਨਾਲ ਯਾਰੀ ਲਾ ਕੇ, ਤੇਰੇ ਨਾਲ ਯਾਰੀ ਲਾ ਕੇ ਅਸੀਂ ਇੱਥੇ ਤੱਕ ਕਮਾਈਆਂ ਨੇ, ਯਾਰ ਤੇਰੀ ਯਾਰੀ ਨੇ, ਯਾਰ ਤੇਰੀ ਯਾਰੀ ਨੇ। ਕਿਹਦੀ ਯਾਰੀ ਨੇ? ਸੁਰਿੰਦਰ ਸ਼ਾਹ ਦੀ ਯਾਰੀ ਨੇ, ਬਾਕਰਪੁਰ ਵਾਲੇ ਦੀ ਯਾਰੀ ਨੇ, ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ, ਯਾਰਾ
ਤੇਰੀ ਯਾਰੀ ਨੇ ਸਾਡੇ ਦਿਲ ਨੂੰ ਗੁੰਡੀਆਂ ਪਾਈਆਂ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਗੁੰਡੀਆਂ ਪਾਈਆਂ ਨੇ Thank you.
ਹੁੰਦੀ ਵਰਖਾ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ ਸਾਈ ਲੰਘਦੇ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ ਸਾਈ ਲੰਘਦੇ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ ਸਾਈ ਲੰਘਦੇ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ ਸਾਈ ਲੰਘਦੇ। ਤੇਰੇ ਨਾਮ ਦਾ ਕੱਤਾ ਚਰਖਾ, ਤੇਰੇ ਨਾਮ ਦਾ ਕੱਤਾ ਚਰਖਾ, ਜਿੱਥੋਂ ਦੇ ਮੇਰੇ ਸਾਈ ਲੰਘਦੇ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰਾ ਯਾਰ ਲੰਘਦੇ, ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ ਯਾਰ ਲੰਘਦੇ, ਉੱਥੇ ਫੁੱਲਾਂ ਦੀ ਹੁੰਦੀ ਵਰਖਾ, ਜਿੱਥੋਂ ਦੇ ਮੇਰੇ ਕਿੱਥੇ ਮਿਲੇਗਾ ਬਾਬੇ।
ਮਾਪੇ ਦੇ ਲੋਕੋ, ਅੱਜ ਉਸ ਰੱਬ ਦੇ ਆਸ਼ਕ ਦੀ, ਉਸ ਰੱਬ ਦੇ ਪਿਆਰੇ ਦੀ ਗੱਲ ਹੋ ਰਹੀ ਹੈ ਇਸ ਧਰਤੀ ਤੇ। ਲੁੱਟ ਲਓ ਜਿੰਨਾ ਕੁਛ ਲੁੱਟਿਆ ਜਾ ਸਕਦਾ ਉਹਦੀ ਮੁਹੱਬਤ ਚੋਂ, ਲੁੱਟ ਲਓ ਉਹਦੀ ਮੁਹੱਬਤ ਚੋਂ ਜਿੰਨਾ ਕੁਛ ਲੁੱਟਿਆ ਜਾ ਸਕਦਾ। ਕਿਉਂ ਕਹਾਂ ਢੂੰਡਦੇ ਹੋ ਮਹਿਖਾਨੋ ਮੇ ਉਸੇ, ਕਹਾਂ ਢੂੰਡਦੇ ਹੋ ਮਹਿਖਾਨੋ ਮੇ ਉਸੇ, ਵੋ ਵਹਾਂ ਪਰ ਵੀ ਹੈ ਜਹਾਂ ਤੁਮ ਗੁਨਾਹ ਕਰਦੇ ਹੋ। ਤੁਸੀਂ ਕੀ ਸੋਚਦੇ ਹੋ ਕਿ ਜੇ ਇੱਥੇ ਉਹ ਨਹੀਂ ਬੈਠਾ, ਉਹ ਹੈ ਨਹੀਂ, ਉਹ ਉੱਥੇ ਵੀ ਹੈ ਜਿੱਥੇ ਅਸੀਂ ਗੁਨਾਹ ਕਰਦੇ ਹਾਂ, ਉਹ ਉੱਥੇ ਵੀ ਹੈ। ਇਹ ਗੱਲ ਮੈਨੂੰ ਕਿੱਥੋਂ ਸਿੱਖਣ ਨੂੰ ਮਿਲੀ? ਇੱਕ ਗੁਰੂ ਘਰ ਦੇ ਵਿੱਚ ਮੈਂ ਮੱਥਾ ਟੇਕਣ ਗਿਆ। ਦੇਖੋ ਗੱਲ ਕਿੱਡੀ ਵੱਡੀ ਗੱਲ ਸਮਝਣ ਦੀ ਹੈ, ਇਹਨੂੰ ਗੱਲ ਨੂੰ ਕੋਈ ਜਿਹੜੇ ਪਾਸੇ ਲਾ ਲਵੇ ਉਹਦੀ ਸੋਚਣੀ ਹੈ, ਪਰ ਮੇਰਾ ਜੋ ਮੈਂ ਸੁਣਿਆ ਮੈਂ ਕਹਿਣ ਲੱਗਾ। ਮੈਂ ਇੱਕ ਗੁਰੂ ਘਰ ਦੇ ਵਿੱਚ ਮੱਥਾ ਟੇਕਣ ਗਿਆ ਮੋਹਾਲੀ, ਤੇ ਬਿਹਾਰ ਦੇ ਜਿਹੜੇ ਭਰਾ ਇੱਧਰ ਆਉਂਦੇ ਕਮਾਈ ਕਰਨ, ਉਹਨਾਂ ਨੂੰ ਇੱਕ ਵਰਡ ਦਿੱਤਾ ਆਪਾਂ ਭਈਆ ਕਹਿ ਦਿੰਦੇ, ਉਹ ਭਈਏ ਉਹ ਵਿਚਾਰਾ ਰੁਮਾਲ ਬੰਨ ਰਿਹਾ ਤੇ ਚਾਰ ਬੰਦੇ ਖੜੇ, ਚਾਰੇ ਆਪਸ ਗੱਲਾਂ ਕਰ ਰਹੇ ਆ, ਚਿਹਰੇ ਤੇ ਸਮਾਈਲ, ਤੇ ਮੈਂ ਦੂਰ ਖੜਾ ਦੇਖ ਰਿਹਾ। ਮੇਰੇ ਨਾਲ ਇੱਕ ਹੋਰ ਮੇਰਾ ਭਰਾ, ਤੇ ਸਰਦਾਰ ਨੇ ਆਵਾਜ਼ ਮਾਰੀ, ਕਹਿੰਦਾ ਉਹ ਭਈਆ ਇੱਧਰ ਆ, ਆਪਕੇ ਪਾਸ ਕੋਈ ਜਰਦਾ ਬੀੜੀ ਤਾਂ ਨਹੀਂ? ਉਹ ਕਹਿੰਦਾ ਨਹੀਂ ਸਰਦਾਰ ਜੀ। ਕਹਿੰਦਾ ਤੁਹਾਡੇ ਭਈਆਂ ਦਾ ਪਤਾ ਨਹੀਂ ਨਾ, ਤੁਸੀਂ ਝੂਠ ਬਹੁਤ ਬੋਲਦੇ ਹੋ। ਉਹਦੇ ਚੋਂ ਇੱਕ ਬੰਦੇ ਨੇ ਉਸ ਸਰਦਾਰ ਭਰਾ ਨੂੰ ਜਵਾਬ ਕੀ ਦਿੱਤਾ ਸੁਣਿਓ, ਕਹਿੰਦਾ ਭਈਆ ਕਿਸ ਕੋ ਬੋਲਾ ਆਪਨੇ ਜੋ ਇਹ ਹਮ ਇੱਕ ਟੌਂਟ ਮਾਰਿਆ ਭਈਆ ਵਾਲਾ, ਕਿਸ ਕੋ ਬੋਲ ਰਹੇ ਹੋ? ਕਹਿੰਦਾ ਤੈਨੂੰ। ਕਹਿੰਦਾ ਹਮ ਬਿਹਾਰ ਸੇ ਹੈ, ਬਿਹਾਰ ਸੇ, ਔਰ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਾਂ ਕੇ ਹੈ? ਪਟਨਾ ਕੇ। ਪਟਨਾ ਕਹਾਂ ਪਿਆ? ਬਿਹਾਰ ਮੇ। ਫਿਰ ਆਪ ਉਸੇ ਵੀ ਭਈਆ ਬੋਲੋ, ਹਮਾਰੇ ਬਿਹਾਰ ਸੇ ਹੈ ਵੋ, ਪਟਨਾ ਸੇ ਹੈ। ਆਪਨੇ ਸਿਰ ਪੇ ਦਸਤਾਰ ਬਣਾ ਰੱਖੀ ਹੈ, ਆਪਕੋ ਬੋਲਨੇ ਕਾ ਨਹੀਂ ਪਤਾ ਕਿ ਕਿਸੀ ਕੋ ਕੈਸੇ ਬੋਲਦੇ ਹੈ। ਬਾਬਾ ਜੀ ਮੇਰੀ ਅੱਖਾਂ ਖੁੱਲ ਗਈਆਂ, ਮੈਂ ਕਿਹਾ ਵਾਹ। ਕਹਿੰਦੇ ਵੋ ਪੁੱਤਰੋ ਕੇ ਦਾਨੀ ਕਲਗੀਧਰ ਪਾਤਸ਼ਾਹ, ਪਟਨਾ ਸੇ ਤੇ ਪਟਨਾ ਕਹਾਂ ਹੈ? ਬਿਹਾਰ ਮੇ, ਹਾਂ ਬਿਹਾਰ ਮੇ। ਅਗਰ ਆਪ ਹਮੇ ਟੌਂਟ ਮਾਰਦੇ ਹੋ, ਫਿਰ ਆਪ ਆਪਣੇ ਗੁਰੂ ਕੋ ਵੀ ਟੌਂਟ ਮਾਰੋ। ਮੈਂ ਸਰਦਾਰ ਨੂੰ ਜਾ ਕੇ ਕਿਹਾ, ਮੈਂ ਕਿਹਾ ਦੇਖਿਆ ਕੋਈ ਨਾ ਕੋਈ ਗੁਰੂ ਐਸਾ ਬੰਦਾ ਭੇਜ ਦਿੰਦਾ ਜਿਹੜਾ ਅੱਖਾਂ ਖੋਲ ਦੇਵੇ। ਉਹ ਹੱਥ ਜੋੜ ਕੇ ਕਹਿੰਦਾ ਭਾਈ ਜਾਓ ਯਾਰ। ਇਸੇ ਤਰ੍ਹਾਂ ਕਿਸੇ ਨੂੰ ਐਂ ਨਾ ਸਮਝੋ ਕੌਣ ਕੀ ਤੁਰਿਆ ਫਿਰਦਾ, ਅਕਾਲ ਪੁਰਖ ਕਿਸ ਤੋਂ ਕੀ ਘਵਾ ਦੇਵੇ ਪਤਾ ਨਹੀਂ ਭਾਈ, ਕੁਛ ਕੀ ਘਵਾ ਦੇਵੇ। ਉਹ ਹਰ ਜਗ੍ਹਾ ਬਿਰਾਜਮਾਨ ਹੈ, ਹਰ ਜਗ੍ਹਾ। ਉਹ ਇੱਥੇ ਵੀ ਹੈ, ਉੱਥੇ ਵੀ ਹੈ, ਉੱਥੇ ਵੀ ਹੈ, ਸਭ ਜਗ੍ਹਾ। ਸਾਡੀ ਵੇਖਣ ਵਾਲੀ ਅੱਖ ਹੋਣੀ ਚਾਹੀਦੀ ਹੈ। ਦੁਨੀਆਂ ਵਿੱਚ ਮਹਿਬੂਬ ਹਜ਼ਾਰਾਂ ਤੇ ਮੇਰੇ ਯਾਰ ਦਾ ਵੱਖਰਾ ਨਾਜ਼, ਚਰਚਾ ਅਸੀਂ ਸੁਣਿਆ ਦੂਰ ਦਰਾਜ, ਵਲੀਆਂ ਦਾ ਸੁਲਤਾਨ ਸਦਾ ਪਾਕ ਦਾ ਮਹਿਰ ਮਰਾਜ, ਇਸ ਸ਼ਿੰਦੇ ਸ਼ਾਹ ਦੀ ਕੀ ਸਿਫਤ ਕਰਾਂ, ਇਹ ਦੁਨੀਆਂ ਦਾ ਸਰਤਾਜ, ਇਹਦੇ ਨਾਲ ਯਾਰੀ ਲਾ ਕੇ
ਇਹਦੇ ਨਾਲ ਯਾਰੀ ਲਾ ਕੇ ਉਹਨੇ ਇੱਜ਼ਤ ਕਮਾਈਆਂ ਨੇ ਯਾਰਾ ਤੇਰੀ ਹਾਈ ਨੇ ਯਾਰਾ ਤੇਰੀ ਹਾਈ ਨੇ ਸਾਡੇ ਦਿਲ ਨੂੰ ਕੁੰਡੀਆਂ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ ਤੇਰੀ ਯਾਰੀ ਨੇ ਸਾਡੇ ਦਿਲ ਨੂੰ ਕੁੰਡੀਆਂ ਪਾਈਆਂ ਨੇ ਤੈਨੂੰ ਅੱਖੀਆਂ ਉਡੀਕਦੀਆਂ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਆ ਜਾ ਸੋਹਣਿਆ ਵੇ ਤੈਨੂੰ ਵਾਸਤਾ ਹੀ ਪਿਆਰ ਦਾ ਆ ਜਾ ਸੋਹਣਿਆ ਵੇ ਤੈਨੂੰ ਵਾਸਤਾ ਹੀ ਪਿਆਰ ਦਾ ਅੱਖੀਆਂ ਉਡੀਕਦੀਆਂ ਦਿਲ ਵਾਜਾ ਮਾਰਦਾ ਤੈਨੂੰ ਵਾਸਤਾ ਹੀ ਪਿਆਰ ਦਾ ਗੱਦੀ ਉੱਤੇ ਦਾਤਿਆ ਤੈਨੂੰ ਆਉਣਾ ਪੈਣਾ ਗੱਦੀ ਉੱਤੇ ਦਾਤਿਆ ਤੈਨੂੰ ਆਉਣਾ ਪੈਣਾ ਨਾ ਆਇਆ ਤੇ ਸੋਹਣਿਆ ਉਹ ਸਾਡਾ ਮਾਨ ਬੱਲੇ ਜੁਗੇਸ਼
ਬੱਲੇ ਜੋਗੇਸ਼ਾ, ਬੱਲੇ ਉਸਤਾਦ ਜੀ, ਚਾਚਾ ਜੀ ਬੱਲੇ, ਤੁਹਾਨੂੰ ਕੀ ਕਹੀਏ ਹੁਣ ਜੀ? ਚਾਚਾ ਜੀ ਕਹਿ ਦਈਏ, ਚਾਚਾ ਜੀ ਥੈਂਕ ਯੂ ਜੀ। ਇੱਕ ਵਾਰੀ ਮੇਰੇ ਮਜੀਦ ਸਿੰਘ ਸਾਹਿਬਾਨਾਂ ਦੇ ਨਾਂ 'ਤੇ ਤਾੜੀ ਲਓ ਬਾਬਾ ਜੀ। ਇਹ ਮੈਨੂੰ ਸਾਡਾ ਭਰਾ ਇੱਕ ਬਹੁਤ ਵੱਡਾ ਮੇਰੇ ਬਾਰੇ ਝੂਠ ਬੋਲਦਾ ਹੁੰਦਾ, ਕਹਿੰਦਾ ਹਰਿਆਣੇ ਦੀ ਧਰਤੀ ਦਾ ਭਲਵਾਨੀ ਗਵਾਈਆ, ਕਿਉਂਕਿ ਭਲਵਾਨ ਬਹੁਤ ਸਾਡੇ, ਤੁਸੀਂ ਸੁਲਤਾਨ ਮੂਵੀ ਦੇਖੀ ਹੋਣੀ ਆ ਸਲਮਾਨ ਖਾਨ ਦੀ, ਉਹ ਵੀ ਸਾਡੇ ਭਲਵਾਨਾਂ 'ਤੇ ਹੀ ਬਣੀ ਸੀ। ਅੱਜ ਵੀ ਸਾਡੇ ਭਲਵਾਨ, ਕਿਉਂਕਿ ਦੰਗਲ ਮੇਰੇ ਹਿਸਾਬ ਨਾਲ ਪੰਜਾਬ 'ਚ ਬਹੁਤ ਘੱਟ ਰਹਿ ਗਏ, ਪੰਜਾਬ 'ਚ ਕਬੱਡੀ ਦੇ ਬਹੁਤ ਸ਼ੌਕੀਨ ਹੈ, ਪਰ ਹਰਿਆਣੇ 'ਚ ਅੱਜ ਵੀ ਦੰਗਲ ਹੁੰਦੇ, ਅੱਜ ਵੀ ਭਲਵਾਨੀ ਜਿਹੜੀ ਉੱਥੇ ਖੇਡੀ ਜਾਂਦੀ ਹੈ, ਕੁਸ਼ਤੀਆਂ ਕੀਤੀਆਂ ਜਾਂਦੀਆਂ ਨੇ, ਅੱਜ ਵੀ ਮੇਲਿਆਂ 'ਤੇ ਉਹਨਾਂ ਭਲਵਾਨਾਂ ਨੂੰ ਆਪਸ 'ਚ ਪੜਾਇਆ ਜਾਂਦਾ। ਅਤੇ ਮੈਨੂੰ ਕਿਤੇ ਭਲਵਾਨੀ ਗਵਾਈ ਆ ਕਹਿੰਦੇ, ਇਹ ਇਹਨਾਂ ਦਾ ਝੂਠ ਹੈ, ਮੈਂ ਕੋਈ ਭਲਵਾਨੀ ਗਵਾਈ ਨੇ, ਪਰ ਇਹ ਦੁਆਬੇ ਦੇ ਭਲਵਾਨੀ ਸਾਜੀ ਨੇ, ਇੱਕ ਵਾਰੀ ਇਹਨਾਂ ਦੇ ਨਾਂ 'ਤੇ ਜ਼ਰੂਰ ਤਾੜੀ ਲਓ ਬਾਬਾ ਜੀ ਤੁਸੀਂ। ਮੈਂ ਸੱਚ ਕਹਿੰਦਾ, ਮੇਰੇ ਨਾਲ ਬਹੁਤ ਬਹੁਤ ਮੇਰੇ ਭਰਾ ਮਜੀਦ ਸਿੰਘ ਸਾਹਿਬਾਨ ਆਏ, ਉਹ ਚਲੇ ਗਏ, ਕਹਿੰਦਾ ਭਰਾਵਾ ਤੇਰਾ ਕੀ ਪਤਾ, ਤੂੰ ਸ਼ੁਰੂ ਹੋ ਜਾਵੇਂ, ਤੂੰ ਤਾਂ ਬੰਦ ਹੀ ਨਹੀਂ ਹੁੰਦਾ, ਤੂੰ ਤਾਂ ਚੁੱਪ ਹੀ ਨਹੀਂ ਹੁੰਦਾ, ਤੂੰ ਦੋ ਦੋ 3-3 ਘੰਟੇ ਲਗਾਤਾਰ ਵਜਾਈ ਜਾਵੇਂ, ਸਾਡੇ ਵੀ ਹੱਥ ਨੇ, ਸਾਡੇ 'ਚ ਵੀ ਸਾਹ ਨੇ, ਤੈਨੂੰ ਤਾਂ ਪਤਾ ਨਹੀਂ ਕੀ ਕਹਿੰਦਾ, ਖਾ ਕੇ ਚੜ੍ਹਦਾ ਤੂੰ ਸਟੇਜ 'ਤੇ। ਪਰ ਇਹ ਉਹ ਨੇ, ਮੈਂ ਇਹਨਾਂ ਨੂੰ ਕਹਿੰਦਾ ਤੁਸੀਂ ਕੀ ਖਾ ਕੇ ਆਉਂਦੇ ਬਾਬੇ, ਉਹ ਤੁਸੀਂ ਦੱਬੀ ਤੁਰੀ ਆਉਂਦੇ ਹੋ, ਕਹਿੰਦੇ ਮੈਨੂੰ ਕਹਿ ਦਿਆ ਕਰੋ ਵੀ ਹੌਲੀ ਬਾਬੇ, ਅਸੀਂ ਸਾਹ ਲੈ ਲਈਏ, ਤੂੰ ਸਾਹ ਲੈ ਲੈ, ਨਹੀਂ ਕਹਿਣਾ, ਮਤਲਬ ਮਾਰਨ 'ਤੇ ਤੁਲੇ ਹੋਏ ਹੋ, ਮਾਲਕ ਤੁਹਾਨੂੰ ਚੜ੍ਹਦੀ ਕਲਾ ਕਰੇ, ਲਵ ਯੂ ਬਹੁਤ ਸਾਰਾ। ਹਾਂਜੀ ਭਾਈ, ਬਾਈ ਲਈ ਤਾੜੀਆਂ ਵਜਾਓ ਜ਼ੋਰਦਾਰ, ਪਹਿਲਾਂ ਬਾਈ ਨੂੰ ਝੂਠ ਲੱਗਦਾ ਹੋਊ ਇਹ ਸਹੀ ਤੁਸੀਂ ਕਹਿੰਦਾ, ਇੱਕ ਵਾਰੀ ਤਾੜੀ ਵਜਾ ਕੇ ਦੱਸੋ ਭਲਵਾਨੀ ਗਵਈਆ ਹੈਗਾ ਕਿ ਨਹੀਂ ਹੈਗਾ, ਇਹ ਸੱਚੀ ਗੱਲ ਹੈ ਜੀ, ਕਿਉਂਕਿ ਸਰਕਾਰਾਂ ਦਾ ਬਹੁਤ ਵੱਡਾ ਕਰਮ ਹੈ ਸਾਰੀਆਂ ਸੰਗਤਾਂ 'ਤੇ, ਅਤੇ ਨਾਲ ਸਾਡੇ ਬਾਈ 'ਤੇ ਵੀ, ਕਿਉਂਕਿ ਮੈਂ ਪ੍ਰਬੰਧਕ ਵੀਰਾਂ ਨੂੰ ਇੱਕ ਗੱਲ ਕਰਨ ਲੱਗਾ ਗੁਪਤਾ ਭਾਅ ਜੀ, ਕਈ ਵਾਰੀ ਮਨ ਬੰਦੇ ਦਾ ਡੋਲ ਜਾਂਦਾ ਵੀ ਸਾਡੀ ਸਰਕਾਰ, ਸਾਡੇ ਸਾਈਂ ਜੀ ਪਤਾ ਨਹੀਂ ਕਿਉਂ ਨਹੀਂ ਆਏ, ਇਹ ਕੋਈ ਨਾ ਕੋਈ ਰਮਜ਼ ਹੁੰਦੀ ਹੈ, ਇਹ ਸੱਚੀ ਗੱਲ ਹੈ, ਸਾਡੇ ਬਾਰੇ ਕੋਈ ਲੋਕ ਨਹੀਂ ਸਮਝ ਸਕਦੇ, ਅਸੀਂ ਬਹੁਤ ਜਲਦੀ ਡੋਲ ਜਾਂਦੇ ਹਾਂ, ਮਾੜੀ ਜਿਹੀ ਇੱਕ ਗੱਲ ਹੁੰਦੀ ਹਾਏ ਰੱਬਾ ਕੀ ਹੋ ਗਿਆ, ਪਰ ਡੋਲਣਾ ਨਹੀਂ ਚਾਹੀਦਾ ਵੀ ਪ੍ਰੀਖਿਆ, ਇੱਕ ਇਹ ਪ੍ਰੀਖਿਆ ਹੈ ਤੁਹਾਡੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ, ਸੇਵਾਦਾਰਾਂ ਦੀ, ਹੋ ਸਕਦਾ ਕੋਈ ਤਰੁੱਟੀ ਰਹਿ ਗਈ ਹੋਵੇ, ਇਹ ਮਾਲਕ ਜਾਣਦਾ, ਇਹ ਸਾਡੇ ਸਾਈਂ ਜਾਣਦੇ ਨੇ, ਸਾਨੂੰ ਇੰਨਾ ਗਿਆਨ ਨਹੀਂ, ਇਹ ਉਹਨੂੰ ਪਤਾ, ਕਿਉਂਕਿ ਸਾਡੇ ਸਿਦਕ ਨੇ ਹੌਲੇ ਅਸੀਂ ਡੋਲ ਜਾਈਏ ਝੱਟ, ਸਾਡੇ ਸਿਦਕ ਨੇ ਹੌਲੇ ਅਸੀਂ ਡੋਲ ਜਾਈਏ ਝੱਟ, ਉਹ ਤੇਰੀ ਰਹਿਮਤ ਹੈ ਉੱਚੀ ਜੋ ਕੱਖਾਂ ਨੂੰ ਵੀ ਕਰੇ ਲੱਖ, ਸਾਡੇ ਸਿਦਕ ਨੇ ਹੌਲੇ ਅਸੀਂ ਡੋਲ ਜਾਈਏ ਝੱਟ, ਤੇਰੀ ਰਹਿਮਤ ਹੈ ਉੱਚੀ ਜੋ ਕੱਖਾਂ ਨੂੰ ਵੀ ਕਰੇ ਰੱਖ, ਅਜੇ ਦਾਤਾ ਸਾਨੂੰ ਤੇਰਿਆਂ ਰੰਗਾਂ ਦੇ ਵਿੱਚ ਰੰਗਣਾ ਨਹੀਂ ਆਉਂਦਾ, ਅਜੇ ਦਾਤਾ ਸਾਨੂੰ ਤੇਰਿਆਂ ਰੰਗਾਂ ਦੇ ਵਿੱਚ ਰੰਗਣਾ ਨਹੀਂ ਆਉਂਦਾ, ਉਹ ਤੇਰੇ ਦਰ 'ਤੇ ਨਹੀਂ ਥੋੜ ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਤੇਰੇ ਦਰ 'ਤੇ ਨਹੀਂ ਥੋੜ ਸਾਨੂੰ ਮੰਗਣਾ ਹੀ ਨਹੀਂ ਆਉਂਦਾ, ਮੰਗਣ ਦਾ ਢੰਗ ਤਰੀਕਾ ਤਹਿਜ਼ੀਬ ਕਿੱਦਾਂ ਆਉਂਦੀ ਹੈ, ਫਕੀਰਾਂ ਦੇ ਕਦਮਾਂ 'ਚ ਬਹਿ ਕੇ ਉਹਦੀ ਸੰਗਤ ਕਰਕੇ ਆਉਂਦੀ ਹੈ, ਔਰ ਇਸ ਕਰਕੇ ਮੈਂ ਗੌਰਵ ਭਾਅ ਜੀ, ਗੁਪਤਾ ਸਾਹਿਬ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਮਨ ਡੋਲਣਾ ਨਹੀਂ ਕਦੇ ਵੀ, ਇਹ ਸਰਕਾਰਾਂ ਦੀ ਮੌਜ ਹੈ, ਇਹ ਉਹਦੀ ਰਮਜ ਹੈ, ਇਹ ਸਭ ਕੁਝ ਉਹੀ ਜਾਣਦਾ, ਇਹ ਪ੍ਰੀਖਿਆ ਹੀ ਹੈ ਤੁਹਾਡੀ ਇੱਕ, ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ, ਨਾਲ ਦੀ ਨਾਲ ਪ੍ਰਬੰਧਕ ਕਮੇਟੀ ਦੇ ਸਾਰੇ ਮੈਂਬਰਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਨੇ ਗੁਪਤਾ ਸਾਹਿਬ, ਔਰ ਕਾਸ਼ੀਨਾਥ ਬੜੀ ਬਾਕਮਲ ਹਾਜ਼ਰੀ ਸਾਡੇ ਵੀਰ ਦੀ ਹੋਈ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਪੂਰੀ ਟੀਮ ਦਾ, ਕਿਉਂਕਿ ਸਾਰੇ ਇਹ ਭਰਾ ਹੀ ਨੇ ਸਾਡੇ, ਸਾਰੇ ਇਹ ਸਾਡੇ ਵੀਰ ਨੇ, ਔਰ ਜਿੱਥੇ ਆਪਣਿਆਂ ਦੀ ਗੱਲ ਹੁੰਦੀ ਉੱਥੇ ਆਪਣੇ ਹੀ ਹੁੰਦੇ ਸਾਰੇ,
ਕਿਉਂਕਿ ਮੈਂ ਸਦਕੇ ਜਾਵਾਂ ਉਹਨਾਂ ਸੱਜਣਾਂ ਦੇ ਜਿਹਨਾਂ ਪਲਕਾਂ ਦੀ ਛਾਵੇਂ ਬਿਠਾਇਆ ਸਾਨੂੰ। ਮੈਂ ਸਦਕੇ ਜਾਵਾਂ ਉਹਨਾਂ ਸੱਜਣਾਂ ਦੇ ਉਹ ਜਿਹਨਾਂ ਪਲਕਾਂ ਦੀ ਛਾਵੇਂ ਬਿਠਾਇਆ ਸਾਨੂੰ। ਕੌਣ ਕਹਿੰਦਾ ਕਿ ਇਹ ਆਪਣੇ ਹੀ ਆਪਣੇ ਹੁੰਦੇ ਨੇ? ਉਹ ਵੀ ਆਪਣੇ ਹੁੰਦੇ ਨੇ, ਔਰ ਜਿਹਨਾਂ ਨਾਲ ਰੱਬ ਨੇ ਮਿਲਾਇਆ ਸਾਨੂੰ। ਤੁਸੀਂ ਆਪਣੇ ਹੋ ਅਜ਼ੀਜ਼, ਉਹਨਾਂ ਪਿਆਰ ਸਤਿਕਾਰ ਤੁਸੀਂ ਦਿੰਦੇ ਹੋ। ਸੋ ਨਾਲ ਦੀ ਨਾਲ ਬਹੁਤ ਬਹੁਤ ਮੁਬਾਰਕਾਂ ਨੇ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ, ਕਿਉਂਕਿ ਇਹ ਪ੍ਰੇਮ ਹੈ, ਮੁਹੱਬਤ ਹੈ। ਕਿਉਂਕਿ ਜਿਹੜਾ ਇਨਸਾਨ ਮੁਹੱਬਤ ਕਰਦਾ ਹੈ ਉਹ ਦੁਨੀਆਂ ਦੇ ਲੜਾਈ ਝਗੜੇ ਤੋਂ ਵੈਸੇ ਹੀ ਦੂਰ ਰਹਿੰਦਾ ਹੈ। ਮੁਹੱਬਤ ਹੋਣੀ ਚਾਹੀਦੀ ਹੈ, ਕਿਉਂਕਿ ਲੜਾਈ ਝਗੜੇ ਤਾਂ ਵੈਸੇ ਖਾਪਰ ਵਾਲੇ ਤਾਂ ਵੈਸੇ ਸਾਡੀ ਦੁਨੀਆਂ 'ਤੇ ਸਾਡੇ ਲੋਕਾਂ 'ਚ ਬੜੇ ਪਏ, ਔਰ ਇਹ ਮੁਹੱਬਤ ਦਾ ਪੈਗਾਮ ਜਿਹੜਾ ਸਾਨੂੰ ਮਿਲ ਰਿਹਾ ਇਹ ਸਰਕਾਰਾਂ ਦੀ ਕਰਨਵਾਜ਼ੀ ਦੇ ਨਾਲ ਮਿਲ ਰਿਹਾ। ਕਿਉਂਕਿ ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਹੈ, ਹਰ ਮਹਿਬੂਬ ਨੂੰ ਆਪਣਾ ਪਿਆਰਾ ਯਾਦ ਰਹਿੰਦਾ ਹੈ। ਮੁਹੱਬਤ ਨੂੰ ਮੁਹੱਬਤ ਦਾ ਇਸ਼ਾਰਾ ਯਾਦ ਰਹਿੰਦਾ ਹੈ, ਹਰ ਮਹਿਬੂਬ ਨੂੰ ਆਪਣਾ ਪਿਆਰਾ ਯਾਦ ਰਹਿੰਦਾ ਹੈ। ਉਹ ਪਲ ਜੋ ਯਾਰ ਦੀ ਗੱਲ ਵੱਕੜੀ ਵਿੱਚ ਗੁਜ਼ਰੇ, ਉਹ ਪਲ ਜੋ ਯਾਰ ਦੀ ਗੱਲ ਵੱਕੜੀ ਵਿੱਚ ਗੁਜ਼ਰੇ, ਮਰਨ 'ਤੇ ਇੱਕ ਬੰਦੇ ਨੂੰ ਉਹ ਨਜ਼ਾਰਾ ਯਾਦ ਰਹਿੰਦਾ ਹੈ। ਸੋਹਣਾ ਯਾਰ ਹਮੇਸ਼ਾ ਹਰ ਸਾਹ ਦੇ ਨਾਲ ਯਾਦ ਰਹਿੰਦਾ। ਇੱਦਾਂ ਦੀ ਮੁਹੱਬਤ ਜਿਹੜੀ ਹੈ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ, ਕਿਉਂਕਿ ਬੁੱਤਾਂ ਵਿੱਚ ਜਿੰਦੜੀ ਪੈ ਜਾਵੇ, ਮੈਂ ਜਿਹੜੇ ਪਾਸੇ ਤੱਕਦੀ ਹਾਂ, ਅੱਖ ਮੌਤ ਦੀ ਅੱਖ ਵਿੱਚ ਪਾ ਕੇ ਤੀ ਮੇਰਾ ਜਿਗਰਾ, ਮੈਂ ਹੱਸ ਸਕਦੀ ਹਾਂ। ਮੈਂ ਨੰਗੇ ਪਿੰਡੇ ਚੱਲ ਜਾਵਾਂ, ਹਰ ਸ਼ਮਕ ਵੱਜੀ ਤਕਦੀਰਾਂ ਦੀ, ਲੋਕੋ ਮੈਂ ਪਾਕ ਮੁਹੱਬਤ ਹਾਂ ਮੈਨੂੰ ਰਹਿਮਤ ਪੀਰ ਫਕੀਰਾਂ ਦੀ, ਲੋਕੋ ਮੈਂ ਪਾਕ ਮੁਹੱਬਤ ਹਾਂ ਮੈਨੂੰ ਰਹਿਮਤ ਪੀਰ ਫਕੀਰਾਂ ਦੀ। ਇਹ ਕਰਮ ਹੈ ਸਰਕਾਰਾਂ ਦਾ। ਔਰ ਬਾਈ ਨੇ ਜ਼ਿਕਰ ਕੀਤਾ ਮਾਂ ਬੋਲੀ ਪੰਜਾਬੀ, ਕਿਉਂਕਿ ਪੰਜਾਬ ਦੀ ਧਰਤੀ ਨੂੰ ਮਾਣ ਹੈ, ਸਾਨੂੰ ਮਾਣ ਹੈ, ਪੰਜਾਬੀਆਂ ਨੂੰ ਮਾਣ ਹੈ, ਕਿਉਂਕਿ ਪੰਜਾਬ ਦੀ ਉਹ ਮੁਬਾਰਕ ਧਰਤੀ ਹੈ ਜਿੱਥੇ ਗੁਰੂਆਂ ਨੇ, ਸਾਹਿਬਾਂ ਨੇ, ਸ਼ਹੀਦਾਂ ਨੇ, ਮੁਰੀਦਾਂ ਨੇ, ਆਸ਼ਕਾਂ ਨੇ, ਸਾਧਕਾਂ ਨੇ, ਯੋਧਿਆਂ ਨੇ, ਸੂਰਮਿਆਂ ਨੇ ਆਪਣੇ ਪਾਕ ਮੁਬਾਰਕ ਕਦਮ ਧਰੇ, ਇਸ ਧਰਤੀ ਦੇ ਜ਼ਰੇ ਜ਼ਰੇ ਨੂੰ ਆਪਣੇ ਖੂਨ ਪਸੀਨੇ ਦੇ ਨਾਲ ਸਿੰਜਿਆ। ਔਰ ਪੰਜਾਬ ਦਾ ਉਹ ਬੂਟਾ ਅੱਜ ਜਵਾਨ ਹੋ ਗਿਆ ਜਿਹਨੂੰ ਬਹੁਤ ਸੋਹਣੇ ਸੋਹਣੇ ਫੁੱਲ ਅਤੇ ਫਲ ਲੱਗਦੇ ਨੇ, ਪੂਰੀ ਦੁਨੀਆਂ ਦੇ ਵਿੱਚ ਮਹਿਕਾ ਵੰਡ ਰਹੇ ਨੇ। ਔਰ ਬੜਾ ਮਾਣ ਸਤਿਕਾਰ, ਹਾਂਜੀ ਵੀਰਪਾਲ, ਵੀਰਪਾਲ ਕੁੜੀਏ ਨਾਰਾਜ਼ ਹੈ, ਜਿਹੜੀ ਸਿਕਿਉਰਿਟੀ 'ਚ ਖੜੀ ਹੈ ਵੀਰਪਾਲ ਤੇਰਾ ਨਾਂ ਹੀ ਹੈ, ਆ ਜਾ ਭਾਈ ਇੱਧਰ ਆ ਜਾ, ਤੈਨੂੰ ਸਪੈਸ਼ਲੀ ਬੁਲਾਇਆ, ਤੇਰਾ ਸਨਮਾਨ ਮੇਰੇ ਕੋਲ ਹੈ, ਮੈਂ ਚਾਹੁੰਦਾ ਮੈਂ ਆਪਣੇ ਹੱਥ ਨਾਲ ਤੁਹਾਨੂੰ ਸਨਮਾਨ ਕਰਾਂ, ਆ ਜਾ ਮੇਰੀ ਭੈਣ ਘੁੰਮ ਕੇ। ਸਾਡੀ ਭੈਣ ਨੂੰ ਮੈਂ ਗੁਜ਼ਾਰਿਸ਼ ਕਰੂੰਗਾ, ਕਿਉਂਕਿ ਸ਼ਰਮਾ ਬੌਂਸਰ ਗਰੁੱਪ ਪੂਰੀ ਟੀਮ ਬੜੇ ਸਤਿਕਾਰਯੋਗ ਸਾਡੇ ਵੀਰ ਨੇ, ਇਹਨਾਂ ਦੀਆਂ ਵੀ ਡਿਊਟੀਆਂ ਨੇ, ਇਹਨਾਂ ਦੀਆਂ ਵੀ ਸੇਵਾਵਾਂ ਨੇ। ਔਰ ਨਾਲ ਦੀ ਨਾਲ ਗੱਲ ਮਾਂ ਬੋਲੀ ਦੀ ਹੋਈ ਆਸ਼ੀ ਭਾਅ ਜੀ, ਕਿਉਂਕਿ ਮਾਂ ਬੋਲੀ ਨਾ ਰਹੀ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਹਰੀਆਂ ਦੁਆਵਾਂ ਰੁਲ ਜਾਣੀਆਂ। ਮਾਂ ਬੋਲੀ ਨਾ ਰਹੀ ਕਵਿਤਾਵਾਂ ਰੁਲ ਜਾਣੀਆਂ, ਆ ਮਾਵਾਂ ਦੀਆਂ ਲੋਹਰੀਆਂ ਦੁਆਵਾਂ ਰੁਲ ਜਾਣੀਆਂ, ਦਿੱਤੀਆਂ ਸ਼ਹਾਦਤਾਂ ਨਾ ਮਿੱਟੀ 'ਚ ਮਿਲਾ ਦਿਓ, ਉਹ ਵੇਖਿਓ ਪੰਜਾਬੀ ਉਹ ਪੰਜਾਬ ਨਾ ਭੁਲਾ ਦਿਓ, ਉਹ ਵੇਖਿਓ ਪੰਜਾਬੀ ਉਹ ਪੰਜਾਬ ਨਾ ਭੁਲਾ ਦਿਓ। ਕਿਉਂਕਿ ਪੁੱਤਰਾ ਪੰਜਾਬੀਆਂ ਨੇ ਵਾਰੀਆਂ ਜਵਾਨੀਆਂ, ਆ ਸੀਸ ਕਟਵਾ ਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ, ਪੁੱਤਰਾ ਪੰਜਾਬੀਆਂ ਨੇ ਵਾਰੀਆਂ ਜਵਾਨੀਆਂ, ਆ ਸੀਸ ਕਟਵਾ ਕੇ ਸਾਨੂੰ ਦਿੱਤੀਆਂ ਨਿਸ਼ਾਨੀਆਂ, ਐਡੇ ਮਹਿੰਗੇ ਮੁੱਲਾਂ ਵਾਲੀ ਚੀਜ਼ ਨਾ ਗਵਾ ਦਿਓ, ਉਹ ਵੇਖਿਓ ਪੰਜਾਬੀ ਉਹ ਪੰਜਾਬ ਨਾ ਭੁਲਾ ਦਿਓ, ਵੇਖਿਓ ਪੰਜਾਬੀ ਉਹ ਪੰਜਾਬ ਨਾ ਭੁਲਾ ਦਿਓ। ਕਿਉਂਕਿ ਪੰਜਾਬ ਦੀ ਧਰਤੀ ਬੜੀ ਮੁਬਾਰਕ ਹੈ, ਸਾਡੇ ਰਹਿਬਰਾਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਕੀਤੀਆਂ, ਕਿਉਂਕਿ ਹੁਣ ਜਿਹੜਾ ਦੌਰ ਗੁਜ਼ਰ ਕੇ ਗਿਆ, ਦਸਮ ਪਾਤਸ਼ਾਹ ਸਰਬੰਸ ਦਾਨੀ
ਮਹਾਨ ਯੋਧੇ ਸੰਤ ਸਿਪਾਹੀ ਧੰਨ ਧੰਨ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਨੇ ਆਪਣਾ ਸਰਬੰਸ ਵਾਰ ਦਿੱਤਾ ਸਾਡੇ ਲੋਕਾਂ ਲਈ, ਸਾਡੇ ਵਰਗੇ ਮੂਰਖ ਲੋਕਾਂ ਲਈ ਕਹਿ ਸਕਦਾ, ਕਿਉਂਕਿ ਬੜੀਆਂ ਕੁਰਬਾਨੀਆਂ ਨੇ ਉਹਨਾਂ ਦੀਆਂ, ਅਸੀਂ ਲਫਜ਼ਾਂ ਦੇ ਨਾਲ ਅਲਫਾਜ਼ਾਂ ਦੇ ਨਾਲ ਸਿਫਤ ਬਿਆਨ ਨਹੀਂ ਕਰ ਸਕਦੇ। ਸੋ ਕਾਕਾ ਵੀਰ ਹਾਂ ਆ ਜਾ ਮੇਰਾ ਵੀਰ, ਸੰਗਤ ਨੂੰ ਗੁਜ਼ਾਰਿਸ਼ ਹੈ ਬਹਿ ਜਾਓ ਭਾਜੀ, ਜਿੰਨੀ ਵੀ ਸੰਗਤ ਖੜੀ ਹੋ ਗਈ ਸਾਰਿਆਂ ਨੂੰ ਬਹਿ ਜਾਓ, ਜਿਹੜੇ ਸਰਕਾਰਾਂ ਨੂੰ ਮੁਹੱਬਤ ਕਰਦੇ ਬਹਿ ਜਾਓ ਸਾਰੇ ਜਾਣੇ। ਇੱਕ ਦੋ ਹਾਜ਼ਰੀਆਂ, ਸਾਡਾ ਵੀਰ ਕਾਕਾ ਨਾ ਹੀ ਕਾਕਾ ਉੱਦਾਂ ਪਾਪਾ ਹੀ ਹੈ, ਸਾਡਾ ਵੀਰ ਕਾਕਾ ਇੱਕ ਦੋ ਲਫਜ਼ਾਂ ਦੇ ਨਾਲ ਇੱਕ ਦੋ ਗੀਤਾਂ ਦੇ ਨਾਲ ਤੁਹਾਡੇ ਸਨਮੁਖ ਹੋਏਗਾ। ਅਦਬ ਦੇ ਨਾਲ ਸਤਿਕਾਰ ਦੇ ਨਾਲ ਬੈਠੋ, ਔਰ ਹਾਜ਼ਰੀਆਂ ਜਿਹੜੀਆਂ ਸਭ ਦੀਆਂ ਲੱਗ ਰਹੀਆਂ ਨੇ, ਬਹੁਤ ਬਹੁਤ ਮੁਬਾਰਕਾਂ ਜੀ, ਥੈਂਕ ਯੂ। ਹਾਂਜੀ ਹਾਂਜੀ, ਇੱਕ ਹਾਜ਼ਰੀ ਕਾਕੇ ਬਾਈ, ਥੈਂਕ ਯੂ। ਆ ਜਾ ਕਾਕੇ, ਸਾਰਿਆਂ ਨੂੰ ਗੁਜ਼ਾਰਿਸ਼ ਹੈ ਕਿ ਬਹਿ ਜਾਓ ਆਪਣੀ ਆਪਣੀ ਥਾਂ ਤੇ ਬਹਿ ਜਾਓ, ਜਿਹੜੇ ਆਪਣੇ ਮਾਂ ਪਿਓ ਨੂੰ ਪਿਆਰ ਕਰਦੇ ਨੇ ਉਹ ਬਹਿ ਜਾਓ, ਵੈਸੇ ਜਿਹੜੇ ਮਾਂ ਪਿਓ ਨੂੰ ਪਿਆਰ ਕਰਦੇ ਨੇ ਬਹਿ ਜਾਓ। ਸਾਈ ਮੌਲਾ ਗਮ ਲਗੇ ਹਸੀਨਾ ਲਗੇ ਯੇ ਦਿਲ ਲਗੀ ਵੀ ਤੇਰੇ ਦਿਲ ਕੋ ਦਿਲ ਲਗੀ ਨਾ ਲਗੇ ਤੂੰ ਰੋਜ਼ ਰੋਇਆ ਕਰੇ ਉੱਠ ਕੇ ਚਾਂਦ ਰਾਤੋਂ ਮੈਂ ਖੁਦਾ ਕਰੇ ਤੇਰਾ ਮੇਰੇ ਬਿਨਾ ਜੀਣਾ ਲਗੇ। ready 1 2 1 2 3 4
ਪੈਰਵੀ ਕਰਿਓ, ਇੱਥੇ ਪੈਰਵੀ ਕਰਿਓ, ਪੈਰਵੀ ਪੈਰਵੀ ਇੱਥੇ ਠੇਕਾ ਲੱਗ ਰੱਖੋ ਰੱਖੋ। ਇਹ ਯਾਰ ਉਹ ਲੱਭਿਆ ਸੀ ਸਾਡਾ ਵੱਡਾ ਭਾਈ, ਉਹ ਸਾਡਾ ਮੇਰੇ ਪਿਓ ਨੂੰ ਅੱਜ 3 ਸਾਲ ਹੋ ਚੱਲੇ ਐਕਸਪਾਇਰ ਹੋਇਆ ਨੂੰ, ਪਰ ਕਦੋਂ ਪਿਓ ਦੀ ਘਾਟ ਮਹਿਸੂਸ ਨਹੀਂ ਹੋਣ ਦਿੱਤੀ। ਭਾਈ ਕਾਸ਼ੀਨਾਥ ਤੇ ਜ਼ੋਰਦਾਰ ਤਾੜੀਆਂ ਲਾਓ। ਇੱਥੇ ਕੋਈ ਕਿਸੇ ਦਾ ਬੈਲੀ ਨਹੀਂ, ਨਾ ਬਹੁਤਾ ਪਿਆਰ ਦਿੱਤਾ ਆ ਕੋਈ, ਹਰ ਬੰਦਾ ਚੰਗਾ ਨਹੀਂ ਹੁੰਦਾ, ਤੂੰ ਵੇਖ ਕੇ ਯਾਰ ਬਣਾਇਆ। ਯਾਰ ਯਾਰ ਸਭ ਹੈ, ਜਿਹੜੇ ਪਹਿਲੇ ਯਾਰ ਬਣਦੇ ਸੀ ਅੱਜ ਉਹ ਹੀ ਦੱਸਣ ਨੂੰ ਫਿਰਦੇ ਨੇ। ਯਾਰ ਯਾਰ ਸਭ ਹੈ, ਦਿਲਦਾਰ ਯਾਰ ਕੋਈ ਨਹੀਂ, ਖੁਸ਼ੀ ਦੇ ਯਾਰ ਸਭ ਹੈ, ਮੁਸ਼ਕਿਲ ਦਾ ਯਾਰ ਕੋਈ ਨਹੀਂ। ਹੱਥ ਵਿੱਚ ਰੋਟੀ ਖੋ ਲੈਂਦੇ, ਹੱਥ ਵਿੱਚ ਰੋਟੀ ਖੋ ਲੈਂਦੇ, ਤੂੰ ਅੰਦਰ ਵੜ ਕੇ ਖਾਇਆ ਕਰ। ਹਰ ਬੰਦਾ ਚੰਗਾ ਨਹੀਂ ਹੁੰਦਾ, ਭਾਈ ਵੇਖ ਕੇ ਯਾਰ ਬਣਾਇਆ ਕਰ। ਕਸਮ ਸੋ
ਸੋ ਮਚ। ਗੁਪਤਾ ਸਾਹਿਬ ਕਿੱਥੇ ਗਏ? ਕੀ ਹੁਕਮ ਭਾਅ ਜੀ? ਗੌਰਵ ਭਾਅ ਜੀ ਇੱਥੇ। ਹਾਂਜੀ ਹਾਂਜੀ, ਇੱਕ ਹੋਰ ਇੱਦਾਂ ਦਾ ਹੀ, ਇੱਦਾਂ ਹੀ, ਇੱਦਾਂ ਦਾ ਹੀ ਚੱਕ ਮੈਂ ਕੰਮ। ਭਾਈ ਜੀ ਮੇਰੀ ਸੁਣੋ ਗੱਲ, ਇਹ ਕਲਾਕਾਰ ਦਾ ਪਿਆਰ ਹੈ, ਇਹ ਸਾਈਂ ਦਾ ਉਹ ਕੰਮ ਨਹੀਂ ਕਿ ਮੈਂ ਸਾਈਂ ਹਾਂ। ਮੈਨੂੰ ਪਾਸਪੋਰਟ ਫੜਾਉਣ ਨਾਲੋਂ ਚੰਗਾ ਬਾਪੂ ਦਾ ਨਾਂ ਲੈ ਕੇ ਮੱਥੇ ਨਾਲ ਲਾ ਲਾ, ਉਹੀ ਕੰਮ ਹੋ ਜਾਣਾ। ਕੱਲ ਨੂੰ ਕਿੱਥੇ ਕੋਈ ਡੇਰੇ ਜਾ ਕੇ ਕਵੇ ਵੀ ਕਾਸ਼ੀ ਸਾਈਂ ਬਣਿਆ ਰਿਹਾ ਜੀ, ਉੱਥੇ ਅਸੀਂ ਤੇ ਨੌਕਰ ਹਾਂ, ਅਸੀਂ ਉਹਦੇ ਦਰ ਦੇ ਕੁੱਤੇ ਹਾਂ, ਉਹਦੇ ਦਰ ਦੇ ਕੁੱਤਿਆਂ ਤੋਂ ਵੱਧ ਕੇ ਸਾਡੀ ਔਕਾਤ ਨਹੀਂ ਹੈਗੀ। ਪਰ ਤੁਹਾਡਾ ਪਿਆਰ ਦੇਖ ਕੇ ਬਾਬਾ ਜੀ ਮੈਂ ਫਿਰ ਦੁਆ ਕਰਦਾ, ਮੇਰਾ ਦਾਤਾ ਤੁਹਾਡੀਆਂ ਨੇਕ ਮੁਰਾਦਾਂ
ਬਾਪੂ ਗੁਲਾਮ ਸਿੰਘ ਸੁਰਿੰਦਰ ਸ਼ਾਹ ਸਰਕਾਰ ਪੂਰੀਆਂ ਕਰੇ। ਲਵ ਯੂ ਸਾਰਿਆਂ ਨੂੰ, ਜਿੱਥੇ ਜਿੱਥੇ ਤੁਸੀਂ ਚੱਲ ਕੇ ਆਏ ਹੋ ਸਾਰਿਆਂ ਨੂੰ ਲਵ ਯੂ ਮੇਰੇ ਸਰਕਾਰ ਵੱਲੋਂ। ਜਿਉਂਦੇ ਵਾਸਤੇ ਰਹੋ। ਓ ਨੱਚੂ ਜੋ ਸਾਡੇ ਨਾਲ ਓਨ ਦਿਲ ਵੀ ਦਿਹਾਂਗੇ, ਨੱਚੂ ਜੋ ਸਾਡੇ ਨਾਲ ਓਨ ਦਿਲ ਵੀ ਦਿਹਾਂਗੇ, ਨੱਚੂ ਜੋ ਸਾਡੇ ਨਾਲ ਓਨ ਦਿਲ ਵੀ ਸ਼ਾਦੀ ਹੈ, ਅੱਜ ਉਹਦਾ ਵਿਆਹ ਕਰ ਰਹੇ ਅਸੀਂ। ਆਹ ਦੇਖੋ ਰਿਸ਼ਤੇਦਾਰ ਸਾਕ ਸੰਬੰਧੀ ਇਕੱਠੇ ਹੋਏ ਹੈ। ਅੱਜ ਮੇਰੇ ਯਾਰ ਦੀ ਸ਼ਾਦੀ ਹੈ, 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 ਅੱਜ ਸੰਦੇਸ਼ਾ ਦੀ ਸ਼ਾਦੀ ਹੈ, ਅੱਜ ਸੰਦੇਸ਼ਾ ਦੀ ਸ਼ਾਦੀ ਹੈ। ਜ਼ਿੰਦਾ ਬਣ ਗਿਆ ਲਾੜਾ ਮੇਰਾ, ਜ਼ਿੰਦਾ ਬਣ ਗਿਆ
ਆ ਮੇਲਾ ਤਾਂ ਸੱਜਦਾ
ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤੇ ਪੂਰਾ ਤੋਲੀਏ।
ਸ਼ਿਵ ਸ਼ੰਕਰ ਮਹਾਰਾਜ ਨੂੰ ਜਦੋਂ ਵਿਆਹਣ ਵਾਸਤੇ ਗਏ ਮਾਤਾ ਪਾਰਵਤੀ ਜੀ ਦੇ ਪਿਤਾ ਜੀ ਨੇ ਕਹਿ ਦਿੱਤਾ ਸੀ ਵੀ ਮੈਂ ਇੰਨਾ ਕੁ ਭੋਜਨ ਬਣਾਇਆ ਇੰਨਾ ਕੁ ਜਿੰਨੀ ਮਰਜ਼ੀ ਬਰਾਤ ਆ ਜਾਵੇ ਖੁੱਲ੍ਹਾ ਸੱਦਾ ਸ਼ਿਵ ਸ਼ੰਕਰ ਮਹਾਰਾਜ ਨੇ ਕਿਹਾ ਕਿ ਨਹੀਂ ਇਹ ਕਿਤੇ ਨਾ ਕਿਤੇ ਤੁਹਾਡਾ ਵਹਿਮ ਹੋ ਸਕਦਾ ਅਤੇ ਸ਼ੁੱਕਰ ਅਤੇ ਸ਼ਨਿਚਰ ਨੂੰ ਵਾਰਤਾ ਰੋਟੀ ਖਾਣ ਲਈ ਅਤੇ ਤੁਸੀਂ ਮੰਨਦੇ ਹੋ ਪੂਰੀ ਦੁਨੀਆ ਦਾ ਅੰਨ ਖਾ ਗਏ ਅਤੇ ਜਿੰਨੇ ਦਰਿਆ ਸੀ ਪਾਣੀ ਦੇ ਸਾਰੇ ਪੀ ਗਏ ਦੋਵੇਂ ਹੀ ਸ਼ੁੱਕਰ ਅਤੇ ਸ਼ਨੀ ਬਾਕੀ ਬਰਾਤ ਜੀ ਖੜੀ ਹੈ ਸ਼ਿਵ ਸ਼ੰਕਰ ਮਹਾਰਾਜ ਕਹਿੰਦੇ ਜੇ ਦੋ ਹੀ ਨਹੀਂ ਰੱਜੇ ਬਾਕੀਆਂ ਨੂੰ ਕਿੱਥੋਂ ਰਜਾ ਦੋਗੇ ਅਤੇ ਆਪਾਂ ਸਾਰੇ ਅੱਜ ਉਹਦੀ ਬਰਾਤ ਚੱਲੇ ਠੀਕ ਹੈ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ ਭੋਲੇ ਦੀ ਬਰਾਤ ਚੜੀ ਗੱਜ ਵੱਜ ਕੇ ਸਾਰਿਆਂ ਨੇ ਭੰਗ ਪੀਤੀ ਰੱਜ ਰੱਜ ਕੇ ਸਾਰਿਆਂ ਨੂੰ ਭੰਗ ਪੀਤੀ ਰੱਜ ਰੱਜ ਕੇ ਭੋਲੇ ਦੀ ਬਰਾਤ ਚੜੀ
ਮਾਤਾ ਗੌਰਾਂ ਨੂੰ, ਉਹ ਕੁੱਲ ਦੀ, ਉਹ ਪੂਰੇ ਸੰਸਾਰ ਦੀ ਦੇਵੀ ਮਾਂ, ਉਹਨੂੰ ਜਦੋਂ ਵਿਆਹਣ ਵਾਸਤੇ ਗਏ ਤੇ ਉਹਦੀਆਂ ਸਹੇਲੀਆਂ ਨੇ ਉਹਨੂੰ ਮਜ਼ਾਕ ਕਰ ਦਿੱਤਾ, ਕਹਿੰਦੇ ਮਾਤਾ ਇਹ ਤੇਰਾ ਘਰ ਵਾਲਾ ਸ਼ਿਵ ਸ਼ੰਕਰ ਮਹਾਰਾਜ ਦੀ ਲੰਮੀ ਦਾੜੀ ਹੋਊਗੀ, ਇੰਨੀ ਉਮਰ ਦਾ ਤੇਰਾ ਘਰ ਵਾਲਾ, ਮਜ਼ਾਕ ਕੀਤਾ ਤੇ ਕਹਿੰਦੇ ਬਰਾਤ ਪਿੱਛੇ ਨੂੰ ਮੁੜ ਪਈ। ਅਗਲਾ ਮੁੰਡੇ ਵਾਲੇ ਭਾਈ ਗੁੱਸਾ ਕਰ ਸਕਦੇ, ਬਰਾਤ ਕਹਿੰਦੇ ਪਿੱਛੇ ਮੁੜ ਪਈ, ਤੇ ਉਸ ਵੇਲੇ ਮਾਤਾ ਗੌਰਾ ਕੀ ਕਹਿੰਦੀ ਹੈ ਸੁਣਿਓ, ਮੈਂ ਤੇਰੀ ਤੂੰ ਮੇਰਾ, ਉਸ ਤੋਂ ਬਾਅਦ ਕਹੂੰਗਾ ਮੇਰਾ ਟਾਈਮ ਪੂਰਾ ਹੋ ਗਿਆ, ਕਿਉਂਕਿ ਕੁੜੀ ਨੇ ਮੈਨੂੰ ਛੋਟੀ ਜਿਹੀ ਫਰਮਾਇਸ਼ ਕੀਤੀ, ਪਤਾ ਨਹੀਂ ਕਿਹੜੀ ਦੇਵੀ ਬੈਠੀ ਹੈ, ਧੀਆਂ ਤੇ ਦੇਵੀਆਂ ਵਰਗੀਆਂ ਹੁੰਦੀਆਂ ਨੇ, ਤੇ ਜੇ ਮੈਂ ਇਹਦੀ ਗੱਲ ਮੋੜਨ ਤੋਂ ਬਿਨਾਂ ਹੀ ਚਲਾ ਗਿਆ ਤੇ ਇਹਦੀ ਆਤਮਾ ਨੇ ਪਤਾ ਨਹੀਂ ਕਿੰਨੇ ਕੁ ਸਰਾਪ ਦੇਣਾ। ਗਾਣਾ ਭੈਣੇ ਮਾਏ ਨੀ ਮਾਏ ਮੈਨੂੰ ਪਿਆਰ ਹੋ ਗਿਆ, ਮਾਏ ਨੀ ਮਾਏ ਮੈਨੂੰ ਜੀ, ਮੈਂ ਉਸ ਧੀ ਨੂੰ ਧੀ ਨਹੀਂ ਗਿਣਦਾ,
ਇੱਕ ਟੁੱਚੂ ਜਿਹੇ ਇਨਸਾਨ ਦੇ ਪਿੱਛੇ ਲੱਗ ਕੇ ਜਿਹੜਾ ਆਪਣੇ ਮਾਂ ਪਿਓ ਦਾ 24-25 ਸਾਲ ਦਾ ਪਿਆਰ ਭੁੱਲ ਜਾਵੇ, ਉਹ ਧੀ ਨਹੀਂ, ਉਹ ਬਦਕਾਰ ਹੈ। ਉਹਨੂੰ ਨਾ ਇੱਥੇ ਟੋਈ ਤੇ ਨਾ ਉੱਥੇ ਟੋਈ। ਜਿਹਨੇ ਪਾਲ ਪੋਸ ਕੇ ਪੜ੍ਹਾ ਕੇ ਇੱਥੋਂ ਤੱਕ ਲਿਆਂਦਾ, ਇੱਕ ਟੁੱਚੂ ਜਿਹੇ ਇਨਸਾਨ ਪਿੱਛੇ ਲੱਗ ਕੇ ਮਾਂ ਪਿਓ ਦਾ ਪਿਆਰ ਭੁੱਲ ਜਾਵੇ, ਉਹ ਧੀ ਨਹੀਂ, ਉਹ ਬਦਕਾਰ ਹੈ। ਉਹ ਕਿਸੇ ਕਿਸੇ ਟਾਈਮ ਦਾ ਵੈਰ ਲੈਣ ਆਈ ਸੀ ਸਾਡੇ ਨਾਲ, ਉਹ ਵੈਰ ਲੈ ਕੇ ਚਲੀ ਗਈ। ਔਰ ਜਿਹੜਾ ਪੁੱਤ ਚੰਦ ਮਿੱਠੀਆਂ ਗੱਲਾਂ ਲਈ, ਚੰਦ ਆਪਣੇ ਪਿਆਰ ਲਈ ਮਾਂ ਪਿਓ ਦਾ ਸਤਿਕਾਰ ਕਰਨਾ ਭੁੱਲ ਜਾਵੇ, ਉਹ ਪੁੱਤ ਨਹੀਂ, ਉਹ ਕਪੁੱਤ ਹੁੰਦਾ। ਉਹ ਵੀ ਕਿਸੇ ਟਾਈਮ ਦਾ ਵੈਰ ਲੈਣ ਆਇਆ ਸੀ, ਲੈ ਕੇ ਚਲਾ ਗਿਆ। ਤੇ ਉਹਨਾਂ ਦੋਹਾਂ ਨੂੰ ਨਾ ਇੱਥੇ ਢੋਈ ਤੇ ਨਾ ਉੱਥੇ ਢੋਈ। ਤੇ ਜਿਨ੍ਹਾਂ ਨੇ ਮਾਂ ਪਿਓ ਦੀ ਕਦਰ ਕੀਤੀ ਆ, ਧੀਆਂ ਖੜੀਆਂ ਨਾ ਵੀਰਪਾਲ ਹੋਰੀ ਸ਼ਰਮਾ ਗਰੁੱਪ ਚ, ਮੈਂ ਸਲਿਊਟ ਕਰਦਾ ਤੁਹਾਨੂੰ। ਬਾਬਾ ਜੀ ਤੁਹਾਡੇ ਚ ਕੌਣ ਆਊਗਾ? ਕਾਕੇ ਤੂੰ ਆ ਜਾ। ਇਸ ਢੇਰੀ ਚ ਜਿੰਨੇ ਪੈਸੇ ਪਏ ਆ ਨਾ ਭੈਣਾਂ ਦੇ ਝੋਲੀ ਪਾ, ਸਲਿਊਟ ਆ ਤੁਹਾਨੂੰ। ਕਿਉਂ ਜ਼ਿੰਦਗੀ ਚ ਕਿਰਤ ਕਰਕੇ ਖਾ ਰਹੀ ਹੋ, ਕਿਸੇ ਅੱਗੇ ਹੱਥ ਨਹੀਂ ਅੜ ਰਹੀ, ਮੈਨੂੰ ਮਾਣ ਆ ਤੁਹਾਡੇ ਤੇ। ਜਿਉਂਦਿਆਂ ਰਹੋ ਮੇਰਾ ਦਾਤਾ। ਤੁਹਾਡੇ ਕੋਲ ਕਿਤੇ ਕੋਈ ਪਿਆ ਹੋਵੇ ਨੋਟ ਤੇ ਰੱਖ ਦਿਓ, ਇਹ ਪੈਸੇ ਨਹੀਂ ਭਜਨੇ ਤੁਹਾਨੂੰ, ਦੇ ਦਿਓ, ਇਹ ਜਿਹਨਾਂ ਦੇ ਹਿੱਸੇ ਦੀ ਕਮਾਈ ਹੈ। ਕਿਉਂ ਮੈਂ ਇਸ ਚੀਜ਼ ਦਾ ਬਹੁਤ ਡੂੰਘੀ ਤਰੀਕੇ ਨਾਲ ਮੈਂ ਪੜ੍ਹ ਚੁੱਕਿਆ, ਦੇਖ ਚੁੱਕਿਆ। ਜਿਹੜੀ ਨਹੀਂ ਨਹੀਂ ਸਹੀ ਹੈ, ਇਹ ਪ੍ਰਸ਼ਾਦ ਹੈ ਬਾਬਾ ਜੀ ਉਸ ਬਾਪੂ ਦਾ, ਇਹ ਝੋਲੀ 'ਚ ਪਵਾ ਲਿਓ ਵੀਰਪਾਲ, ਇਹ ਝੋਲੀ 'ਚ ਪਵਾਉਣ ਵਾਲੀ ਗੱਲ ਆ। ਤੂੰ ਭੈਣ ਹੈ ਮੇਰੀ, ਆਹ ਮੇਰੀ ਭੈਣ ਖੜੀ ਹੈ, ਔਰ ਮੈਂ ਤੁਹਾਨੂੰ ਸਾਰਿਆਂ ਨੂੰ ਸੁਨੇਹਾ ਦੇਣਾ, ਜਿੰਨੀਆਂ ਵੀ ਭੈਣਾਂ ਮੇਰੀ ਬੈਠੀਆਂ ਨੇ, ਜ਼ਿੰਦਗੀ 'ਚ ਆਪਣੇ ਮਾਂ ਪਿਓ ਦਾ ਕਿਰਦਾਰ, ਆਪਣੇ ਮਾਂ ਪਿਓ ਦਾ ਪਿਆਰ ਨਾ ਭੁੱਲਿਓ। ਜਿਹੜੀ ਜਿਹੜੀ ਚੀਜ਼ ਆਪਣੀ ਜ਼ਬਾਨ 'ਚੋਂ ਮੰਗੋਗੀ, ਉਹ ਮੇਰਾ ਸਤਿਗੁਰੂ, ਉਹ ਮੇਰਾ ਕਲਗੀਧਰ ਪਾਤਸ਼ਾਹ, ਉਹ ਵਾਹਿਗੁਰੂ, ਉਹ ਮੇਰਾ ਮੌਲਾ ਲਈ ਸਰਕਾਰ ਤੁਹਾਡੀ ਝੋਲੀਆਂ 'ਚ ਪਾਊਗਾ, ਇਹ ਯਾਦ ਰੱਖਿਓ। ਕਿਉਂਕਿ ਅੱਜ ਦਾ ਇੱਕ ਦੌਰ ਬਣ ਚੁੱਕਿਆ, ਜਦੋਂ ਧੀ ਹੋ ਜਾਵੇ ਨਾ, ਬਹੁਤ ਸਾਰੇ ਲੋਕ ਮੂੰਹ ਮਚਕਾਉਣ ਲੱਗ ਜਾਂਦੇ ਆ। ਹੋਇਆ ਕੀ ਜੇ ਧੀ ਜੰਮ ਪਈ, ਹੋਇਆ ਕੀ ਜੇ ਧੀ ਜੰਮ ਪਈ, ਚਲੋ ਭੁੱਖ ਤੇ ਸੁਲਖ ਨੀ ਹੋਈ, ਧੀ ਵੀ ਨਾ ਦਾਤ ਰੱਬ ਦੀ, ਐਵੇਂ ਦੁਨੀਆ ਜਾਂਦੀ ਰੋਈ, ਧੀ ਵੀ ਨਾ ਦਾਤ ਰੱਬ ਦੀ, ਐਵੇਂ ਦੁਨੀਆ ਜਾਂਦੀ ਰੋਈ, ਧੀ ਵੀ ਨਾ ਦਾਤ ਰੱਬ ਦੀ। ਮੇਰੇ ਘਰ ਸਾਡੀ ਇੱਕ ਧੀ ਹੋਈ ਹੈ, ਮੇਰੇ ਵੱਡੇ ਭਾਈ ਦੀ ਗੁੜੀ ਆ, ਉਹਦਾ ਨਾਂ ਹੈ ਪੂਜਾ, ਉਹ ਸਾਡੇ ਚਾਰ ਭਰਾਵਾਂ ਦੀ ਧੀ ਹੈ। ਕਿਉਂਕਿ ਪਹਿਲੀ ਵਾਰ ਘਰ ਦੇ ਵਿੱਚ ਕਿਸੇ ਬੱਚੇ ਦਾ ਜਨਮ ਹੋਇਆ, ਉਹ ਧੀ ਆਈ, ਔਰ ਅਸੀਂ ਉਹਨੂੰ ਇੰਨੀ ਮੁਹੱਬਤ ਅੱਜ ਵੀ ਕਰਦੇ ਹਾਂ ਤੇ ਕਰਦੇ ਰਹਾਂਗੇ। ਅਸੀਂ ਉਹਨੂੰ ਧਰਤੀ ਤੇ ਲੰਮਾ ਨਹੀਂ ਪਾਇਆ, ਉਹਨੂੰ ਆਪਣੀ ਗੋਦ 'ਚ ਪਾ ਲਿਆ। ਉਸ ਧੀ ਨੂੰ ਇੱਕੋ ਗੱਲ ਕਹੀ ਹੈ, ਖਾ ਜੋ ਪਹਿਨਾ ਪਹਿਣ, ਜੋ ਤੇਰਾ ਦਿਲ ਕਰਦਾ ਜ਼ਿੰਦਗੀ ਹੰਡਾ, ਪਰ ਇੱਕ ਗੱਲ ਯਾਦ ਰੱਖੀ ਪੁੱਤ, ਤੇਰੇ ਪਰਿਵਾਰ ਦੀ, ਤੇਰੇ ਦਾਦੇ ਪੜਦਾਦਿਆਂ ਦੀ ਇੱਜ਼ਤ ਹੈ ਪੂਰੀ ਦੁਨੀਆ 'ਚ, ਪਰ ਉਹ ਅੱਜ
IPS की तैयारी कर रही है वो कुड़ी वो मेरी धी मैं थोड़े तो मंगना मैं थोड़े अगर झोली अटके मंगना मेरी उस धी की मुराद पूरी होगी वो दुआ करो करना उन्हें अपने लिए सानू कुछ नहीं दे देना पर धियां किसी नालों घट नहीं पर धियां भी चाहिए जो माँ प्यो जन्म दे देन तो फिर जो शाम का वेला हो जाए तो दरवाजे अगर लीक मार दो माँ प्यो तो बिना करो बार पैर ना करो फिर उस धी को माँ प्यो एडे के सत्कार नवाजन लग जाते हैं ਉਹਨੂੰ ਕਹਿ ਦਿੰਦੇ ਪੁੱਤ ਅੱਜ ਅਸੀਂ ਫਲਾਣੇ ਥਾਂ ਚੱਲੇ ਹਾਂ ਘਰ ਤੇਰੀ ਜ਼ਿੰਮੇਵਾਰੀ ਤੇ ਹੈ ਉਹ ਯਕੀਨ ਬਣਾਉਣਾ ਸੀ ਮਾਂ ਪਿਓ ਦਾ ਇਹ ਨਹੀਂ ਕਿ ਮਾਂ ਪਿਓ ਸਾਡੇ ਕਿਸੇ ਗਵਾਂਢੀ ਨੂੰ ਕਹਿਣ ਵੀ ਅੱਜ ਅਸੀਂ ਚੱਲੇ ਹਾਂ ਤਾਂ ਸਾਡੇ ਘਰ ਸੋ ਜਾਓ ਸਾਡੀ ਧੀਆਂ ਕੱਲੀਆਂ ਨੇ ਉਹੀ ਹੱਥ ਤੁਹਾਡੇ ਨੇ ਸ਼ੇਰ ਹੋ ਤੁਸੀਂ ਬੰਬਰ ਸ਼ੇਰ ਹੋ ਉਹ ਗੁਰੂ ਪਾਤਸ਼ਾਹ ਜੀ ਜੇ ਗੱਲ ਕਰੀਏ ਕਲਗੀਧਰ ਪਾਤਸ਼ਾਹ ਦੀ ਉਸ ਵੇਲੇ ਮਾਈ ਭਾਗੋ ਉਹਦੇ ਵਰਗੀ ਕੋਈ ਯੋਧਾ ਹੋਣਾ ਉਹ ਬਾਬੇ ਇਕੱਲੇ ਮੈਦਾਨ 'ਚ ਫਤਿਹ ਕੀਤੀ ਹੈ ਤੁਸੀਂ ਉਹਦੀ ਅੰਸ਼ ਹੋ ਬਾਬੇ ਉਹ ਝਾਂਸੀ ਦੀ ਰਾਣੀ ਇਕੱਲੀ ਨੇ ਮੈਦਾਨ ਫਤਿਹ ਕੀਤੇ ਉਹਦੀ ਔਲਾਦ ਹੋ ਤੁਸੀਂ ਉਹਦੇ ਉਹਦੇ ਤੁਸੀਂ ਪੈਰਾਂ 'ਤੇ ਚੱਲਣ ਵਾਲੇ ਹੋ ਅਤੇ ਫਿਰ ਤੁਹਾਨੂੰ ਕੋਈ ਉਹ ਕਹਿ ਜਾਵੇ ਇਨਸਾਨ 'ਚ ਆਪਣੀ ਕਮੀ ਨਹੀਂ ਹੋਣੀ ਚਾਹੀਦੀ ਕਿਸੇ ਸਾਲੇ ਦੀ ਤਾਕਤ ਨਹੀਂ ਹੈ ਬਾਬਾ ਜੀ ਕੋਈ ਕਿਸੇ ਨੂੰ ਉਹ ਕਹਿ ਕੇ ਬੁਲਾ ਦੂਗਾ ਇਨਸਾਨ ਦੀ ਆਪਣੀ ਨਜ਼ਰ ਅੱਛੀ ਹੋਣੀ ਚਾਹੀਦੀ ਹੈ ਹਾਂ ਮੈਂ ਤੁਹਾਡੇ 'ਚ ਬੈਠਾ ਇਹ ਮੇਰੀਆਂ ਭੈਣਾਂ ਮੇਰੀਆਂ ਮਾਵਾਂ ਮੇਰੇ ਦਾਦੀ ਦੇ ਸਮਾਨ ਦੁਨੀਆ ਕੀ ਸੋਚੀ ਜਾਵੇ ਇਸ ਨੈੱਟ ਰਾਹੀਂ ਇਸ ਸੋਸ਼ਲ ਮੀਡੀਆ ਰਾਹੀਂ ਮੈਨੂੰ ਫਰਕ ਨਹੀਂ ਪੈਂਦਾ ਮੈਂ ਆਪਣੇ ਪਰਿਵਾਰ 'ਚ ਬੈਠਾ ਇਹ ਮੇਰਾ ਚਿੱਤ ਜਾਣਦਾ ਹੈ ਮੇਰਾ ਉਹ ਮੇਰਾ ਸਰਕਾਰ ਮੇਰੀ ਮੌਲਾ ਦੀ ਸਰਕਾਰ ਮੇਰਾ ਬਾਪੂ ਗੁਲਾਮ ਸਹੀ ਸੁਰਿੰਦਰ ਸ਼ਾਹ ਸਰਕਾਰ ਜਾਣਦਾ ਮੇਰਾ ਮੇਰੀ ਮੈਂ ਕਿਸ ਨੀਤ ਨਾਲ ਬੈਠਾ ਤੁਸੀਂ ਮੇਰਾ ਪਰਿਵਾਰ ਹੋ ਮੈਂ ਫਿਰ ਕਹਿੰਦਾ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕ ਪਤਾ ਕੀ ਕਹਿੰਦੇ ਆ ਲੋਕਾਂ ਨੇ ਜਦੋਂ ਅਸੀਂ ਇਸ ਦੁਨੀਆਂ ਤੋਂ ਜਾਵਾਂਗੇ ਸਾਡੇ ਭੋਗ ਤੇ ਇਹੀ ਕਹਿਣਗੇ ਵੀ ਜਲੇਬੀਆਂ ਗਰਮ ਲਿਆਓ ਪ੍ਰਸ਼ਾਦੇ ਗਰਮ ਲਿਆਓ ਇਸ ਤੋਂ ਵੱਧ ਉਹਨਾਂ ਦੀ ਔਕਾਤ ਨਹੀਂ ਕਹਿਣ ਦੀ ਤੁਸੀਂ ਇਹ ਐਂ ਕਰੋ ਕੱਲ੍ਹ ਨੂੰ ਜਿਹੜੇ ਲੋਕ ਤੁਹਾਨੂੰ ਲੋਕ ਜਿਹੜੇ ਹੋਏ ਲੋਕ ਲੋਕਾਂ ਲਈ ਕਰਨੀ ਹੈ ਤੁਸੀਂ ਕੱਲ ਨੂੰ ਕਿਸੇ ਲੋਕ ਨੂੰ ਕਹੋ ਵੀ ਭਾਈ ਮੈਂ ਆਪਣੀ ਕੁੜੀ ਦੀ ਫੀਸ ਭਰਨੀ 10,000 ਰੁਪਏ ਦੋ ਓਏ ਜੇ ਤੁਹਾਡੀ ਸ਼ਕਲ ਦੇਖਣਾ ਵੀ ਉਹ ਮਨਜ਼ੂਰ ਕਰ ਗਿਆ ਤਾਂ ਕਿ ਉਹਨਾਂ ਦੀ ਪਰਵਾਹ ਕਰਦੇ ਹੋ ਤੁਸੀਂ ਉਹਨਾਂ ਦੀ ਪਰਵਾਹ ਕਰਦੇ ਹੋ ਤੇ ਤੁਸੀਂ ਕਹਿ ਦਿਓ ਸਾਡੇ ਘਰ ਲੰਗਰ ਲੱਗਿਆ ਭਾਈ ਆ ਜਾਓ ਜੇ ਨਾ ਬਾਟੇ ਚੱਕ ਚੱਕ ਆ ਜਾਣ ਉਹਨਾਂ ਦੀ ਪਰਵਾਹ ਕਰਦੇ ਤੁਸੀਂ ਪਰਵਾਹ ਨਹੀਂ ਕਰਨੀ ਇੱਕ ਵਾਰੀ ਚਕਾਰੇ ਦੇ ਨਾਲ ਜਵਾਬ ਦਿਓ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਛੱਲਾ ਖੂਹ ਤੇ ਧਰੀਏ ਗੱਲਾਂ ਮੂੰਹ ਤੇ ਕਰੀਏ ਐਵੇਂ ਪਰਦੇ ਪਿੱਛੇ ਗੱਲ ਕਰਨ ਦੀ ਲੋੜ ਨਹੀਂ ਕੀ ਆ ਬਾਈ ਅਰਦਾਸ ਮੈਂ ਹੱਕ ਦੀ ਕਮਾਈ ਕਰਕੇ ਖਾਣ ਵਾਲਾ ਬੰਦਾ ਮੈਂ ਡਰਦਾ ਤੇ ਸਿਰਫ ਉਸ ਅੱਲਾ ਪਾਕ ਉਸ ਵਾਹਿਗੁਰੂ ਨਿਰੰਕਾਰ ਤੋਂ ਬੰਦੇ ਤੋਂ ਕੀ ਡਰਨਾ ਬਾਈ ਫਿਰ ਲੋਕ ਕਹਿੰਦੇ ਵੀ ਮਰ ਗਿਆ ਭੂਤ ਬਣ ਗਿਆ ਜਿਹਨੇ ਜਿਉਂਦੇ ਜੀ ਤੇਰਾ ਕੁਛ ਨਹੀਂ ਕੀਤਾ ਮਰ ਕੇ ਕੀ ਕਰ ਲੂਗਾ ਜਿਉਂਦੇ ਰਹੋ ਇੱਕ ਵਾਰੀ ਤਾੜੀ ਲਓ ਆਪਣੇ ਨਾਂ ਦੀ ਛੱਲਾ ਛੱਲਾ ਖੂਹ ਤੇ ਹਰੀਏ ਕੰਨਾ ਮੂੰਹ ਤੇ ਕਰੀਏ ਕਰੀਏ ਗੱਲ ਸੁਣ ਥੱਲਿਆ ਪਾਇਆ ਰੋਲਾ
ਰੱਬ ਦੱਸ ਕਿਹੜਾ, ਜੇ ਤੂੰ ਰੱਬ ਨਹੀਂ ਤੇ ਰੱਬ ਦੱਸ ਕਿਹੜਾ, ਮੇਰਾ ਤੂੰ ਭੁਲੇਖਾ ਕੱਢ ਦੇ, ਜੇ ਤੂੰ ਰੱਬ ਨਹੀਂ ਤੇ ਰੱਬ ਦੱਸ ਕਿਹੜਾ, ਮੇਰਾ ਤੂੰ ਭੁਲੇਖਾ ਕੱਢ ਦੇ, ਜੇ ਤੂੰ ਰੱਬ ਨਹੀਂ ਤੇ ਰੱਬ ਦੱਸ ਕਿਹੜਾ, ਮੇਰਾ ਤੂੰ ਭੁਲੇਖਾ ਕੱਢ ਦੇ, ਜੇ ਕਾਰਨ ਜਾਣਦਾ ਹੱਥ ਫੜ ਲੈ, ਜੇ ਕਾਰਨ ਨਹੀਂ ਜਾਣਦਾ ਤੇ ਸਾਡਾ ਹੱਥ ਛੱਡ ਦੇ, ਜੇ ਤੂੰ ਰੱਬ ਨਹੀਂ ਤੇ ਰੱਬ ਦੱਸ ਕਿਹੜਾ, ਮੇਰਾ ਏ ਭੁਲੇਖਾ ਕੱਢ ਦੇ, ਜੇ ਤੂੰ ਰੱਬ ਨਹੀਂ ਤੇ ਰੱਬ ਦੱਸ ਕਿਹੜਾ, ਮੇਰਾ ਏ ਭੁਲੇਖਾ ਕੱਢ ਦੇ, ਚਿੱਟਾ ਤੇਰਾ ਚਾਦਰ ਰਣ ਕੇ ਸੋ ਗਿਆ, ਇਹਦੇ ਆਈ ਗਹਿਰ ਦੀ ਸੁੱਤਾ ਕਿਉਂ ਨਹੀਂ ਜਾਗਦਾ, ਕਾਲੀ ਕੰਬਲੀ ਵਾਲਿਆ ਭਗਰਾ ਦਿਆ ਹੋ ਸਾਈ, ਤੇਰੀਆਂ ਪਲ ਪਲ ਲੋੜਾਂ ਭਗਰਾ ਦਿਆ ਹੋ ਸਾਈ, ਤੇਰੀਆਂ ਪਲ ਪਲ ਲੋੜਾਂ ਭਗਰਾ ਦਿਆ ਹੋ ਸਾਈ, ਆ ਜਾ ਬਜ਼ੁਰਗਾ ਭਗਰਾ ਦਿਆ ਹੋ ਸਾਈ, ਇਹ ਮੇਰੇ ਬਾਬੇ ਨਾਨਕ ਦੇ ਵੀਰ ਪੀਏ ਬਾਬਾ ਜੀ, ਆਉਂਦਿਆਂ ਨੂੰ ਵੇਖ ਕਹੇ ਫੁੱਲ ਵਰਸਾਦਿਆਂ, ਛਿੱਟੇ ਤੇ ਮੈਂ ਇਤਰ ਦੇ ਲੋਕ ਪਾਈ ਲੈਚੀਆਂ ਕੇਸਰ ਕਸਤੂਰੀਆਂ, ਓਏ ਆ ਜਾ ਆ ਜਾ ਬਜ਼ੁਰਗਾ ਫਕਰਾ ਜੀ ਹੋ ਸਾਈ, ਤੇਰੀਆਂ ਪਲ ਪਲ ਲੋੜ ਫਕਰਾ ਜੀ ਹੋ ਸਾਈ, ਓਏ ਆ ਜਾ ਬਜ਼ੁਰਗਾ ਫਕਰਾ ਜੀ ਹੋ ਸਾਈ, ਆ ਜਾ ਬਜ਼ੁਰਗਾ ਫਕਰਾ ਜੀ ਹੋ, ਜਿਨ੍ਹਾਂ ਨੇ ਮਿਲਾ ਲੀਆਂ ਮੇਰੇ ਛਿੰਦੇ ਨਾਲ ਅੱਖੀਆਂ, ਜਿਨ੍ਹਾਂ ਨੇ ਮਿਲਾ ਲੀਆਂ ਮੇਰੇ ਛਿੰਦੇ ਨਾਲ ਅੱਖੀਆਂ, ਪੜ੍ਹ ਕੇ